ਹਲੋ ਹਾਂਜੀ ਸਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਟੂ ਸੀਬੀਸੀ ਸ਼ਿਕਸ਼ਾ ਸੀਬੀ ਸ਼ਿਕਸ਼ਾ ਦਾ ਬਹੁਤ ਬਹੁਤ ਸਵਾਗਤ ਆ ਠੀਕ ਆ राजे ਹੋਰ ਦੱਸੋ ਕਿਵੇਂ ਹੋ ਸਾਰੇ ਠੀਕੋਂ ਤੇ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਵੈਰੀ ਗੁੱਡ ਆਫਟਰਨੂਨ ਜੀ ਜਿੰਨੇ ਬੱਚੇ ਵੀ ਮੈਨੂੰ ਦੇਖ ਰਹੇ ਨੇ ਤੇ ਤੁਹਾਨੂੰ ਪਤਾ ਹੀ ਰਾਜੀ ਕਿਸ ਚੀਜ਼ ਦੇ ਆਪਣੇ ਸੈਸ਼ਨ ਚੱਲ ਰਹੇ ਹੈਗੇ ਨੇ ਇਹ ਆਪਣੇ ਪੰਜਾਬ ਪੁਲਿਸ ਦੇ ਠੀਕ ਆ 올ਡ ਜਿੰਨੇ ਵੀ ਆਪਣੇ ਪੇਪਰਸ ਹੈਗੇ ਰਾਜੀ 2021 ਵਾਲੇ ਠੀਕ ਆ ਕਿਹੜੇ ਆਪਣੇ ਪੰਜਾਬ ਪੁਲਿਸ ਸਾਰੇ ਦੇ ਸਾਰੇ ਰਾਜੇ ਆਪਾਂ ਜਿੰਨੀਆਂ ਵੀ ਸ਼ਿਫਟ ਦੇ ਵਿੱਚ ਹੋਏ ਹੈਗੇ ਨੇ ਸਾਰੇ ਦੇ ਸਾਰੇ ਕੀ ਆਪਾਂ ਡਿਸਕਸ ਕਰ ਰਹੇ ਹੈਗੇ ਆ ਤੇ ਅੱਜ ਆਪਣਾ ਕਿੰਨਾ ਨੰਬਰ ਸੈਸ਼ਨ ਹੈਗਾ ਰਾਜੇ ਆਪਣਾ 4th ਨੰਬਰ ਸੈਸ਼ਨ ਹੈ ਤੇ ਤੁਸੀਂ ਸੋਚ ਲਓ ਵੀ ਹਲੇ ਵੀ ਆਪਣੇ ਸਿਰਫ ਔਰ ਸਿਰਫ ਸਬ ਇਨਸਪੈਕਟਰ ਦੇ ਹੀ ਕੁਐਸਚਨ ਚੱਲ ਰਹੇ ਨੇ ਜਿਹੜੇ ਸਬ ਇਨਸਪੈਕਟਰ ਦੀ ਜਿੰਨੀਆਂ ਵੀ ਸ਼ਿਫਟ ਦੇ ਵਿੱਚ ਕੁਐਸਚਨਸ ਆਏ ਸੀਗੇ ਤੁਸੀਂ ਸੋਚ ਲਓ ਖਾਲੀ ਹੋ ਸਕਦਾ 1 2 ਆਪਣੇ ਸੈਸ਼ਨ ਹੋਰ ਸਿਰਫ ਕਲੇ ਸਬ ਇਨਸਪੈਕਟਰ ਦੇ 2021 ਵਾਲੇ ਕੁਐਸਚਨਸ ਤੇ ਹੀ ਬਣਨ ਠੀਕ ਹੈ राजे ਤੁਸੀਂ ਆਪ ਹੀ ਦੇਖ ਲਓ ਵੀ ਤੁਹਾਡੀ ਕਿੰਨੀ ਜ਼ਿਆਦਾ ਪ੍ਰੈਕਟਿਸ ਹੋ ਰਹੀ ਹੈ ਸਮਝ ਗਏ ਹਾਂਜੀ ਨਿਸ਼ੂ ਸੰਧੂ ਵੈਰੀ ਗੁੱਡ ਆਫਟਰਨੂੰ ਜੀ ਅਸ਼ਰਫ ਖਾਨ ਹੈਲੋ राजे ਸੁਖਦੀਪ ਕੌਰ ਵੈਰੀ ਗੁੱਡ ਆਫਟਰਨੂੰ राजे ਨਿਸ਼ੂ ਸੰਧੂ ਗੁੱਡ ਆਫਟਰਨੂੰ ਬਲਵਿੰਦਰ ਬਿੰਦੂ ਰਾਜੇ ਸਤਿ ਸ਼੍ਰੀ ਅਕਾਲ ਦੀਪ ਬਰਾੜ ਹਾਂਜੀ राजे ਸਤਿ ਸ਼੍ਰੀ ਅਕਾਲ ਅੱਜ ਵਾਲੇ ਕੁਐਸਚਨ ਥੋੜੇ ਈਜ਼ੀ ਆ ਬੱਤਾ ਮਤਲਬ ਮੈਂ ਵੀ ਦੇਖ ਕੇ ਮਤੇ ਨਹੀਂ ਹੈ ਨੀ ਡਿਟੇਲ ਜਿਆਦਾ ਕੁਐਸਚਨਸ ਦੇ ਵਿੱਚ ਇੱਕ ਦੋ ਕੁਐਸਚਨਸ ਹੋਏਗੀ ਨਹੀਂ ਅਦਰਵਾਇਜ਼ ਬਸ ਸਿੰਪਲ ਸਿੱਧੇ ਸਿੱਧੇ ਕੁਐਸਚਨਸ ਹੈਗੇ ਆ ਤੇ ਆਈ ਥਿੰਕ ਜਿਹੜੇ ਬੱਚਿਆਂ ਦਾ ਕੰਫੀਡੈਂਸ ਥੋੜਾ ਲੂਜ਼ ਹੋ ਰਿਹਾ ਸੀਗਾ ਵੀਰ ਟਫ ਹੈਗੇ ਨੇ ਕੁਐਸਚਨਸ ਇਹ ਨਹੀਂ ਪਤਾ ਸਾਨੂੰ ਤਾਂ ਮੈਨੂੰ ਲੱਗ ਰਿਹਾ ਵੀ ਸ਼ਾਇਦ ਅੱਜ ਵਾਲੇ ਕੁਐਸਚਨਸ ਦੇਖ ਕੇ ਨੂੰ ਥੋੜਾ ਜਿਆ ਹੋ ਜਾਏਗਾ ਕੰਫੀਡੈਂਸ ਵੀ ਨਹੀਂ ਨਹੀਂ ਪੰਜਾਬ ਪੁਲਿਸ ਥੋੜੇ ਈਜ਼ੀ ਕੁਐਸਚਨ ਵੀ ਪੁੱਟ ਕਰਦੀ ਆ ਆਪਾਂ ਨੂੰ ਠੀਕ ਆ ਬਸ ਇਸ ਸੈਸ਼ਨ ਨੂੰ ਆਪ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਰਾਜੀ ਹੈ ਨਾ ਫਿਰ ਆਪਾਂ ਇਕਨੋਮਿਟ੍ਰਿਕ ਆਪਣੇ ਸੈਸ਼ਨ ਨੂੰ ਸਟਾਰਟ ਕਰਦੇ ਆ ਅੱਜ ਦਿਨ ਕੁਐਸਚਨਸ ਆਪਣੇ ਵਧੀਆ ਹੈਗੇ ਨੇ ਅੱਜ ਵਾਲੇ ਦੇ ਫੋਰ ਦਸੋ ਕੋਈ ਗੱਲ ਬਾਤ ਸੋਚੋ ਬਲਵਿੰਦਰ ਬਿੰਦੂ ਕੌਨਸੀ ਸ਼ਿਫਟਵੇ ਕੁਐਸਚਨ ਈਜ਼ੀ ਆਏ ਹੋਣਗੇ ਵਾਕਈ ਮੀਨਸ ਜਿਹੜੇ ਅੱਜ ਵਾਲੇ ਕੁਐਸਚਨ ਲਾ ਜਿਹੜੀ ਸ਼ਿਫਟ ਚ ਆਏ ਹੋਣਗੇ ਉਹ ਬੱਚੇ ਤਾਂ ਵਧੀਆ ਮਾਰਕਸ ਬਣੇ ਹੋਣਗੇ ਸੀਰੀਅਸਲੀ ਜਸਵੀਰ ਗੁਰਜਾ ਸੰਜੀ ਰਾਜੇ ਵੈਰੀ ਗੁੱਡ ਆਫਟਰਨੂੰ ਹੈਪੀ ਪਟਵਾਰੀ ਹਾਂਜੀ ਸਟਾਰਟ ਕਰਦੇ ਹਾਂ ਰਾਜੇ ਬਸ ਜਸਟ 2 ਮਿੰਟ ਮੈਨਾਂ ਵੀ ਥੋੜੇ ਬੱਚੇ ਹਨਾ ਜੁੜ ਜਾਣ ਸਭ ਨੂੰ ਪਤਾ ਚੱਲ ਜੇ ਸੀਰੀਅਸਲੀ ਜਦੋਂ ਮੈਂ ਅੱਜ ਵਾਲੇ ਕੁਐਸਚਨ ਦੇਖੇ ਮੈਂ ਕਿਹਾ ਵੀ ਲਓ ਜਿਹੜੇ ਜਿਹੜੇ ਬੱਚਿਆਂ ਦਾ ਇਹ ਵਾਲੀ ਸ਼ਿਫਟ ਦੇ ਵਿੱਚ ਹੋਏਗਾ ਨਾ ਐਗਜ਼ਾਮ ਬਸ ਉਹ ਤਾਂ ਸਮਝ ਲਓ ਤਰ ਗਏ ਨੇ ਬੱਚੇ ਵਧੀਆ ਉਹਨਾਂ ਦਾ ਹਾਂਜੀ ਰਾਜੇ ਐਕਚੁਅਲੀ ਮੈਂ ਤਾਂ ਐਕਚੁਅਲੀ ਆਪਣੇ ਜੋ ਵੀ ਬਣਾ ਰਹੇ ਕੰਟੈਂਟ ਰਾਈਟਰ ਹੈਗੇ ਹਨਾ ਆਪਣੇ ਤੇ ਫਾਈਲਸ ਨੂੰ ਮਿਲੀ ਉਹ ਮੈਂ ਇਹਨਾਂ ਨੂੰ ਪੁੱਛਿਆ ਸੀ ਸਰ ਕਹਿੰਦੇ ਵੀ ਮੈਮ ਆਪਣੇ ਵਾਲੇ ਸਬ ਇਨਸਪੈਕਟਰ ਹੀ ਚੱਲ ਰਹੇ ਹੈਗੇ ਨੇ ਹੋ ਸਕਦਾ ਕਹਿੰਦੇ ਇੱਕ ਦੋ ਦਿਨ ਹੜੇ ਆਪੇ ਹੋਰ ਸਿਰਫ ਔਰ ਸਿਰਫ ਕਲੀ ਸਬ ਇਨਸਪੈਕਟਰ ਦੀ ਸ਼ਿਫਟੀ ਰਾਜੇ ਸਿਰਫ ਸਬ ਇੰਸਪੈਕਟਰ ਦੀ ਸ਼ਿਫਟ ਹੀ ਚੱਲ ਰਹੀ ਹੈ ਹਲੇ ਆਪਣੀ 올 ਸ਼ਿਫਟ ਸਾਰੇ ਕਰਵਾਉਂਗੀ राजे ਠੀਕ ਆ 2021 ਦੇ ਪੰਜਾਬ ਪੁਲਿਸ ਦੇ ਸਾਰੇ ਕਰਵਾਉਂਗੀ ਹੈਡ ਕਾਂਸਟੇਬਲ ਇੰਟੈਲੀਜੈਂਸ ਅਸਿਸਟੈਂਸ ਵਾਲੇ ਵੀ ਹੋਣਗੇ ਨਿਸ਼ੂ ਸੰਧੂ राजे ਕਾਂਸਟੇਬਲ ਵਾਲੇ ਵੀ ਹੋਣਗੇ ਸਾਰੇ ਹੋਣਗੇ राजे ਮੇਰੇ ਮੇਰੇ ਮੇਰੀ ਵਾਲੀ ਸ਼ਿਫਟ ਵੀ राजे 노 ਡਾਊਟ ਮੇਰੇ ਵਾਲਾ ਪੇਪਰ ਵੀ ਠੀਕ ਸੀਗਾ ਕੈਂਟ ਸੀਗਾ ਐਂਡ ਮਾਰਕਸ ਮੇਰੇ ਵਧੀਆ ਬਣ ਗਏ ਸੀ ਬਹੁਤ ਵਧੀਆ ਬਣੇ ਸੀ ਸਰਤਾਜ ਸਿੰਘ ਨਹੀਂ ਰਾਜੇ ਕੋਈ ਲੇਟ ਨਹੀਂ ਹੈਗੇ ਤੁਸੀਂ ਹਲੇ ਆਪਾਂ ਲੈ ਸਟਾਰਟ ਹੀ ਕਰਨਾ ਹੈਗਾ ਆਪਣਾ ਸੈਸ਼ਨ ਨਹੀਂ ਰਾਜੇ ਦੇਖੋ ਅਗਰ ਕਿਸੇ ਸ਼ਿਫਟ ਦੇ ਵਿੱਚ ਜੀਕੇ ਟਾਫ ਆ ਰਹੀਆਂ ਨਾ ਤਾਂ ਮੀਨਸ ਉਹਦੇ ਵਿੱਚ ਜੋ ਮੈਥ ਰੀਜ਼ਿੰਗ ਟੀਕੋ ਥੋੜਾ ਈਜ਼ੀ ਹੋਏਗਾ ਇਹਨਾਂ ਨੇ ਥੋੜਾ ਕੀਤਾ ਤਾਂ ਬੈਲੈਂਸ ਹੀ ਹੋਇਆ ਸੀਗਾ 노 ਡਾਊਟ ਠੀਕ ਆ ਬੈਲੈਂਸ ਕੀਤਾ ਹੋਇਆ ਸੀ ਅਗਰ ਇੱਕ ਸ਼ਿਫਟ ਦੇ ਵਿੱਚ ਅਗਰ ਇੱਕ ਸਬਜੈਕਟ ਨੂੰ ਲੈ ਕੇ ਸਬ ਕੁਐਸ਼ਨਸ ਆਏ ਹੈਗੇ ਤਾਂ ਮੀਨਸ ਜਿਹੜੇ ਹੋਰ ਸੈਕਸ਼ਨ ਹੈਗੇ ਨੇ राजे ਉਹ ਚੀਜ਼ੀ ਹੀ ਆਇਆ ਹੋਇਆ ਹੈਗਾ ਟੈਨਸ਼ਨ ਨਾ ਲਓ ਸਾਸ਼ਰੀਆ ਕਾਲਾ ਮਨਦੀਪ ਸਿੰਘ ਹਾਂਜੀ ਰਾਜੇ ਮੀਨਸ ਮੋਡਰੇਟ ਲੈਵਲ ਦਾ राजे ਆਪਾਂ ਲੈ ਕੇ ਚੱਲੀ ਇਹ ਨਾ ਵੀ ਮੋਡਰੇਟ ਲੈਵਲ ਹੀ ਆਏਗਾ ਹੀ ਆਏਗਾ ਹਨਾ ਮੈਂ ਤੁਹਾਨੂੰ ਹਮੇਸ਼ਾ ਕਹਿੰਨੀ ਆ ਵੀ ਦੇਖੋ ਜੀ ਕੇ ਚਲੋ ਮੈਂ ਮੇਰਾ ਪਰਸਨਲ ਮੈਂ ਹਰੀ ਕਲਾਸ ਬੋਲਿਆ ਵੀ ਮੈਂ ਕੱਲ ਨੂੰ ਕਿਤੇ ਮੈਨੂੰ ਕਹਿ ਦੋ ਵੀ ਮੈਂ ਬਸ ਮਨਪੀ ਮੈਮ ਨੇ ਬੋਲਿਆ ਸੀਗਾ ਨਾ ਨਹੀਂ ਯਾਰ ਮੇਰਾ ਸਿਰਫ ਪਰਸਨਲ ਮੇਰਾ ਕੱਲੀ ਦਾ ਥਿਊ ਵਿਊ ਹੈਗਾ ਮੈਨੂੰ ਲੱਗਦਾ ਵੀ ਕੁਐਸਚਨ ਰਿਪੀਟ ਹੋ ਸਕਦੇ ਨੇ ਕੋਈ ਪਤਾ ਨਹੀਂ ਹੈਗਾ ਹੁਣ ਕਿੰਨੇ ਤਾਂ ਕੁਐਸਚਨਸ ਬਣਾ ਲਏ ਹੈਗੇ ਆ ਹੁਣ ਦੇਖੋ ਪੰਚਾਇਤ ਦੇ ਤੁਸੀਂ ਦੇਖ ਲਓ ਵੀ ਤਿੰਨ ਸ਼ਿਫਟ ਦੇ ਵਿੱਚ 12 ਮੈਂ ਆਰਟੀਕਲ ਕਵਰ ਕਰਵਾਤੇ ਹੈਗੇ ਆਪਣੇ ਪੰਚਾਇਤ ਨੂੰ ਹੀ ਲੈ ਕੇ ਗੱਲੇ ਨੂੰ ਤੇ ਅੱਜ ਵੀ राजे ਦੋ ਆਰਟੀਕਲਸ ਹੋਰ ਪੰਚਾਇਤ ਵਾਲੇ ਕਵਰ ਹੋ ਜਾਣਗੇ ਜਿਹੜੇ ਰਹਿ ਗਏ ਸੀਗੇ ਤਾਂ ਤੁਸੀਂ ਸੋਚੋ राजे ਪੋਲੀਟੀ ਹੁਣ ਇਹ ਤਾਂ ਹੈ ਨਹੀਂ ਵੀ ਕੁਝ ਚੇਂਜ ਹੋ ਜਾਏਗਾ ਠੀਕ ਆ ਕੋਈ ਕਰੰਟ ਚੀਜ਼ ਆ ਸਕਦੀ ਆ ਅਦਰਵਾਈਜ਼ ਉਹ ਚੀਜ਼ ਆਰਟੀਕਲ ਹੈ ਆਰਟੀਕਲ ਤਾਂ ਉਹੀ ਰਹਿਣਗੇ ਨਾ ਆਪਣੇ ਤਾਂ ਕਰਕੇ ਰਜੇ ਪੀਟੀ ਹੁੰਦੇ ਹੈਗੇ ਨੇ ਉਹਨੂੰ ਕੁਐਸਚਨ ਰਿਪੀਟ ਹੀ ਹੁੰਦੇ ਨੇ ਜਸਟ ਇਧਰ ਉਧਰ ਹੋ ਜਾਂਦਾ ਹੈਗਾ ਵੀ ਉਹ ਸਟੇਟਮੈਂਟ ਇਧਰ ਉਧਰ ਕਰ ਦਿੰਦੇ ਹੈਗੇ ਨੇ ਵੀ ਆਪਾਂ ਥੋੜਾ ਆਪਣਾ ਐਵੇਂ ਲੱਗਦਾ ਵੀ ਨਹੀਂ ਨਹੀਂ ਯਾਰ ਇਹ ਤਾਂ ਨਿਊ ਕੁਐਸਚਨ ਆਇਆ ਹੈਗਾ ਚਲੋ ਬਹੁਤ ਗੱਲਾਂ ਹੋ ਗਈਆਂ ਕਦੋਂ ਤੱਕ ਐਸਆਈ ਦਾ ਐਗਜ਼ਾਮ ਹੋ ਸਕਦਾ ਮੈਮ ਦੇਖੋ ਹੈਪੀ ਪਟਵਾਰੀ ਰਾਜੇ ਦੇਖੋ ਲਾਸਟ ਈਅਰ ਦਾ ਦੇਖੋ ਇਹਨਾਂ ਦਾ ਇਹ ਸਿਸਟਮ ਸੀਗਾ ਵੀ ਜਿਸ ਦਿਨ ਆਪਣੀ ਰਜਿਸਟ੍ਰੇਸ਼ਨ ਹਨਾ ਜਿਸ ਦਿਨ ਲਾਸਟ ਡੇਟ ਸੀਗੀ ਆਪਣੀ ਰਜਿਸਟ੍ਰੇਸ਼ਨ ਦੀ ਉਸ ਤੋਂ ਆਈ ਥਿੰਕ 1 ਮੰਥ ਬਾਅਦ ਹੀ ਹੈ ਨਾ 1 ਮੰਥ ਬਾਅਦ ਹੀ ਇਹਨਾਂ ਨੇ ਆਪਣੇ ਐਗਜ਼ਾਮ ਕੰਡਕਟ ਕਰਵਾ ਲਏ ਸੀਗੇ ਤਾਂ ਫਿਰ ਲੱਗਦਾ ਤਾਂ ਹੁਣ ਚਾਂਸ ਹੈ ਹੀ ਆ ਹੋ ਸਕਦਾ ਦੇਖੋ ਅਕਤੂਬਰ ਤੱਕ ਹੋ ਸਕਦਾ ਵੀ ਜਿਸ ਦਿਨ ਰਜਿਸਟ੍ਰੇਸ਼ਨ ਆਈ ਥਿੰਕ ਹਲੇ ਚੱਲ ਰਹੀ ਹੈ ਨਾ ਜਿਸ ਦਿਨ ਰਜਿਸਟ੍ਰੇਸ਼ਨ ਖਤਮ ਹੋ ਗਈ ਬਸ ਉਸ ਤੋਂ 1 ਮੰਥ 1 ਮੰਥ ਕਾਊਂਟ ਕਰ ਲਓ ਰਾਜੇ ਵੀ ਆਪਣੇ ਵੱਲੋਂ ਸੇਫ ਸਾਈਡ ਲੈ ਕੇ ਚੱਲੋ ਤੁਸੀਂ ਵੀ ਅਗਰ 1 ਮੰਥ ਬਾਅਦ ਐਗਜ਼ਾਮ ਆ ਰਿਹਾ ਆਪਣਾ ਤਾਂ ਇਟ ਮੀਨਸ ਆਪਾਂ ਉਹ ਕਰੈਕ ਕਰਨਾ ਹੀ ਕਰਨਾ ਹੈ ਠੀਕ ਆ 500 ਪਲੱਸ ਦਾ ਟਾਰਗੇਟ ਤਾਂ ਰੱਖੋ ਨਾ राजे ਤੁਸੀਂ ਆਪਣਾ ਵੀ 500 ਪਲੱਸ ਮਾਰਕਸ ਅਸੀਂ ਲੈ ਕੇ ਹੀ ਲੈ ਕੇ ਆਣੇ ਨੇ ਤਾਂ ਬਸ ਆਪਣਾ ਨਾਮ ਆ ਜਾਣਾ ਫਿਰ ਲਿਸਟ ਦੇ ਵਿੱਚ ਚਲੋ राजे ਹਰਪ੍ਰੀਤ ਕਰੋ ਵੀਡੀਓ राजे आई थिंक एक पेपर होया ना एक दो पेपर उनमें की क्वेश्चंस रिपीट देखो ये प्रैक्टिस ही हो रही है ना ਤੁਸੀਂ ਇਹ ਥੋੜਾ ਜਿਹਾ ਲੈ ਕੇ ਚਲੋ क्वेश्चंस राजे सेम ही ਹੈਗੇ ਨੇ ਹਿਸਟਰੀ ਹਰ ਇੱਕ ਦੇ ਲਈ सेम ही ਹੈ ਹਰ ਇੱਕ एग्जाम ਲਈ ਪੋਲੀਟੀ सेम ਆ ਜੀਓਗ੍ਰਾਫੀ ਕਿਨੋਂ ਸਭ ਚੀਜ਼ਾਂ सेम ਹੈਗੀਆਂ ਨੇ ਇਵਨ ਕਿ ਕਰੰਟ ਵੀ सेम ਹੈਗਾ ਮੈਥ ਵੀ सेम ਹੈਗਾ ਬਸ ਲੈਵਲ ਥੋੜਾ ਉੱਪਰ نیچے ਹੋ ਜਾਂਦਾ ਚਲੋ ਫਿਰ ਆਪਾਂ ਕਰਦੇ ਆਂ سٹਾਰਟ ਅੱਜ ਦੀ ਕਲਾਸ ਹਾਂਜੀ ਹੈਲੋ ਤਾਨਿਆ ਦੱਸੋ राजे ਹੂ ਪ੍ਰੈਜ਼ਾਈਡਜ਼ ਓਵਰ ਦਾ ਡਿਸਟ੍ਰਿਕਟ ਆਫ ਦਾ ਸਟੇਟ ਦਸਤੂਰਾਜੀ ਆਪਣੇ ਡਿਸਟ੍ਰਿਕਟ ਆਫ ਸਟੇਟ ਨੂੰ ਕੌਣ ਪ੍ਰੈਜ਼ਾਈਡ ਕਰਦਾ ਚਲੋ ਤੁਸੀਂ ਸੋਚਿਆ ਆਪ ਵੀ ਤੁਸੀਂ ਬੈਠੇ ਕਹਿ ਰਹੇ ਹੋਵੋਗੇ ਵੀ ਯਾਰ ਸਾਡੀ ਸ਼ਿਫਟ ਦੇ ਵਿੱਚ ਇਹ ਵਾਲੇ ਕੁਐਸਚਨਸ ਆ ਜਾਂਦੇ ਤਾਂ ਵਧੀਆ ਸੀਗਾ ਕਾਫੀ ਕਾਫੀ ਈਜ਼ੀ ਲੈਵਲ ਹੈਗਾ ਹੂ ਪ੍ਰੈਜ਼ਾਈਡਸ ਓਵਰ ਦਾ ਡਿਸਟ੍ਰਿਕਟਸ ਆਫ ਦਾ ਸਟੇਟ ਦਸਤੂਰਾਜੀ ਆਪਣੇ ਰਾਜ ਦੇ ਜ਼ਿਲ੍ਹੇ ਦੀ ਪ੍ਰਧਾਨਗੀ ਕੌਣ ਕਰਦਾ ਹੈ ਆਪਣਾ ਅਸਿਸਟੈਂਟ ਕਲੈਕਟਰ ਡਿਸਟ੍ਰਿਕਟ ਕੋਰਟਸ ਹੋਗੇ ਆਪਣੀਆਂ ਜਸਟਿਸ ਜਸਟਿਸ ਪੰਚਾਇਤਨ ਜਾਂ ਦਾ ਕਲੈਕਟਰ ਜਿਹੜੇ ਬੱਚੇ ਡੀ ਆਨਸਰ ਕਰ ਰਹੇ ਨੇ ਗਲਤ ਕਰ ਰਹੇ ਨੇ ਉਹ ਡੀ ਆਨਸਰ ਨਹੀਂ ਆਏਗਾ ਰਾਜੇ ਇੱਕ ਬੱਚੇ ਦਾ ਆਨਸਰ ਸਹੀ ਆਇਆ ਹੁਣ ਤੱਕ ਮੇਰੇ ਨਾਲ ਉਸੇ ਦੀ ਸ਼ਿਫਟ ਦੇ ਵਿੱਚ ਕੁਐਸਚਨ ਆਇਆ ਹੋਣਾ ਤਾਂ ਹਨਾ ਹਮ ਸਾਰੇ ਗਲਤ ਕਰ ਰਹੇ ਹੋ ਡਿਸਟ੍ਰਿਕਟ ਆਫ ਦਾ ਸਟੇਟ ਰਾਜੇ ਆਪਣੇ ਡਿਸਟ੍ਰਿਕਟ ਨੂੰ ਕੌਣ ਰਿਪਰੈਜ਼ੈਂਟ ਕਰੇਗਾ ਦੇਖੋ ਸੈਂਟਰ ਲੈਵਲ ਤੇ ਆਪਣਾ ਕੀ ਹੋ ਗਿਆ ਸੁਪਰੀਮ ਕੋਰਟਸ ਹੋ ਗਈਆਂ ਉਹ ਤੋਂ نیچے ਕੌਣ ਆਉਂਦੀ ਆਪਣੀਆਂ ਹਾਈ ਕੋਰਟਸ ਆ ਜਾਂਦੀਆਂ ਤੇ ਬਿਲਕੁਲ ਡਿਸਟ੍ਰਿਕਟ ਲੈਵਲ ਤੇ ਰਾਜੇ ਆਪਣੀਆਂ ਕੌਣ ਆਣੀਆਂ ਆਪਣੀਆਂ ਡਿਸਟ੍ਰਿਕਟ ਕੋਰਟਸ ਠੀਕ ਆ ਅਜੇ ਤੱਕ ਮੇਰੀ ਸ਼ਿਫਟ ਵਾਲੇ ਕੁਐਸਚਨਸ ਨਹੀਂ ਆਏ ਡੈਡਪੋ ਰਾਜੇ ਫੋਰਥ ਸੈਸ਼ਨ ਹੈਗਾ ਹਾਲ ਤੱਕ ਸੀਰੀਅਸਲੀ ਨਹੀਂ ਆਏ ਤੁਹਾਡੀ ਸ਼ਿਫਟ ਵਾਲੇ ਕੋਈ ਗੱਲ ਨਹੀਂ ਹਰ ਇੱਕ ਦੋ ਇੱਕ ਦੋ ਦਿਨ ਆਈ ਥਿੰਕ ਹੋਰ ਚੱਲਣਗੇ ਆਪਣੇ ਸਬ ਇਨਸਪੈਕਟਰ ਉਦੇ ਵਿੱਚ ਆ ਜਾਣੇ ਹੈਗੇ ਨੇ ਹਾਂਜੀ ਵੀਰਕਰਨ ਸਸ਼ੀਕਾਲ ਜੀ ਗੁਲਾਬ ਸਿੰਘ ਹੈਲੋ ਰਾਜੇ ਚਲੋ ਦੇਖ ਲਿਓ ਸਾਰੇ ਬੱਚੇ ਦੇਖਿਓ ਵੀ ਕਿਹਦੀ ਸ਼ਿਫਟ ਦਾ ਕਿਸ ਦੀ ਸ਼ਿਫਟ ਦੇ ਵਿੱਚ ਇਹ ਕੁਐਸਚਨਸ ਆਏ ਹੋਏ ਸੀਗੇ ਚਲੋ ਨੈਕਸਟ ਦੇਖੋ ਰਾਜੇ ਪਾਈ ਮਰਦਾਨਾ ਵਾਸ ਐਸੋਸੀਏਟਿਡ ਵਿਦ ਵਿਚ ਆਫ ਦਾ ਫੋਲੋਇੰਗ 뮤지컬 ਟਰੈਡੀਸ਼ਨ ਤੁਸੀਂ ਸੋਚੋ ਰਾਜੇ ਵੀ ਐਨਾ ਈਜ਼ੀ ਕੁਐਸਚਨ ਮਤਲਬ ਬਹੁਤ ਈਜ਼ੀ ਕੁਐਸਚਨ ਏ ਅੱਜ ਵਾਲੇ ਦੱਸੋ ਰਾਜੇ ਪਾਈ ਮਰਦਾਨਾ ਕਿਸ ਦੇ ਆਪਣਾ ਕਿਹੜਾ 뮤지컬 ਇਨਸਟਰੂਮੈਂਟਲ ਰਿਲੇਟਡ ਹੈਗੇ ਨੇ ਸਭ ਨੂੰ ਪਤਾ ਰਾਜੇ ਰਾਗੀ ਰਬਾਬੀ ਸੂਫੀ ਜਾਂ ਪਟਾਡੀ ਰਾਜੇ ਸੰਡੇ ਤਾਂ ਮੈਨੂੰ ਕਰ ਲੈਣ ਦੋ ਰੈਸਟ ਕਿ ਸੰਡੇ ਵੀ ਨਹੀਂ ਰੈਸਟ ਕਰਨ ਦੇਣੀ ਮੈਨੂੰ ਪਹਿਲਾਂ ਤਾਂ ਮੈਂ ਅੱਜ ਵੀ ਮਿਸ ਕਰਨ ਵਾਲੀ ਸੀਗੀ ਮੈਂ ਵੀ ਯਾਰ ਬਸ ਅੱਜ ਨਹੀਂ ਲਗਾਨੀ ਕਲਾਸ ਮੈਂ ਤੁਹਾਨੂੰ ਦੱਸਿਆ ਦੱਸੋ ਮੈਂ ਕੁਝ ਡਿਟੇਲ ਦੱਸਦਾ ਇਹਦੇ ਵਿੱਚ ਕੁਝ ਹੈ ਹੀ ਨਹੀਂ ਡਿਟੇਲ ਦੱਸਣ ਵਾਲੀ ਐਨ ਮੈਂ ਜਦ ਫਾਈਲ ਓਪਨ ਕੀਤੀ ਹੈ ਨਾ ਅੱਜ ਮਾਰਨਿੰਗ ਹੀ ਕੀਤੀ ਸੀਗੀ ਮੈਂ ਥੋੜਾ ਦੇਖਿਆ ਸੀ ਮੈਂ ਦੇਖੀ ਚੱਲ ਵੀ ਕਿੰਦਾਂ ਦੇ ਕੁਐਸਚਨਸ ਹੈਗੇ ਨੇ ਤੇ ਮੈਂ ਬੈਠੀ ਸੋਚ ਰਹੀ ਸੀ ਕਿ ਮੈਂ ਕਿਹਾ ਵੀ ਲਓ ਬਸ ਜਿਹੜੇ ਬੱਚੇ ਸ਼ਿਫਟ ਦੇ ਵਿੱਚ ਇਹ ਕੁਐਸਚਨ ਆਏ ਨੇ ਉਹ ਬੱਚਾ ਤਾਂ ਤਰ ਗਿਆ ਕਿਨੋ ਮੈਮ ਸੰਡੇ ਵੀ ਲਾ ਲਿਓ ਜੀ ਨੋ ਰੈਸਟ ਆ ਮੇਡ પેટ્રોલ ਤੇ ਥੋੜੀ ਨਾ ਚੱਲ ਰਹੀ ਹੈਗੀ ਆ ਕਮਾਲ ਹੋ ਗਈ ਇੱਕ ਦਿਨ ਤਾਂ ਮੈਨੂੰ ਵੀ ਚਾਹੀਦਾ ਚਲੋ ਹੁਣ ਆ ਦੇਖ ਲਓ ਡਿਵੀਜ਼ਨ ਵਾਲਾ ਕੁਐਸਚਨ ਸ਼ਰੀਆਮ ਇਸ অপਸ਼ਨਸ ਦੇ ਕਿ ਮੈਂ ਚੱਲ ਜਾਈਆ ਵੀਰ ਇਹ ਪੰਜਾਬ ਦੇ ਵਿੱਚ ਹੈ ਨਹੀਂ ਆ ਦੇਖੋ ਕੁਐਸਚਨ ਦੇਖੋ ਵਿਚ ਆਫ ਦਾ ਵਿਚ ਆਫ ਥੀਸ ਡਿਵੀਜ਼ਨ ਆਫ ਬੀਕੇ ਮੇ ਅ ਪਾਰਟ ਆਫ ਪਾਕਿਸਤਾਨ ਡਿਊਰਿੰਗ ਦਾ ਪਾਰਟੀਸ਼ਨ ਆਫ ਪੰਜਾਬੀ 1947 ਜਦੋਂ ਆਪਣੇ ਨਾਲ ਜੇ ਪਾਰਟੀਸ਼ਨ ਹੋਈਏ ਦੇਖੋ ਮੈਂ ਤੁਹਾਨੂੰ ਉਦੋਂ ਵੀ ਪਹਿਲਾਂ ਵੀ ਕਿਹਾ ਸੀ ਵੀ 1947 ਦੇ ਵਿੱਚ ਪੂਰੇ ਇੰਡੀਆ ਦੀ ਡਿਵੀਜ਼ਨ ਨਹੀਂ ਹੋਈ ਸਿਰਫ ਆਪਣਾ ਬੰਗਾਲ ਵਾਲਾ ਐਂ ਪੰਜਾਬ ਦੀ ਹੀ ਡਿਵੀਜ਼ਨ ਹੋਈ ਆ ਉਸ ਟਾਈਮ ਠੀਕ ਆ राजे ਤਾਂ ਦੱਸੋ ਕਿਹੜੀ ਮਤਲਬ ਦੇਖੋ ਆਪਸ਼ਨ ਤੋਂ ਹੀ ਪਤਾ ਲੱਗੇਗਾ ਵੀ ਕਿਹੜੀ ਹੁਣ ਪਾਕਿਸਤਾਨ ਦੇ ਵਿੱਚ ਹੈਗੀ ਕਿਹੜੀ ਆਪਣੀ ਕਿੱਥੇ ਆ ਪੰਜਾਬ ਦੇ ਵਿੱਚ ਐਨਾ ਬਿਲਕੁਲ ਸੱਚ ਹੈ ਤਾਂ ਪਤਾ ਬੱਚੇ ਇਹ ਵੀ ਕੁਐਸਚਨ ਗਲਤ ਕਰਕੇ ਆਏ ਹੋਣਗੇ ਬਹੁਤ ਲੋ ਸਭ ਨੂੰ ਪਤਾ ਕਿਹੜੀ ਹੈਗੀ ਆਪਣੀ ਮੁਲਤਾਨ ਜਲੰਧਰ ਵੀ ਆਪਣੇ ਪੰਜਾਬ ਚ ਫਰੀਦਕੋਟ ਵੀ ਆਪਣਾ ਰੂਪਨਗਰ ਉਪੜ ਆ ਗਿਆ ਆਪਣਾ ਤੇ ਮੁਲਤਾਨ ਦੇਖੋ ਲੋ ਤਾਂ ਆਪਾਂ ਨੂੰ ਪਤਾ ਹੀ ਹੈ ਪਾਕਿਸਤਾਨ ਚ ਲੋ ਆਹ ਦੇਖੋ ਕੁਝ ਵੀ ਨਹੀਂ ਹੈਗਾ ਫਰੋਮ ਵਿਚ ਸਟੇਟ ਇਜ਼ ਦਾ ਬੋਰਗਿਤ ਫਾਰਮ ਦੱਸੋ ਰਾਜੇ ਜਿਹੜਾ ਬੋਰਗਿਤ ਰੂਪ ਕਿਸ ਰਾਜ ਤੋਂ ਹੈ ਆਪਣੇ ਮਨੀਪੁਰ ਤ੍ਰਿਪੁਰਾ ਅਸਾਮ ਜਾਂ ਆਪਣਾ ਮੇਘਾਲਿਆ ਇੰਨੇ ਔਖੇ ਮੁਲਤਾਨ ਸੀਰੀਅਸਲੀ ਇੰਨੇ ਔਖੇ ਕੁਐਸਚਨਸ ਨੇ ਨਾ ਅੱਜ ਵਾਲੇ ਤਾਂ ਬਹੁਤ ਹੀ ਜ਼ਿਆਦਾ ਔਖੇ ਕੁਐਸਚਨਸ ਹੈਗੇ ਨੇ ਸਸੋਰਾ ਜੇ ਬੋਰਗਿਤ ਫਾਰਮੇ ਕਰਵਾ ਚੁੱਕੇ ਇਹ ਸ਼ਿਫਟ ਵਾਲੇ ਦਾ ਰੋਂਦਾ ਹੋਏ ਕਿ ਕਿ ਮੈਂ ਅੱਜ ਪੱਕਾ ਯਾਰ ਪੱਕਾ ਮੇਰੇ ਵੀ ਵਧੀਆ ਮਾਰਕਸ ਬਨੇ ਹੋਏ ਸੀ 500 ਪਲੱਸ ਮਾਰਕਸ ਬਨੇ ਹੋਏ ਸੀ ਤੇ ਮੈਂ ਵੀ ਬਹੁਤ ਰੋਈ ਸੀ ਕਿ ਮੈਂ ਯਾਰ ਕੀ ਆ ਇੰਨਾ ਕੈਂਡ ਪੇਪਰ ਹੋਇਆ ਹੈਗਾ ਅਨ ਕੈਨਸਲ ਹੋ ਗਿਆ ਪੱਕਾ ਰੋਂਦਾ ਹੁਣ ਅਸ਼ਰਫ ਖਾਨ ਬਿਲਕੁਲ ਸਹੀ ਕਿਹਾ ਤੁਸੀਂ ਕਿੱਥੇ ਅਗਰ ਅਜੇ ਆਪਣਾ ਆਸਾਮ ਲਓ ਇੰਨਾ ਈਜ਼ੀ ਕੁਐਸਚਨ ਹੈਗਾ ਸਾਰੇ ਸਹੀ ਮੇਰੇ ਤੁਸੀਂ ਸੋਚ ਲਓ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਟਾਰਟਿੰਗ ਦੇ ਵਿੱਚ ਵੀ ਅੱਜ ਤੁਹਾਨੂੰ ਸਾਰੇ ਬੱਚਿਆਂ ਨੂੰ ਕੌਨਫੀਡੈਂਸ ਹੋ ਜਾਊਗਾ ਵੀ ਹਾਂਜੀ ਨਹੀਂ ਨਹੀਂ ਸਾਨੂੰ ਤਿਆਰੀ ਆਉਂਦੀ ਆ ਸਾਨੂੰ ਆਂਦਾ ਹੈ ਸਭ ਕੁਝ ਜਿਹੜੇ ਬੱਚਿਆਂ ਦਾ ਬਿਲਕੁਲ ਬਿਲਕੁਲ ਮੈਂ ਵੀ ਤਾਂ ਤੁਹਾਡਾ ਕੰਪੀਟੀਸ਼ਨ ਆ ਆਪਾਂ ਕੰਪੀਟੀਸ਼ਨ ਹੀ ਇੱਕ ਦੂਸਰੇ ਦੇ ਠੀਕ ਆ ਰੀਨਾ ਰਾਣੀ ਹਾਂਜੀ ਰਾਜੇ ਵੈਰੀ ਗੁੱਡ ਈਵਨਿੰਗ ਸੌਰੀ ਲੇਟ ਹੋ ਗਈ ਫੌਜੀ ਦੀ ਕੁੜੀ ਅੱਛਾ ਪੂਆਜੀ ਦੀ ਕੁੜੀ ਆ ਗਈ ਸੀ ਮੈਂ ਰੋਟੀ ਬਣਾਣ ਲੱਗੀ ਸੀ ਓਕੇ ਓਕੇ ਕੋਈ ਗੱਲ ਨਹੀਂ ਰੀਨਰਾਨੀ ਬਿਲਕੁਲ ਬਣ ਸਕਦਾ ਸੀਗਾ ਡੈਡਪੋ ਰਾਜੇਸ ਅੱਧੇ ਬੱਚੇ ਤਾਂ ਟ੍ਰੈਲ ਚੋਂ ਨਿਕਲ ਜਾਣੇ ਸੀਗੇ ਪਰ ਵੈਸੇ ਛੱਡਦਾ ਨਹੀਂ ਕੋਈ ਵੀ ਬੱਚਾ ਟ੍ਰੈਲ ਇਹ ਬਿਲਕੁਲ ਸੱਚ ਹੈਗਾ ਅਗ ਨੂੰ ਹੁੰਦਾ ਨਾ ਕੌਨਫੀਡੈਂਸ ਆਪਣੀ ਇੱਕਲ ਹੋਰ ਹੈ ਜੇ बलविंदर बलविंद बल का नहीं है लेवल ये सब इंस्पेक्टर का ही लेवल रनिंग कर, तो कर दो मैं खुद स्टार्ट करनी है कि कल तो संडे <laughs> में तो तो रनिंग स्टार्ट करनी है कि मैं खुद ठीक है आज तो ही राजे अपनी रनिंग स्टार्ट स्टार्ट कर दो अपना पूरा रखो ठीक है अपन नहीं जान दे सकते ਕੋਜ਼ ਇਹ ਤਾਂ ਮੋਸਟਲੀ ਬੱਚਿਆਂ ਨੂੰ ਹੈ ਵੀ ਪੰਜਾਬੀ ਪੁਲਿਸ ਦੀ ਵਰਦੀ ਸਾਡੇ ਪਾਵੇ ਹੀ ਪਾਵੇ ਠੀਕ ਹੈ ਰਾਜੀ ਤੇ ਸਾਰੇ ਐਗਜ਼ਾਮ ਹੋਣਗੇ ਤੇ ਜਲਦੀ ਹੋਣ ਦੇ ਚਾਂਸ ਹੈਗੇ ਨੇ ਕੋ ਲਾਸਟ ਇਅਰ ਨੇ ਇਦਾਂ ਹੀ ਕੀਤਾ ਸੀ 1 ਮਨთ ਬਾਅਦ ਇਹਨਾਂ ਨੇ ਐਗਜ਼ਾਮ ਲੈ ਲਏ ਸੀਗੇ ਰਾਜੀ ਕਲੀਅਰ ਹੋ ਜਾਂਦਾ ਸੀ ਆਪਾਂ ਕਲੀਅਰ ਕਰਨਾ ਹੈ ਸੋ ਠੀਕ ਹੈ ਰਾਜੀ ਚਲੋ ਆਨਸਰ ਕਰੋ ਵੇਅਰ ਇਜ਼ ਦਾ origin ਆਫ ਰਿਵਰ ਜੇਲਮ ਰਾਜੇ ਆਪਣੀ ਟ੍ਰਿਬਿਊਟਰੀ ਕੀ ਦੀਆਂ ਸਾਰੀਆਂ ਇੰਡਸ ਦੀਆਂ ਟ੍ਰਿਬਿਊਟਰੀਜ਼ ਹੈਗੀਆਂ ਨੇ ਦੱਸੋ ਰਾਜੇ ਆਪਣੀ ਜੇਲਮ ਰਿਵਰ ਹੁਣ ਤੁਸੀਂ ਸੋਚੋ ਰਾਜੇ ਸਭ ਨੂੰ ਪਤਾ ਵੀ origin ਪੁਆਇੰਟ ਕਿੱਥੇ ਹੈਗਾ ਇੰਨਾ ਈਜ਼ੀ ਕੁਐਸਚਨ ਹੈਗਾ ਦੇਖੋ ਰਾਜੇ ਜੰਸਕਰ ਰੇਂਜ ਲਦਾਖ ਹੋ ਗਈ ਆਪਣੀ ਲੇਕ ਮਾਨਸੋਵ ਤਿੱਬਤ ਰੋਤਾਂਗ ਪਾਸ ਕੁੱਲੂ ਜਾ ਆਪਣਾ ਵੈਰੀ ਨਾਗ ਕਸ਼ਮੀਰ ਮੈਨੂੰ ਤਾਂ ਉਹ ਆ ਰਿਹਾ ਕੌਨਫੀਡੈਂਸ ਸਭ ਨੂੰ ਵੀ ਯਾਰ ਇੰਨਾ ਈਜ਼ੀ ਕੁਐਸਚਨ ਸੋਚੋ ਯਾਰ ਜਿਸ ਬੱਚੇ ਸ਼ਿਫਟ ਦੇ ਵਿੱਚ ਆਏ ਹੋਣਗੇ ਕਿਆ ਬਾਤ ਆ ਉਹ ਵਿਚਾਰਾ ਤਾਂ ਵਕਤੀ ਰੋਂਦਾ ਹੋਏਗਾ ਸ਼ਰਫਖਾਨ ਸਹੀ ਕਹਿਆ ਸੀ ਰਜੇ ਤੁਸੀਂ ਮੈਂ ਤੇ ਰਨਿੰਗ ਵੀ ਕਰ ਲਈ ਫਿਰ ਵੀ ਮਰਦੀ ਨਹੀਂ ਮਿਲੀ ਸਤਾਸਿੰ ਨੂੰ ਈਗਲ ਨਹੀਂ ਰਜੇ ਇਸ ਵਾਰ ਪੱਕਾ ਮਿਲੇਗੀ ਆਪਾਂ ਨੂੰ ਠੀਕ ਆ ਪੱਕਾ ਵਰਦੀ ਮਿਲਣੀ ਹੀ ਮਿਲਣੀ ਹੈ ਬਸ ਆਪਣਾ ਕੰਫੀਡੈਂਸ ਨਾਲ ਲੂਜ਼ ਹੁੰਦੇ ਹੋ ਪੋਜ਼ਿਟਿਵਿਟੀ ਰੱਖੋ ਆਪਣੇ ਅੰਦਰ ਠੀਕ ਆ ਜੋ ਸੈਕਸ਼ਨ ਵੀਕ ਹੈਗਾ ਬਸ ਉਸ ਸਟਰੋਂਗ ਕਰਦੇ ਜਾਓ ਯਾਰੇ ਹੋ ਹੀ ਨਹੀਂ ਸਕਦਾ ਵੀ ਐਗਜ਼ਾਮ ਕਰੈਕ ਨਾ ਹੋਵੇ ਅਗਰ ਆਪਾਂ ਮਿਹਨਤ ਕਰ ਰਹੇ ਆ ਜੇ ਬਸ ਨੂੰ ਟਾਈਮ ਪਾਸ ਕਰ ਰਹੇ ਹੋ ਉਹ ਚੀਜ਼ ਅਲੱਗ ਹੈਗੀ ਆ ਅਗਰ ਵਾਕਈ ਆਪਾਂ ਕਰ ਰਹੇ ਆ ਮਿਹਨਤ ਮਤਲਬ ਮੈਂ ਤਾਂ ਸੋਚਿਆ ਵੀ ਮੈਂ ਨਹੀਂ ਛੱਡਣਾ ਇਸ ਵਾਰ ਕੁਝ ਮੱਝੀ ਹੋ ਜੇ ਬਸ ਆਪਾਂ ਪਾਰ ਲਗਾਣਾ ਹੀ ਲਗਾਣਾ ਹੈ ਅੱਛਾ ਨਿਸ਼ੂ ਸੰਦੂ ਤੁਹਾਡੇ ਵਾਲੀ ਸ਼ਿਫਟ ਅਰੇ ਜੇ ਗੁੱਡ ਆਫਟਰਨੂਨ ਪ੍ਰੀਤ ਰੰਧਾਵਾ ਬਲਵਿੰਦਰ ਮਿੰਦੂ ਪ੍ਰੈਕਟਿਸ ਕਰੋ ਰਾਜੇ ਸਭ ਕੁਝ ਹੋ ਜਾਏਗਾ ਠੀਕ ਆ ਅੱਜ ਤੋਂ ਪ੍ਰੈਕਟਿਸ ਸਟਾਰਟ ਕਰੋ ਇੱਕ ਮਨ ਤਾਂ ਬਹੁਤ ਹੈਗਾ ਟ੍ਰਾਇਲ ਕੱਢਣ ਲਈ ਟ੍ਰਾਇਲ ਦੀ ਪ੍ਰੋਪਰ ਪ੍ਰੈਕਟਿਸ ਕਰਨ ਲਈ ਦੱਸੋ ਰਾਏ ਸਭ ਨੂੰ ਪਤਾ ਕਿੱਥੇ ਹੈਗਾ ਆਪਣਾ ਵੈਰੀ ਨਾਗ ਕਸ਼ਮੀਰ ਨੈਕਸਟ ਦੇਖੋ ਆਪਣਾ ਦਾ ਟੌਮ ਆਫ ਵਿਚ ਆਫ ਦਾ ਫਾਲਿੰਗ ਮੁਗਲ ਐਂਪਰਰ ਵਾਸ ਬੁਲਟ ਬਾਈ ਹਿਸ ਵਿਡੋ ਬੇਗਾ ਬੇਗਮ ਦੱਸੋ ਲਾ ਇਹ ਵੀ ਕਿੰਨਾ ਈਜ਼ੀ ਕੁਐਸਚਨ ਹੈਗਾ ਦੱਸੋ ਰਾਜੇ ਆਪਣੀ ਬੇਗਾ ਬੇਗਮ ਨੇ ਮਤਲਬ ਕਿੰਨਾ ਦੀ ਸੀਗੀ ਉਹ ਵਿਡੋ ਜਿਨ੍ਹਾਂ ਨੇ ਆਪਣਾ ਟੈਂਪਲ ਬਿਲਟ ਕੀਤਾ ਸੀਗਾ ਅਕਬਰ ਹਮਾਇਉ ਔਰੰਗਜ਼ੇਬ ਜਾਂ ਆਪਣਾ ਜਹਾਂਗੀਰ ਕਿੱਥੇ ਸੀ ਨੀਸ਼ੂ ਗੱਲਾਂ ਨਾ ਮਾਰੋ ਥੋੜਾ ਆ ਸੈਸ਼ਨ ਨੂੰ ਅਟੈਂਡ ਕਰੋ ਦਸਤੋ ਰਾਜੇ ਬੇਗਾ ਬੇਗਮ ਇਤਸ ਇੰਨੇ ਈਜ਼ੀ ਕੁਐਸਚਨ ਆ ਤੁਸੀਂ ਸੋਚੋ ਰਾਜੇ ਤੇ ਸਬ ਇਨਸਪੈਕਟਰ ਵਾਲੀ ਕੁਐਸਚਨਰ ਆ ਜੇ ਹਲੇ ਸਬ ਇਨਸਪੈਕਟਰੀ ਚੱਲ ਰਿਹਾ ਹੈਗਾ ਪਹਿਲਾਂ ਮੈਂ ਸਬ ਇਨਸਪੈਕਟਰੀ ਮੈਂ ਸੋਚਿਆ ਸੀਗਾ ਵੀ ਪਹਿਲਾਂ ਤੇ ਮੈਂ ਸੋਚਿਆ ਸੀ ਵੀ ਮਿਕਸ ਕਰਦੇ ਆ ਫਿਰ ਮੈਂ ਕਿਹਾ ਨਹੀਂ ਥੋੜਾ ਬੱਚਿਆਂ ਨੂੰ ਵੀ ਲੈਵਲ ਪਤਾ ਚੱਲ ਜਾਏਗਾ ਤੁਹਾਨੂੰ ਵੀ ਵੀ ਹਾਂਜੀ ਸਬ ਇਨਸਪੈਕਟਰ ਦਾ ਕੀ ਲੈਵਲ ਆ ਰਿਹਾ ਹੈਡ ਕਨਸਟੇਬਲ ਦਾ ਕੀ ਲੈਵਲ ਸੀ ਤੇ ਆਪਣਾ ਇੰਟੈਲੀਜੈਂਸ ਅਸਿਸਟੈਂਟ ਵਾਲਾ ਕੀ ਹੋਏਗਾ ਲਓ ਟਾਈਮ ਕੀ ਵੇਸਟ ਕਰੀਏ ਤੇ ਹਿਮਾਯੂ ਨੈਕਸਟ ਦੇਖੋ ਲਓ ਵਿਚ ਆਫ ਦਾ ਫੋਲੋਇੰਗ ਚੀਫ ਮਿਨਿਸਟਰ ਆਫ ਪੰਜਾਬ ਚਿਕਾ ਰਾਜੇ ਇੰਡੀਆ ਇਜ਼ ਕ੍ਰੈਡਿਟਿਡ ਵਿਦ ਲਾਈਂਗ ਦਾ ਫਾਊਂਡੇਸ਼ਨ ਆਫ ਔਰ ਦਾ ਗ੍ਰੀਨ ਰੈਵਿਊਲੂਸ਼ਨ ਇਨ ਪੰਜਾਬ ਇਹ ਸਭ ਨੂੰ ਪਤਾ ਵੀ ਗ੍ਰੀਨ ਰੈਵਿਊਲੂਸ਼ਨ ਇਨ ਪੰਜਾਬ ਆਪਣੇ ਕੌਣ ਸੀਗੇ ਉਸ ਟਾਈਮ ਸੀਐਮ ਦੱਸੋ ਰਾਜੇ ਬਿਲਕੁਲ ਹਾਜੀ ਬੇਗਮ ਵੈਰੀ ਗੁੱਡ ਰਾਜੇ ਵੈਰੀ ਗੁੱਡ ਬਲਵਿੰਦਰ ਬਿੰਦੂ ਹੁਣ ਤੁਸੀਂ ਆ ਸੋਚੋ ਕਿੰਨਾ ਈਜ਼ੀ ਹੈਗਾ ਆਛਰਵ ਕਾ ਬਹਾਨੇ ਨਾ ਬਣਾਇਆ ਕਰੋ ਠੀਕ ਹੈ ਵੀ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਬਹਾਨੇ ਬੁੰਨੇ ਸਭ ਸਾਈਡ ਤੇ ਰੱਖ ਦੋ ਆਪਣੇ ਜਿੰਨੇ ਵੀ ਤੁਹ ਬਹਾਨੇ ਬਣਾਉਂਦੇ ਹੋ ਤੁਸੀਂ ਵੀ ਇਹ ਨਹੀਂ ਹੋਣਾ ਯਾਰ ਸਾਡੇ ਤੋਂ ਇਹ ਨਹੀਂ ਹੋ ਰਿਹਾ ਇਹ ਉਹ ਉਹ ਸਭ ਚੀਜ਼ਾਂ ਸਾਈਡ ਤੇ ਰੱਖੋ ਚਲੋ ਆਨਸਰ ਕਰੋ ਤੁਹ ਲੱਗਦਾ ਵੀ ਤੁਹਾਨੂੰ ਨਹੀਂ ਪਤਾ ਹੋਏਗਾ ਗ੍ਰੀਨ ਰੈਵਿਊਲੂਸ਼ਨ ਪੰਜਾਬ ਜਦੋਂ ਰਾਜੀ ਆਪਣੀ ਰੱਖੀ ਸੀ ਫਾਊਂਡੇਸ਼ਨ ਦੱਸੋ ਕੌਣ ਸੀ ਉਸ ਟਾਈਮ ਆਪਣਾ ਚੀਫ ਮਿਨਿਸਟਰ ਆਫ ਪੰਜਾਬ ਕੁਐਸਚਨ ਨੰਬਰ 7 ਦਾ ਆਨਸਰ ਕਰੋ ਮੈਂ ਤਾਂ ਜਿਵੇਂ ਫੀਲ ਹੋ ਰਿਹਾ ਵੀ ਯਾਰ ਮੈਂ ਕੀ ਇਹ ਚ ਦੱਸਾਂ ਕਿ ਮੈਨੂੰ ਸਮਝ ਹੀ ਨਹੀਂ ਆ ਰਹੀ ਵੀ ਮੈਂ ਕੀ ਡਿਟੇਲ ਦੇਵਾਂ ਕਿਹੜੇ ਕੁਐਸ਼ਨਸ ਸੀਰੀਅਸਲੀ ਲੋ ਕਿੰਨਾ ਈਜ਼ੀ ਦੇਖੋ ਸਾਰੇ ਬੱਚੇ ਅਟੈਂਡ ਕਰ ਰਹੇ ਨੇ ਅੱਜ ਤਾਂ ਪੱਕਾ ਤੁਹਾਨੂੰ ਸ਼ਾਬਾਸ਼ ਦੇਣੀ ਪੰਦੀ ਹੈਗੀ ਆ ਵੀ ਨਹੀਂ ਨਹੀਂ ਆਪਾਂ ਨਹੀਂ ਬਾਹਰ ਹੈਗੇ ਕੰਪੀਟੀਸ਼ਨ ਤੋਂ ਦੇਖੋ ਲੋ ਵਨ ਆਫ ਦਾ ਮੇਨ ਫੰਕਸ਼ਨ ਆਫ ਨਬਾਰਡ ਇਜ਼ ਟੂ ਪ੍ਰੋਵਾਈਡ ਦੱਸੋ ਰਾਜੇ ਨਬਾਰ ਦਾ ਮੇਨ ਫੰਕਸ਼ਨ ਕੀ ਹੈਗਾ ਨਬਾਰ ਕੀ ਹੈਗਾ ਆਪਣਾ ਦੱਸੋ ਸਭ ਤੋਂ ਪਹਿਲਾਂ ਤਾਂ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਨਬਾਰ ਦੀ ਫੁੱਲ ਫਾਰਮ ਕੀ ਹੈਗੀ ਰਾਜੇ ਨੈਸ਼ਨਲ ਦੱਸੋ ਸਾਰਿਆਂ ਨੇ ਨਬਾਰ ਦੀ ਸਭ ਤੋਂ ਪਹਿਲਾਂ ਤਾਂ ਮੈਨੂੰ ਫੁੱਲ ਫਾਰਮ ਦੱਸੋ ਰਾਜੀ ਨਬਾਰ ਦੀ ਫੁੱਲ ਫਾਰਮ ਕੀ ਹੈਗੀ ਨੈਸ਼ਨਲ ਬੈਂਕ ਫਾਰ ਐਗਰੀਕਲਚਰ एंड रूलर डेवलपमेंट एंड अपनी रूलर डेवलपमेंट एक चीज उसे हमेशा हमेशा देखियो राजे हमेशा देखियो एक चीज हाफ क्वेश्चन ਤਾਂ ਨਾ ਆਪਣਾ ਸ਼ਾਰਟ ਫਾਰਮ ਤੋਂ ਹੀ ਕੀ ਹੈਗਾ ਸੋਲਵ ਹੋ ਜਾਂਦਾ ਹੁੰਦਾ ਅਗਰ ਕਿਸੇ ਨੇ 50 50 ਕਰਕੇ ਵੀ ਕੁਐਸਚਨ ਅਟੈਂਡ ਕਰਨੇ ਹੋਣ ਤਾਂ ਹਾਫ ਕੁਐਸਚਨ ਦਾ ਰਾਜੇ ਆਪਣਾ ਸਟੇਟਮੈਂਟ ਤੋਂ ਇੱਕ ਕਲੀਅਰ ਹੋ ਜਾਂਦਾ ਵੀ ਹਾਂ ਰਾਜੇ ਇਸ ਦੇ ਚੀਜ਼ ਦੇ ਰਿਲੇਟਡ ਹੋਏਗੀ ਤਾਂ ਤੁਸੀਂ ਦੇਖੋ ਕਿਸ ਚੀਜ਼ ਦੇ ਰਿਲੇਟਡ ਹੈਗੀ ਹੈ ਕੈਨਸਲ ਹੋਉਂਦਾ ਐਗਜ਼ਾਮ ਤਾਂ ਅੱਜ ਮੈਂ ਪਾਪਾ ਦੇ ਨਾਲ ਪੰਜਾਬ ਬਿਲਕੁਲ ਨਿਸ਼ੂ ਸੰਧੂ ਰਾਜੇ ਅੱਜ ਫਿਰ ਸਾਰੇ ਵਸ ਸਾਰੇ ਫਿਰ ਵਰਦੀ ਪਾਈ ਹੋਣੀ ਸੀ ਸਭ ਦੇ ਆਪਣੇ ਕੋਆਪਰੇਟਿਵ ਇਨਸਪੈਕਟਰ ਦੇ ਰਾਜੇ ਐਡਮਿਟ ਕਾਰਡ ਆ ਚੁੱਕੇ ਨੇ ਜਿਹੜੇ ਬੱਚਿਆਂ ਨੇ ਫਿਲ ਕੀਤਾ ਸੀ ਤੇ ਉਹ ਆਪਣਾ ਆਪਣਾ ਐਗਜ਼ਾਮ ਦੇਣ ਜਾਇਓ ਠੀਕ ਆ ਬਿਲਕੁਲ ਰਿਲੈਕਸ ਹੋ ਕੇ ਬਸ ਆਪਣਾ ਪੜੋ ਦੇਲੀ ਮੇਰਾ ਮੰਨਣਾ ਹੈ ਵੀ ਐਗਜ਼ਾਮ ਤੋਂ 1 ਘੰਟਾ ਪਹਿਲਾਂ ਵੀ ਪੜ੍ਹਨਾ ਚਾਹੀਦਾ ਆਪਾਂ ਨੂੰ ਜੇ ਮਾਲੋ 12 ਵਜੇ ਐਗਜ਼ਾਮ ਹੈਗਾ ਨਾ ਤਾਂ ਆਪਾਂ ਨੂੰ 11:30 ਤੱਕ ਬਿਲਕੁਲ ਆਪਾਂ ਨੂੰ ਪੜ੍ਹਨਾ ਚਾਹੀਦਾ ਮੀਨ ਜਦੋਂ ਐਂਟਰੀ ਸਟਾਰਟ ਹੋ ਜਾਂਦੀ ਹੈ ਉਸ ਤੋਂ ਪਹਿਲੇ ਤੱਕ ਆਪਾਂ ਨੂੰ ਪੜ੍ਹਨਾ ਚਾਹੀਦਾ ਹਰ ਇੱਕ ਚੀਜ਼ ਆਪਾਂ ਨੂੰ ਦੇਖਣੀ ਚਾਹੀਦੀ ਹੈ ਵੀ ਜਿਹੜੀ ਚੀਜ਼ ਵੀਕ ਹੈਗੀ ਆ ਕਈ ਬੱਚੇ ਹੁੰਦੇ ਨੇ ਵੀ ਪਹਿਲਾਂ ਛੱਡ ਦਿੰਦੇ ਇੱਕ ਦਿਨ ਪਹਿਲਾਂ ਨਹੀਂ ਪਹਿਲਾਂ ਬਸ ਆਪਣਾ ਪਹੁੰਚੋ ਸੈਂਟਰ ਤੇ ਮਤਲਬ ਮੇਰਾ ਖੁਦ ਦਾ ਮੰਨਣਾ ਹੈਗਾ ਇਹ ਚੀਜ਼ ਵੀ ਐਗਜ਼ਾਮ ਜਿੰਨਾ ਟਾਈਮ ਐਗਜ਼ਾਮ ਬੈਠਣ ਇੰਨੇ ਰਿਹਾ ਉਸ ਤੋਂ ਪਹਿਲਾਂ ਵੀ ਐਂਟਰੀ ਨਹੀਂ ਸਟਾਰਟ ਹੁੰਦੀ ਉਸ ਤੋਂ ਪਹਿਲਾਂ ਵੀ ਆਪਾਂ ਨੂੰ ਰਾਜੇ ਪੜ੍ਹਨਾ ਹੀ ਚਾਹੀਦਾ ਸੈਂਟਰ ਕਿੱਥੇ-ਕਿੱਥੇ ਆਇਆ राजे ਦੱਸੋਗੇ ਵੀ ਸਾਰੇ ਪੜ੍ਹਦੇ राजे ਬਿਲਕੁਲ ਮੈਂ ਵੀ ਤੁਹਾਡੇ ਨਾਲ ਦੀ ਹੂਈਆਂ ਕਈ ਚੀਜ਼ਾਂ ਮੈਨੂੰ ਵੀ ਸਕਿਪ ਹੁੰਦੀਆਂ ਉਹ ਜਿਹੜੀਆਂ ਫਿਰ ਮੈਂ ਜ਼ਿਆਦਾ ਦੇਖਦੀ ਹੁੰਨੀ ਆ ਯਾਰ ਐਂਡ ਜਿਹੜੀ ਚੀਜ਼ ਮੈਂ ਛੱਡ ਦੇਵਾਂ ਉਹ ਪੱਕਾ ਇਗਜ਼ਾਮ ਦੇ ਵਿੱਚ ਆਉਂਦੀ ਹੈ ਇਹ ਤਾਂ ਮੇਰਾ 101% ਐਕਸਪੀਰੀਅੰਸ ਹੈਗਾ ਵੀ ਜਿਹੜੀ ਚੀਜ਼ ਮੈਂ ਕਹਦੀ ਨਾ ਵੀ ਚੱਲ ਯਾਰ ਛੱਡ ਇਹ ਕੀ ਆਣਾ ਹੈਗਾ ਐਂਡ ਉਹ ਚੀਜ਼ ਪੱਕਾ ਹੀ ਆਉਂਦੀ ਆ ਕਿੱਥੇ-ਕਿੱਥੇ ਆਇਆ राजे ਸੈਂਟਰ ਕੋਆਪਰੇਟਿਵ ਇਨਸਪੈਕਟਰ ਦੇ ਨਵਾੜ ਦਾ ਨਵਾੜ ਆਪਣਾ ਜੀ ਬਣਿਆ ਕਦੋਂ ਸੀਗਾ 1982 ਹਨ 1982 ਦੇ ਵਿੱਚ ਬਣਿਆ ਸੀ 12 ਜੁਲਾਈ 1982 ਹੈਡ ਕੁਆਟਰ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਨਵਾੜ ਦਾ ਕਿੱਥੇ ਹੈਗਾ ਆਪਣਾ ਮੁੰਬਈ ਮਹਾਰਾਸ਼ਟਰ ਹੁਣ ਤੁਸੀਂ অপਸ਼ਨਸ ਦੇਖ ਸਕਦੇ ਹੈਗੇ ਰਾਜੇ ਠੀਕਾ ਦਿਨਾਰਾਣੇ ਕਿੱਥੇ ਲੈਨੇ ਰਾਜੇ ਪੌਲਿਟੀ ਦੇ ਐਮਸੀਕਿਊ ਬਿਲਕੁਲ ਵੈਰੀ ਗੁੱਡ ਬਿਲਕੁਲ ਆਪਣੇ ਸੀਵਾਰੀਮਨ ਕਮੇਟੀ ਦੀ ਰეკਮੈਂਡੇਸ਼ਨ ਤੇ ਅਸੀਂ ਰਾਜੇ ਦੇਖੋ ਆ ਤਾਂ ਹੋ ਹੀ ਨਹੀਂ ਸਕਦਾ ਰੈਂਟਡ ਸਪੇਸ ਫਾਰ ਕੋਲਡ ਸਟੋਰੇਜ ਫੈਸਿਲਿਟੀ ਠੀਕ ਆ ਅਰਬਨ ਏਰੀਆ ਵਾਲਾ ਵੀ ਨਹੀਂ ਹੋ ਸਕਦਾ ਰਾਜੇ ਕੌਜ਼ ਇਹ ਤਾਂ ਰੂਰਲ ਡਿਵੈਲਪਮੈਂਟ ਲਈ ਆਪਣਾ ਹੈਗਾ ਮੇਨ ਵਰਕ ਕਰਨਾ ਤਾਂ ਕਿਹੜਾ ਸੀ ਕ੍ਰੈਡਿਟ ਫੈਸਿਲਿਟੀਆਂ ਦੇਣੀਆਂ ਸੀ ਇਹ ਕਾਦੇ ਵਾਸਤੇ ਟੂ ਮਾਰਕੀਟਿੰਗ ਫੈਡਰੇਸ਼ਨ ਵਾਸਤੇ ਠੀਕ ਆ ਰਾਜੇ ਚਲੋ ਨੈਕਸਟ ਪੁਆਇੰਟ ਦੇਖੋ ਦ ਚੈਰੀਟੇਬਲ ਟਰਸਟ ਸੈਟ ਅਪ ਬਾਈ ਦ ਸੁਲਤਾਨ ਵਾਸ ਕਾਲਡ ਐਸ ਦੇਖੋ ਰਾਜੇ ਆਪਣੇ ਸੁਲਤਾਨ ਨੇ ਚੈਰੀਟੇਬਲ ਟਰਸਟ ਸੈਟ मुरक्का अफवाक जियारत ज अरवा मैम ये शिफ्ट का <laughs> शिफ्ट को नहीं। देखो राजे बिल्कुल आ सकते है ने? बस अपने प्रैक्टिस करनी है क्वेश्चन नंबर नाइन का आंसर करो ਲੋ ਵੈਰੀ ਗੁੱਡ ਸਭ ਨੂੰ ਪਤਾ ਹੈਗਾ ਚੈਰੀਟੇਬਲ ਟਰਸਟ ਕਿਹੜਾ ਫਾਊਂਡ ਕੀਤਾ ਸੀ ਕਾਫ ਨੈਕਸਟ ਦੇਖੋ ਚਲੋ ਇਹਦਾ ਐਡਵੋਕੇਟ ਐਕਟ ਵਾਲਾ ਰਾਜੇ ਤੋਂ ਮੈਂ ਕਿਹਾ ਸੀ ਇਹ ਤਾਂ ਆਪਾਂ ਸਕਿਪ ਹੀ ਕਰਾਂਗੇ ਬਟ ਇੱਕ ਵਾਰ ਜੀ ਤੁਸੀਂ ਦੇਖ ਲਿਓ ਠੀਕ ਹੈ ਮੈਂ ਪੀਡੀਐਫ ਦੇਖੋ ਸ਼ੇਅਰ ਕਰਵਾਈ ਹੋਈ ਹੈਗੀ ਆ ਤਿੰਨ ਦੀ ਤਿੰਨ ਪੀਡੀਐਫ ਸ਼ੇਅਰ ਹੋ ਚੁੱਕੀਆਂ ਨੇ ਬਟ ਇੱਕ ਵਾਰ ਤੁਸੀਂ ਆਪਣੇ ਲੈਵਲ ਤੇ ਦੇਖ ਲਿਓ ਠੀਕ ਹੈ ਐਡਵੋਕੇਟ ਐਕਟ ਹੈਗਾ ਆਪਣਾ ਇਹਦਾ ਆਨਸਰ ਨੰਬਰ ਲਿਖ ਲੋ ਰਾਜੇ ਕਿਹੜਾ ਹੈਗਾ ਆਪਣਾ ਡਿਸਪਲਿਨਰੀ ਕਮੇਟੀ ਸੋ ਨੈਕਸਟ ਕੁਐਸਚਨ ਦੇਖੋ ਦਸੋ ਰਾਜੇ ਨੂੰ ਵਿਵਹਾਰ ਮਾਲਾ ਦੱਸੋ ਇਹਦੇ ਆਥਰ ਕੌਣ ਸੀਗੇ ਆਪਣੀ ਬੁੱਕ ਹੈਗੀ ਆ ਵਿਵਹਾਰ ਮਾਲਾ ਮਜਾ ਮੰਗਲਮ ਨਰਾਇਣ 나ਬੁਦਰੀ ਠੀਕਾ ਕੁੰਚਨ ਨੰਬੀਰ ਮਹਾਰਾਜਾ ਸਵਾਤੀ ਤਿਰੁਨਲ ਗੋਰੀ ਪਾਰਵਤੀ ਬਾਈ ਅਨਾਉਂਸ ਕੀਤਾ ਹੈਗਾ ਆਪਣੇ ਭਗਵੰਤ ਮਾਨ ਜੀ ਨੇ ਦੇਖੀ ਨੀ ਤੁਸੀਂ ਉਹ ਵੀਡੀਓ ਵੀ ਨਿਊ ਵੈਕੈਂਸੀਜ਼ ਆ ਰਹੀਆਂ ਨੇ ਪੰਜਾਬ ਪੁਲਿਸ ਵਿੱਚ ਜੋ ਇਹ ਹੈਗੀਆਂ ਇਹ ਤਾਂ ਹੈਗੀਆਂ ਨਿਊ ਹੋਰ ਆ ਰਹੀਆਂ ਨੇ ਤਾਂ ਦੇਖੋ राजे ਫਿਰ ਬਿਲਕੁਲ ਆਣਗੀਆਂ ਤੇ ਅਮਨ ਆਪਣੇ ਹਾਲੇ ਜਾਰੇ ਅਮਰ ਤੁਸੀਂ ਪਰ ਇਹ ਨਹੀਂ ਹੋਈ राजे ਸਬ ਇੰਸਪੈਕਟਰ ਹੈੱਡ ਕਨਸਟੇਬਲ ਇੰਟੈਲੀਜੈਂਸ ਅਸਿਸਟੈਂਟ ਦੱਸਿਓ ਮੈਂ राजे ਕੋਈ ਬੁੱਕ ਰੈਕ ਫੈਕਟਸ ਬਸ ਪ੍ਰੈਕਟਿਸ ਕਰੋ ਰਾਜੇ ਵੱਤ ਤੋਂ ਵੱਧ ਠੀਕ ਹੈ ਮੈਂ ਮੈਂ ਕੁਝ ਨਹੀਂ ਕਹਿਣਾ ਇਸ ਚੀਜ਼ ਤੇ ਕਿਹੜੀ ਬੁੱਕ ਰეკਮੈਂਡ ਕਰਾਂਗੀ ਕਿਹੜੀ ਨਹੀਂ ਹੈ ਨਾ ਕਿਉਂਕਿ ਇੱਕ ਬੁੱਕ ਤੋਂ ਤਰ੍ਹਾਂ ਜੇ ਹੁੰਦਾ ਵੀ ਨਹੀਂ ਸਿਲੇਬਸ ਠੀਕ ਹੈ ਆਪਾਂ ਨੂੰ ਫੈਕਟਸ ਇਕੱਠੇ ਕਰਨੇ ਪੈਂਦੇ ਹੈਗੇ ਨੇ ਅਲੱਗ-ਅਲੱਗ ਜਗ੍ਹਾ ਤੋਂ ਮੈਂ ਕੁਝ ਨਹੀਂ ਕਹਿਣਾ ਆਨਸਰ ਕਰੋ ਕੁਐਸਚਨ ਆਨਸਰ ਕਰੋ ਰਾਜੇ ਲੋ ਕੁਐਸਚਨ ਕੀ ਵਿਵਾਰਮਾਲਾ ਕੀ ਦੀ ਹੈਗੀ ਆਪਣੀ ਮਜਹਾ ਮੰਗਲਮ ਨਰਾਇਣ ਨਬੋਧਰੀ चलो नैक्सट देखो विच मिनिस्ट्री हैज रोल्ड आउट द ड्राफ्ट ब्ल्यू इकोनमी पॉलिसी ऑफ इंडिया देखो जरा वर्ड है ना ड्राफ्ट ब्ल्यू इकोनमी राजे इस तो आंसर आ जाएगा अपना ठीक है भी कि मिनिस्ट्री ने रोल आउट की अपनी ड्राफ्ट ब्ल्यू पॉलिसी इकोनमी फॉर इंडिया दसो तो मिनिस्ट्री ऑफ कारपोरेट अफेयरस मिनिस्ट्री ऑफ अर्थ एंड सैंस आंसर करो राजे बस आ वर्ड चक लो ब्ल्यू ब्ल्यू वर्ड बस पिक कर लो आंसर आ जाएगा ਮਿਊਜ਼ਿਕ ਕੰਗ ਮੈਥ ਲਈ ਕੋਈ ਟੀਚਰ ਦੱਸ ਦੋ ਗੁੱਡ ਆਫਟਰਨੂੰ ਕਰਨ ਚੌਧਰੀ ਪੂਰਨਮ ਪੋਨੋ ਰਾਜੇ ਵੈਰੀ ਗੁੱਡ ਆਫਟਰਨੂੰ ਕੁਐਸਚਨ ਨੰਬਰ 12 ਦਾ ਆਨਸਰ ਕਰੋ ਰਾਜੇ ਸਾਰੇ ਜਣੇ ਕਰਨ ਚੌਧਰੀ ਮੈਂ ਵਧੀਆ ਰਾਜੇ ਤੁਸੀਂ ਦੱਸੋ ਕਿੱਦਾਂ ਹੋ ਵੈਰੀ ਗੁੱਡ ਵੈਰੀ ਗੁੱਡ ਆ ਗਿਆ ਆਨਸਰ ਇੱਕ ਬੱਚੇ ਦਾ ਆ ਗਿਆ ਬਲੂ ਬਲੂ ਮਤਲਬ ਕੀ ਹੁੰਦਾ ਹੈਗਾ ਵਾਟਰ ਵਾਟਰ ਆਪਣਾ ਕਿੱਥੇ ਹੁੰਦਾ ਹੈਗਾ राजे ਅਰਥ ਤੇ ਤਾਂ ਦੇਖੋ ਟ੍ਰਿਕ ਬਣਾ ਲਓ ਬਸ ਇਦਾਂ ਹੀ ਕਿਹੜੀ ਆ ਗਈ ਆਪਣੀ ਮਿਨਿਸਟਰੀ ਆਫ ਅਰਥ ਸਾਇੰਸ ਇਹ ਤਾਂ ਕਾਰਪੋਰੇਟ ਅਫੇਅਰਸ ਤਾਂ ਆਪਣੀ ਕਾਰਪੋਰੇਟ ਸੈਕਟਰ ਨਾਲ ਦਾ ਜੀ ਆ ਗਈ ਉਹ ਦੇਖੋ ਵਰਡ ਤੋਂ ਹੀ ਪਤਾ ਚੱਲ ਰਿਹਾ ਵੀ ਨਹੀਂ ਠੀਕ ਆ ਡਰਾਫਟ ਬਲੂ ਇਕਨੋਮੀ ਪਾਲਿਸੀ ਫਾਰ ਇੰਡੀਆ ਕਿਹੜੀ ਲੈ ਕੇ ਸੀ ਆਪਣੀ ਮਿਨਿਸਟਰੀ ਆਫ ਅਰਥ ਸਾਇੰਸ ਨੈਕਸਟ ਕੁਐਸਚਨ ਦੇਖੋ ਹੂ ਵਾਸ ਦਾ ਲਾਸਟ ਗਵਰਨਰ ਆਫ ਯੂਨਾਈਟਿਡ ਪੰਜਾਬ ਕੌਣ ਸੋਚੋ ਇਹ ਵੀ ਕੁਐਸਚਨ ਕਰਵਾਇਆ ਹੋਇਆ ਦਸਤੋ ਰਾਜੇ ਲਾਸਟ ਗਵਰਨਰ ਕੌਣ ਸੀਗਾ ਆਪਣਾ ਕਿਸ ਸੀਸ ਰਾਜੇ ਯੂਨਾਈਟਿਡ ਪੰਜਾਬ ਸ਼ਾਹਰੂਖ ਖਾਨ ਜੀ ਆ ਗਏ ਪਿਕਾਚੂ ਗੁੱਡ ਆਫਟਰਨੂਨ ਰਾਜੇ ਪੰਕੂ ਜੈ ਮਹਾਕਾਲ ਜੀ ਜੈ ਮਾਤਾ ਦੀ ਹਾਂ ਦਾ ਹਾਂਜੀ ਰਾਜੇ ਹੈਲੋ ਰਾਗਵ ਹਾਂਜੀ ਰਾਜੇ ਗੁੱਡ ਆਫਟਰਨੂਨ ਜਿੰਨੇ ਬੱਚੇ ਐ ਰਾਜੇ ਲੇਟ ਜੁਆਇਨ ਕੀਤਾ ਜਿੰਨੇ ਜਣੇ ਮੈਨੂੰ ਦੇਖ ਰਹੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਵੈਰੀ ਗੁੱਡ ਆਫਟਰਨੂਨ ਤੇ ਅੱਜ ਦੀ ਸ਼ਿਫਟ ਵਾਲੇ ਬੱਚੇ ਤਾਂ ਬਸ ਬਾਕੀ ਸੀਰੀਅਸਲੀ ਕਹਿ ਰਹੇ ਹੋਣਗੇ ਨਾ ਵੀ ਹਏ ਯਾਰ ਕਾਤੇ ਪੇਪਰ ਕੈਨਸਲ ਹੋ ਗਿਆ ਦਸਤੋ ਰਾਜੀ ਆਪਣਾ ਲਾਸਟ ਗਵਰਨਰ ਆਫ ਯੂਨਾਈਟਿਡ ਪੰਜਾਬ ਕੌਣ ਸੀਗਾ ਕੁਐਸਚਨ ਨੰਬਰ 13 ਦਾ ਆਨਸਰ ਕਰੋ ਸੀ ਲੱਗ ਸੀ ਵੀ ਸਾਰਿਆਂ ਦੀ ਗਲਤ ਆ ਰਾ ਜੇ ਜਿਨ੍ਹਾਂ ਨੂੰ ਸੀ ਲੱਗ ਰਿਹਾ ਨਾ ਉਹਦਾ ਆਨਸਰ ਸਭ ਦਾ ਗਲਤ ਹੈ ਚਲੋ ਹੋਰ ਆਪਸ਼ਨ ਚੂਜ਼ ਕਰ ਲਓ ਕੋਈ ਸੀ ਤਾਂ ਗਲਤ ਆ ਰਾ ਜੇ ਸੀ ਤਾਂ ਨਹੀਂ ਹੈ ਕੌਨ ਸਾ ਪੇਪਰ ਕੈਨਸਲ ਹੋ ਗਿਆ ਜੀ ਪੰਕੂ ਸਟਾਰਟਿੰਗ ਤੋਂ ਕਲਾਸ ਦੇਖੋਗੇ ਨਾ ਤਾਂ ਸਾਰੇ ਆਨਸਰਸ ਮਿਲਣਗੇ ਲੇਟ ਜੁਆਇਨ ਕਰਦੇ ਹੋ ਤੁਸੀਂ ਆਪਾਂ ਸਬ ਇੰਸਪੈਕਟਰ ਦੀ ਗੱਲ ਕਰ ਰਹੇ ਸੀ ਲਾਸਟ ইয়ার ਵਾਲੇ ਦੇਖੋ ਲਾਸਟ ইয়ার ਦੀ ਸ਼ਿਫਟ ਹੈਗੀ ਐ ਮੈਂ ਆਪਾਂ ਸਟਾਰਟ ਕੀਤੇ ਹੋਏ ਵੀ ਬਹੁਤ ਹੀ ਈਜ਼ੀ ਲੈਵਲ ਦੇ ਕੁਐਸਚਨ ਹੈਗੇ ਨੇ ਅੱਜ ਵਾਲੀ ਸ਼ਿਫਟ ਦੇ ਤਾਂ ਦੇਖ ਲਓ ਕਿੰਨੇ ਈਜ਼ੀ ਨੇ ਕੋਈ ਵੀ ਆਪਰ ਪੇਪਰ ਕੈਨਸਲ ਨਹੀਂ ਹੁਆ ਚਲੋ ਮੈਂ ਹੀ ਦੱਸ ਦਿੰਨੀ ਆ ਕਿਹੜਾ ਹੈ ਕਰਾ ਜੀ ਆਪਣਾ ਐਵਨ ਜੈਂਕਿਨਸ ਚਲੋ ਨੈਕਸਟ ਦੇਖੋ ਅ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ ਤੇ ਗਲਤ ਨਹੀਂ ਹੋਣਾ ਚਾਹੀਦਾ ਠੀਕ ਹੈ ਰਾਜੇ ਗਲਤ ਨਹੀਂ ਹੋਣਾ ਚਾਹੀਦਾ ਚਲੋ ਦੋਸਤੋ ਅਕੋਰਡਿੰਗ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਠੀਕ ਹੈ ਆਪਣੇ ਸੰਵਿਧਾਨ ਕੀ ਕਹਿੰਦਾ ਹੈਗਾ ਵੀ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਪੰਜਾਬੀ ਮੈਨੂੰ ਨਹੀਂ ਆਉਂਦੀ ਵਿਚ ਆਫ ਦਾ ਫੋਲੋਇੰਗ ਇਜ਼ ਅ ਫੰਕਸ਼ਨ ਆਫ ਨੈਸ਼ਨਲ ਜੁਡੀਸ਼ੀਅਲ ਅਪੋਇੰਟਮੈਂਟ ਕਮਿਸ਼ਨ ਨੈਸ਼ਨਲ ਜੁਡੀਸ਼ੀਅਲ ਜੁਡੀਸ਼ੀਅਲ ਅਪੋਇੰਟਮੈਂਟ ਕਮਿਸ਼ਨ ਠੀਕ ਹੈ राजे ਦੱਸੋ ਇਹ ਕੀ ਜਿਹੜੇ ਕਿਹੜੇ ਕੰਮ ਕਰਦਾ ਹੈਗਾ ਫਸਟ ਸਟੇਟਮੈਂਟ ਕੀ ਕਹਿਆ ਹੈਗਾ ਵੀ ਰეკਮੈਂਡ ਕਰਦਾ ਹੈਗਾ ਪਰਸਨਸ ਫੋਰ ਦਾ ਅਪੁਆਇੰਟਮੈਂਟ ਐਜ਼ ਅ ਚੀਫ ਜਸਟਿਸ ਆਫ ਇੰਡੀਆ ਵੀ ਆਪਾਂ ਕਿਹੜੇ ਪਰਸਨ ਨੂੰ ਚੀਫ ਜਸਟਿਸ ਆਫ ਇੰਡੀਆ ਬਣਾਣਾ ਹੈਗਾ ਉਹ ਰეკਮੈਂਡ ਕਰਦਾ ਹੈਗਾ ਕੌਣ ਆਪਣਾ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ ਫਸਟ ਸਟੇਟਮੈਂਟ ਇਹ ਕਹਿੰਦੀ ਹੈ राजे ਸੈਕੰਡ ਸਟੇਟਮੈਂਟ ਦੱਸੋ ਕੀ ਕਰਦਾ ਹੈਗਾ ਇਹ ਰეკਮੈਂਡ ਕਰਦਾ ਹੈਗਾ ਟ੍ਰਾਂਸਫਰ ਆਫ ਜਜੇਸ ਆਫ ਹਾਈ ਕੋਰਟ ਫਰਮ ਵਨ ਕੋਰਟ ਟੂ ਐਨੀ ਅਦਰ ਹਾਈ ਕੋਰਟ ਦਸਤੋ ਰਾਜੇ ਕਿਹੜੀਆਂ ਚੀਜ਼ਾਂ ਰეკਮੈਂਡ ਕਰਦਾ ਹੈ ਆਪਣਾ ਇਹ ਕਮਿਸ਼ਨ ਪੰਜਾਬੀ ਵੀ ਦੱਸਤੀ ਹੁਣ ਤਾਂ ਅੱਜ ਤਾਂ ਮੈਂ ਅੱਜ ਤਾਂ ਫਿਰ ਆਣਾ ਚਾਹੀਦਾ ਤੁਹਾਨੂੰ ਕੁਐਸਚਨ ਨੰਬਰ 14 ਦਾ ਆਨਸਰ ਕਰੋ ਰਾਜੇ ਵੀ ਇੱਕ ਹਾਈ ਕੋਰਟ ਤੋਂ ਹੋਰ ਕਿਸੇ ਵੀ ਹਾਈ ਕੋਰਟ ਚ ਟ੍ਰਾਂਸਫਰ ਕਰ ਸਕਦਾ ਜੱਜਸ ਦੀ ਐਂਡ ਅਪੋਇੰਟਮੈਂਟ ਵੀ ਰეკਮੈਂਡ ਕਰ ਸਕਦਾ ਵੀ ਆਪਾਂ ਇਹ ਪਰਸਨਟੀਵ ਜਸਟਿਸ ਆਫ ਇੰਡੀਆ ਬਣਾ ਸਕਦੇ ਆ ਕੁਐਸਚਨ ਨੰਬਰ 14 ਦਾ ਆਨਸਰ ਕਰੋ ਜਿਹੜੇ ਬੱਚਿਆਂ ਨੇ only 2 ਕੀਤਾ ਗਲਤ ਆ ਸਭ ਦਾ ਆਨਸਰ ਜਿਹੜੇ ਬੱਚਿਆਂ ਨੇ only 2 ਕੀਤਾ राजे ਗਲਤ ਹੈ ਦੇਖੋ ਰਾਜੀ ਨੈਸ਼ਨਲ ਜੁਡੀਸ਼ੀਅਲ ਅਪੋਇੰਟਮੈਂਟ ਕਮਿਸ਼ਨ ਆਪਣੇ ਲਾਅ ਦਾ ਕਮਿਸ਼ਨ ਬਣਿਆ ਹੋਇਆ ਹੈਗਾ ਤਾਂ ਸੋਚੋ ਦੋਨੋਂ ਚੀਜ਼ਾਂ ਰეკਮੈਂਡ ਕਰੇਗਾ ਨਾ ਉਹਨੂੰ ਪੁੱਛਿਆ ਤਾਂ ਜਾਏਗਾ ਕਮਿਸ਼ਨ ਕਾਦੇ ਲਈ ਬਣਿਆ ਤਾਂ ਹੀ ਤਾਂ ਕਮਿਸ਼ਨ ਬਣਾਣੇ ਕਾਦੇ ਵਾਸਤੇ ਆ ਵੀ ਕੋਈ ਨਾ ਕੋਈ ਚੀਜ਼ ਰეკਮੈਂਡ ਕਰੇ ਠੀਕ ਆ ਆਪਾਂ ਉਹਨੂੰ ਫਾਲੋ ਕਰਨੀ ਆ ਜਾਂ ਨਹੀਂ ਕਰਨੀ ਇਹ ਚੀਜ਼ ਹੁੰਦੀ ਆ ਤਾਂ ਦੋਨੋਂ ਸਟੇਟਮੈਂਟਸ ਕੀ ਹੈਗੀਆਂ ਰਾਜੀ ਆਪਣੀਆਂ ਕਲੀਅਰ ਸਹੀ ਹੈਗੀਆਂ ਨੇ ਬਿਲਕੁਲ ਯਾਦ ਰੱਖਿਓ ਠੀਕ ਆ ਰਾਜੀ ਦੇਖੋ ਰਮਨ ਰਾਜੀ ਮੇਰੇ ਇਹੀ ਤਰੀਕਾ ਹੈਗਾ ਮੇਰਾ ਇਹੀ ਤਰੀਕਾ ਹੈਗਾ ਠੀਕ ਆ ਤੇ ਮੈਂ ਇਦਾਂ ਹੀ ਕਰਵਾਣਾ ਹੈਗਾ ਕਾਜ਼ ਮੈਂ ਸਭ ਕੁਝ ਦੇਖ ਰਹਾ ਹੁੰਦਾ ਨਾ ਵੀ ਕਿਹੜਾ ਬੱਚਾ ਕੀ ਕਮੈਂਟ ਕਰ ਰਿਹਾ ਕੀ ਨਹੀਂ ਕੀ ਨਹੀਂ ਸਭ ਕੁਝ ਮੇਰੇ ਇਹੀ ਤਰੀਕਾ ਹੈਗਾ राजे ਪੜ੍ਹਾਉਂਦਾ ਠੀਕ ਆ राजे ਤਾਂ ਕਿ ਹੈਗਾ ਬਹੁਤ 1 ਐਂਡ 2 ਆਏਗਾ ਬਿਲਕੁਲ ਸਹੀ ਹੈਗਾ ਰეკਮੈਂਡ ਕਰਦਾ ਹੈ ਵੀ ਆਪਣਾ ਚੀਫ ਜਸਟਿਸ ਆਫ ਇੰਡੀਆ ਕਿਨੂੰ ਪੁਆਇੰਟ ਕਰਨਾ ਤੇ ਟ੍ਰਾਂਸਫਰ ਵੀ ਚਲੋ ਨੈਕਸਟ ਕੁਐਸਚਨ ਦੇਖੋ ਵੈਰੀ 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 ਇੰਪੋਰਟੈਂਟ ਕੁਐਸਚਨ ਹੈਗਾ राजे ਤੇ ਬਹੁਤ ਬੱਚੇ ਕੀ ਇਹਦੇ ਵਿੱਚ ਅਪੋਲਜੀ ਜਾਨਨੇ ਹੈਗੇ ਦਸੋ ਵਿੱਚ ਆਰਟੀਕਲ ਆਫ ਕਨਸਟੀਟਿਊਸ਼ਨ ਆਫ ਇੰਡੀਆ ਗੇਵ ਕੀ ਕਰਦੀ ਹੈਗੀ ਰਾਜੇ ਇੱਥੋਂ ਸਟਾਰਟ ਕਰ ਦੋ ਬਸ ਗੇਵ ਪਾਵਰ ਟੂ ਦਾ ਪਾਰਲੀਮੈਂਟ ਆਫ ਇੰਡੀਆ ਟੂ ਰੈਗੂਲੇਟ ਦਾ ਰਾਈਟ ਆਫ ਸਿਟੀਜ਼ਨਸ਼ਿਪ ਬਾਈ ਲਾ ਦਸੋ ਰਾਜੇ ਦੱਸੋ ਰਾਜੀ ਕਿਹੜਾ ਆਰਟੀਕਲ ਦੇ ਵਿੱਚ ਲਿਖੀ ਹੋਈ ਹੈ ਇਹ ਚੀਜ਼ ਵੀ ਜਿਹੜਾ ਆਪਣਾ ਪਾਰਲੀਮੈਂਟ ਹੈਗੀ ਆਪਣੀ ਸਿਟੀਜ਼ਨਸ਼ਿਪ ਨੂੰ ਲੈ ਕੇ ਕੀ ਰਾਜੀ ਆਪਣਾ ਲਾਅ ਵਗੈਰਾ ਰੈਗੂਲੇਟ ਕਰਦੀ ਹੈਗੀ ਤੇ ਸਭ ਨੂੰ ਪਤਾ ਹੋਣਾ ਚਾਹੀਦਾ ਬਹੁਤ ਹੀ ਈਜ਼ੀ ਕੁਐਸਚਨ ਹੈਗਾ ਆਪਣਾ ਇਹ ਬਾਕੀ ਤੈਨੂੰ ਆਰਟੀਕਲਸ ਤੁਹਾਨੂੰ ਪਤਾ ਹੀ ਹੈ ਰਾਜੀ ਕਿਸ ਦੇ ਰਿਲੇਟਡ ਹੈਗੇ ਨੇ ਵੈਰੀ ਗੁੱਡ ਰਾਜੀ ਆਪਣਾ ਆਰਟੀਕਲ ਨੰਬਰ ਕਿੰਨਾ ਹੈਗਾ 11 ਠੀਕ ਹੈ ਯਾਦ ਰੱਖਿਓ ਇਹਦੇ ਵਿੱਚ ਕੀ ਹੈਗਾ ਆਪਣਾ ਪਾਰਲੀਮੈਂਟ ਬਾਰੇ ਲਿਖਿਆ ਹੋਇਆ ਹੈਗਾ ਵੀ ਉਹ ਸਿਟੀਜ਼ਨਸ਼ਿਪ ਦੇ ਰਿਲੇਟਡ ਲਾਅ ਵਗੈਰਾ ਸਭ ਚੀਜ਼ਾਂ ਕੀ ਰੈਗੂਲੇਟ ਕਰਦਾ ਇਹ ਕੁਐਸਚਨ ਤਾਂ ਰਾਜੀ ਪਤਾ ਨਹੀਂ ਕਿੰਨੇ ਕ ਵਾਰ ਕਰ ਚੁੱਕੇ ਆਈ ਥਿੰਕ 4th ਟਾਈਮ ਇਹ ਕੁਐਸਚਨ ਆਪਾਂ ਕਰ ਰਹੇ ਆ ਜਿੰਨੀਆਂ ਸ਼ਿਫਟਾਂ ਹੈਗੇ ਹਰ ਇੱਕ ਸ਼ਿਫਟ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਇਨ ਵਿੱਚ ਸਕੈਡਿਊਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਆਰ देयर ਪ੍ਰੋਵੀਜ਼ਨਸ ਫਾਰ ਦਾ ਐਡਮਿਨਿਸਟ੍ਰੇਸ਼ਨ ਆਫ ਸ਼ੈਡਿਊਲ ਏਰੀਆ ਐਂਡ ਸ਼ੈਡਿਊਲ ਟ్రਾਈਬਸ ਰਾਜੀ ਅ ਸਿਟੀਜ਼ਨਸ਼ਿਪ ਐਕਟ 9055 ਵੈਰੀ ਗੁੱਡ ਰਾਏ 6 ਟਾਈਮ ਆਪਣਾ ਐਮੈਂਡ ਹੋਇਆ ਹੈਗਾ ਸਿਟੀਜ਼ਨਸ਼ਿਪ ਐਕਟ 3rd ਦੇ ਵਿੱਚ ਕੀ ਆ 3rd ਦੱਸੋ 4 ਦੱਸੋ 5th 6 ਸਾਰੇ ਆ ਜਾਂਦੇ ਆ ਨਾ ਕੀ ਟਾਈਮ ਵੇਸਟ ਕਰਨਾ ਓ 5th ਇਹਦੇ ਚ ਆਪਣੇ ਨਾਰਥ-ਈਸਟ ਸਟੇਟ ਵਾਲਾ ਆ ਗਿਆ ਟ్రਾਈਬਲ ਏਰੀਆਜ਼ ਚਲੋ ਵੈਰੀ ਗੁੱਡ ਨੈਕਸਟ ਦੇਖੋ ਲੋ ਆਦਾ ਸਭ ਨੂੰ ਆਂਦਾ ਸਾਰੇ ਫੋਨ ਯੂਜ਼ ਕਰਦੇ ਨੇ ਸਭ ਦਾ ਆਨਸਰ ਸਹੀ ਹੋਏਗੇ ਵਾਲਾ ਪੱਕਾ ਮੈਂ ਕਹਿੰਦਾ ਤੁਹਾਨੂੰ ਠੀਕ ਹੈ ਦਾ ਮੋਸਟ ਰੀਸੈਂਟ ਟ੍ਰੈਂਡਸ ਇਨ ਦਾ ਬੈਂਕਿੰਗ ਸੈਕਟਰ ਇਜ਼ ਦੱਸੋ ਰਾਜੇ ਆਪਣੇ ਬੈਂਕਿੰਗ ਸੈਕਟਰ ਇ ਅੱਜਕੱਲ ਕਿਹੜਾ ਟ੍ਰੈਂਡ ਚੱਲ ਰਿਹਾ ਹੈ ਜ਼ਿਆਦਾ ਓਕੇ ਓਕੇ ਰਮਨ ਰਾਜੇ 노 ਪ੍ਰੋਬਲਮ ਓ ਮਾਈ ਗੋਡ ਪੂਰਨ ਰਾਜੇ ਤਨ ਸਕੈਡਿਊਲ ਨਹੀਂ ਪਤਾ ਸੂਚੀ ਨਹੀਂ ਪਤਾ राजे ਆਪਣੀਆਂ ਰਮਨ ਰਮਨ ਨੇ ਕਮੈਂਟ ਕੀਤਾ ਸੀ ਨਾ ਆਈ ਥਿੰਕ ਰਾਜੇ ਪੋਲੀਟੀ ਵਿੱਚ ਸਾਰੀ ਕਰਵਾਈ ਹੋਈ ਹੈਗੀ ਥਿਉਰੀ ਕਲਾਸਿਸ ਦੇਖੋ YouTube ਤੇ ਫ੍ਰੀ ਪਈ ਹੈਗੀ राजे ਉਹਨਾਂ ਕ ਕਰਵਾਤਾ ਹੈਗਾ ਵੀ ਕੁਐਸਚਨ ਨਹੀਂ ਰੁਕੇਗਾ ਐਗਜ਼ਾਮ ਦੇ ਵਿੱਚ ਮਾਡਰਨ ਹਿਸਟਰੀ ਪਲੱਸ ਪੂਰਨ ਰਾਜੇ ਬਸ ਕੁਝ ਨਹੀਂ ਹੋ ਸਕਦਾ ਤੁਹਾਨੂੰ ਦੇਖੋ অপਸ਼ਨ ਨੰਬਰ 3 ਦੇਖੋ ਡਿਜੀਟਾਈਜੇਸ਼ਨ ਹੋ ਚੁੱਕਿਆ ਨਾ ਡਿਜੀਟ ਆਪਾਂ ਕਹਿੰਦੇ ਵੀ ਡਿਜੀਟਲ ਇੰਡੀਆ ਬਣਾਉਣਾ ਆਪਾਂ ਨੇ ਡਿਜੀਟਲ ਇੰਡੀਆ ਬਣਾਉਣਾ ਹੈਗਾ ਠੀਕ ਆ राजे ਬਿਲਕੁਲ ਇਹ ਵੀ ਸਟੇਟਮੈਂਟ ਸਹੀ ਹੈਗੀ ਆਪਣਾ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਆਪਣੀ ਚੱਲ ਰਹੀ ਹੈਗੀ ਰੋਬੋਟਿਕਸ ਬਿਲਕੁਲ ਤੇ ਆ ਤਾਂ ਆਪਾਂ ਨੂੰ ਪਤਾ ਹੀ ਹੈ ਯੂਪੀਆਈ ਕਹਿੰਦੇ ਤਾਂ ਹੁੰਦੇ ਆ ਯੂਪੀਆਈ ਦੇ ਥਰੂ ਆਪਾਂ ਪੇ ਕਰ ਸਕਦੇ ਆ ਗੂਗਲ ਪੇ ਸਭ ਕੁਝ ਚੱਲਦਾ ਪਿਆ ਨਾ ਤਾਂ ਆਲ ਦੀਆਂ ਆਲ ਸਟੇਟਮੈਂਟਸ ਕੀ ਅਗਰ राजे ਆਪਣੀਆਂ ਸਹੀ ਹੈਗੀਆਂ ਨੇ ਇਹ ਚੀਜ਼ ਯਾਦ ਰੱਖਿਓ ਠੀਕ ਆ ਓਕੇ ਮੈਮ ਨਾ ਇਦਾਂ ਨਾ ਕੋ ਪੂਰਨ ਫਿਰ ਹੋਰ ਕੀ ਕਹਾਣਾ ਜੇ ਤੁਸੀਂ ਆਪ ਹੀ ਸੋਚੋ ਵੀ ਤੁਸੀਂ ਕਹਿ ਰਹੇ ਹੋ ਵੀ ਮੈਂ ਮੈਨੂੰ ਸ케ਡਿਊਲ ਹੀ ਨਹੀਂ ਪਤਾ ਆਪਣੀਆਂ ਸੂਚੀਆਂ ਹੀ ਨਹੀਂ ਪਤਾ ਫਿਰ ਮੈਂ ਕੀ ਕਹਾ ਤੁਹਾਨੂੰ ਦੱਸੋ ਨੈਕਸਟ ਕੁਐਸਚਨ ਦੇਖੋ ਰਜੇ ਚਲੋ ਇਸਕਿਪ ਕਰਦੇ ਆਪਾਂ ਠੀਕ ਹੈ ਕੁਐਸਚਨ ਨੰਬਰ 18 ਦਾ ਆਨਸਰ ਦੇਖ ਲਓ ਕੀ ਹੈਗਾ ਆਪਣਾ ਆਨਸਰ ਨੰਬਰ 2 ਨੈਕਸਟ ਕੁਐਸਚਨ ਦੇਖੋ ਰਜੇ ਲੋ ਕੀ ਲਾਹੌਰ ਆਇਪੁਰ ਦੀਆਂ ਖੇਡਾਂ ਦੋਸਤੋ ਕਿੱਥੇ ਹੋਈਆਂ ਆਪਣੇ ਆਪ ਹੀ ਦੱਸ ਦੋ ਰੂਲਰ 올림픽ਸ ਬੋਲਦੇ ਹੈਗੇ ਆਪਾਂ ਇਹਨਾਂ ਨੂੰ ਠੀਕ ਆ ਰੂਲਰ 올림픽ਸ ਐਟ ਕਿਲਾ ਰਾਏਪੁਰ ਇਸ ਦੇ ਯੂਨੀਕ ਪੰਜਾਬੀ ਫੈਸਟੀਵਲ ਥੈਟ ਇਜ਼ ਹੈਲਡ ਇਨ ਅ ਸਮਾਲ ਵਿਲੇਜ ਲੋਕੇਟਿਡ 15 ਕਿਲੋਮੀਟਰ ਫਰਮ ਦ ਸਿਟੀ ਆਫ ਕਿੰਨਾ ਇਜ਼ੀ ਕੁਐਸਚਨ ਹੈਗਾ ਬਲਵਿੰਦਰ ਮਿਆਲ ਵਾਲੀ ਆਪਸ਼ਨ ਦੇਖੀ ਹੀ ਨਹੀਂ ਇੱਥੇ ਤਾਂ ਚਲੋ ਟੀਕਾ ਨਹੀਂ ਦੇਖੀ ਤੁਸੀਂ ਬਟ ਐਗਜ਼ਾਮ ਦੇ ਵਿੱਚ ਤਾਂ ਦੇਖਣੀ ਹੈ ਨਾ ਆਪਾਂ ਨੇ ਮਨਪ੍ਰੀਤ ਸਿੰਘ ਹਾਂਜੀ ਰਾਜੇ ਸਤਿ ਸ਼ਕਾਲ ਜਿਨਨੇ ਬੱਚਿਆਂ ਨੇ ਰਾਜੇ ਲੇਟ ਜੁਆਇਨ ਕੀਤਾ ਜਿਨਨੇ ਮੈਨੂੰ ਦੇਖ ਰਹੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਵੈਰੀ ਗੁੱਡ ਆਫਟਰਨੂੰ ਵੈਲਕਮ ਤੁਹਾਡਾ ਸੀਬੀਸੀ ਸਿੱਖਿਆ ਦੇ ਵਿੱਚ ਫਾਰਮ ਨਹੀਂ ਫਿਲ ਹੋਇਆ ਸੀ ਯਾਰ ਆ ਪਤਾ ਬਹੁਤ ਬੱਚਿਆਂ ਦੀ ਪ੍ਰੋਬਲਮ ਹੈਗੀ ਹੈ ਵੀ ਜਦੋਂ ਬਿਲਕੁਲ ਐਂਡ ਵਾਲਾ ਡੇ ਆ ਜਾਏਗਾ ਨਾ ਉਦੋਂ ਫਾਰਮ ਫਿਲ ਕਰਨਾ ਸਟਾਰਟ ਕਰਦੇ ਨੇ ਮੇ ਜਦੋਂ ਸਟਾਰਟ ਹੋ ਗਿਆ ਉਦੋਂ ਨਹੀਂ ਫਿਲ ਕਰਨਾ ਫਿਰ ਐਂਡ ਦੇ ਵਿੱਚ ਰਾਜੇ ਆਪ ਨੂੰ ਕਿੰਨੀਆਂ ਪ੍ਰੋਬਲਮਸ ਆਉਂਦੀਆਂ ਨੇ ਹਮੇਸ਼ਾ ਪਤਾ ਬਸ ਜਦੋਂ ਹੋ ਗਿਆ ਸਟਾਰਟ ਹੋ ਗਈ ਉਸੇ ਦਿਨ ਫਾਰਮ ਫਿਲ ਕਰ ਦੋ ਮੈਂ ਬਿਲਕੁਲ ਸੱਚਾ ਮੈਂ ਜਿਸ ਦਿਨ ਸਟਾਰਟ ਹੋ ਜਾਂਦੀ ਨਾ ਕਿਰ ਮੈ ਕੋਈ ਫਾਰਮ ਮੈਨ ਲੱਗਦਾ ਵੀ ਮੈ ਫਿਲ ਕਰਨਾ ਹੈਗਾ ਤਾਂ ਮੈਂ ਉਸੇ ਦਿਨ ਫਿਲ ਕਰ ਦਿੰਨੀ ਐ ਰਾਜੇ ਦੋ ਦਿਨ ਬਾਅਦ ਫੀਸ ਭਰੀਂਦੇ ਉਦੋਂ ਬਸ ਟੈਨਸ਼ਨ ਫ੍ਰੀ ਹੋ ਰਹੀਦਾ ਆਪਾਂ ਆਪਣੀ ਤਿਆਰੀ ਰੱਖੀ ਰਹੀ ਆ ਚਲੋ ਦੋਸਤੋ ਸਭ ਨੂੰ ਪਤਾ ਕਿੱਥੇ ਹੈਗਾ ਆਪਣਾ ਲੁਧਿਆਣਾ ਰਾਜੇ ਨੈਕਸਟ ਦੇਖੋ ਰਾਜੇ ਆਪਣਾ চলো রিড ক্রো রিড ক্রো রিড ক্রো এরি ক্রায়. তের ক্রো রাজে ক্রায় ক্রায়. ও হো নাকি নিয়া. मेरा भी नहीं होया फिर कि मैं भी बस एश करती हूँ मैं भी बस एश करती गुड आफ्टरनून कीरत बोथ ने ट्रू मैम जो ओल्ड वाले बचे से एडमिट कार्ड ही आने गए पुरानी आई डी ਹਾਂਜੀ ਰਾਜੀ 올ਡ ਦੇਖੋ ਆਪਣੇ ਉਸੇ ਉਹੀ ਉਸੇ ਤੇ ਆਪਣੇ ਆਣਗੇ ਨਾ ਐਡਮਿਟ ਕਾਰਡ ਜੋ ਪਿਛਲੇ ਸਾਲ ਬੱਚਿਆਂ ਨੇ ਫਿਲ ਕੀਤੀ ਸੀ ਉਹਨਾਂ ਨੇ ਤਾਂ ਨਹੀਂ ਦੁਬਾਰਾ ਫਿਲ ਕਰਨਾ ਹੈਗਾ ਤੇ ਆਈ ਥਿੰਕ ਜੇ ਕਿਸੇ ਨੇ ਸੈਂਟਰ ਚੇਂਜ ਕਰਨਾ ਸੀ ਮੇਰੇ ਖਿਆਲ ਨੂੰ ਦੁਬਾਰਾ ਫੀਸ ਫਿਲ ਕਰਨੀ ਪੈਣੀ ਸੀ ਤੇ ਤਾਂ ਹੀ ਦੁਬਾਰਾ ਫੀਸ ਦੇ ਚੱਕਰ 'ਚ ਮੈਂ ਆਪਣਾ ਸੈਂਟਰ ਨਹੀਂ ਚੇਂਜ ਕੀਤਾ ਚਲੋ ਕੁਐਸਚਨ ਕੀ ਹੈਗਾ ਰਾਜੀ ਆਪਣਾ ਹਾਈ ਕੋਰਟਸ ਆਫ ਇੰਡੀਆ ਠੀਕ ਹੈ ਇਸ ਦੇ ਰਿਲੇਟਡ ਰਾਜੀ ਸਹੀ ਸਟੇਟਮੈਂਟ ਦੱਸੋ ਆਪਣੀ ਕਿਹੜੀ ਹੈਗੀ ਆ ਜਿਹੜਾ ਆਪਣਾ ਐਵਰੀ ਜਜ ਆਫ ਅ ਹਾਈ ਕੋਰਟ ਸ਼ੈਲ ਬੀ ਅਪੋਇੰਟਡ ਬਾਏ ਦਾ ਪ੍ਰੈਜ਼ੀਡੈਂਟ ਦੱਸੋ ਰਾਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਸੀਗਾ ਹਾਈ ਕੋਰਟ ਦੱਸੋ ਕੌਣ ਆਪਣਾ ਆ ਹ ਕੋ ਜੱਜ ਆਫ ਹਾਈ ਕੋਰਟਸ ਨੂੰ ਕੌਣ ਅਪੋਇੰਟ ਕਰਦਾ ਹੈਗਾ ਆਪਣਾ ਆਨਸਰ ਕਰੋ ਰਾਜੀ ਕੁਐਸਚਨ ਨੰਬਰ ਆਪਣਾ 20 ਦਾ ਬਿਲਕੁਲ ਸਹੀ ਹੈ ਕੌਣ ਕਰਦਾ ਹੈਗਾ ਪ੍ਰੈਜ਼ੀਡੈਂਟ ਹੀ ਕਰਦਾ ਫਸਟ ਸਟੇਟਮੈਂਟ ਬਿਲਕੁਲ ਸਹੀ ਹੈ ਰਾਜੀ ਜੀ ਜਿਹੜੀ ਸੈਕੰਡ ਸਟੇਟਮੈਂਟ ਹੈਗੀ ਤਾਂ ਆਪਾਂhle ਹੁਣੇ ਕਰਕੇ ਹਟਿਆਗੇ ਆ ਵੀ ਜਿਹੜਾ ਨੈਸ਼ਨਲ ਆਪਣਾ ਜੁਡੀਸ਼ੀਅਲ ਅਪੋਇੰਟਮੈਂਟ ਕਮਿਸ਼ਨ ਹੈਗਾ ਬਿਲਕੁਲ ਟਰਾਂਸਫਰ ਕਰਦਾ ਹੈਗਾ ਜਜਸ ਦੀ ਤੇ ਓਬਵੀਅਸ ਜੀ ਗੱਲ ਆਪਣੇ ਪ੍ਰੈਜ਼ੀਡੈਂਟ ਦੀ ਸਲਾਹ ਲੈ ਕੇ ਹੀ ਕਰੇਗਾ ਨਾ ਵੀ ਆਪਾਂ ਇਹ ਜਜਸ ਦੀ ਟਰਾਂਸਫਰ ਕਰਦੀਏ ਕਿ ਨਹੀਂ ਕਰਦੀਏ ਤਾਂ ਕਿ ਹੈਗਾ ਰਾਜੀ ਸੈਕੰਡ ਸਟੇਟਮੈਂਟ ਵੀ ਆਪਣੀ ਬਿਲਕੁਲ ਸਹੀ ਹੈਗੀ ਆ ਤੇ ਆਪਣਾ ਆਪਸ਼ਨ ਨੰਬਰ ਕੀ ਆਏਗਾ ਆਪਣਾ ਬੋਥ 1 ਐਂਡ 2 ਨੈਕਸਟ ਦੇਖੋ ਆਪਣਾ ਲੋ ਨ ਸਭ ਬੱਚੇ ਨੂੰ ਪਤਾ ਹੋਵੇਗਾ ਐਨਾ ਈਜ਼ੀ ਪੇਪਰ ਆਇਆ ਸੀ ਨਾ ਸੀਰੀਅਸਲੀ ਨਾਮਧਾਰੀ ਹੈ ਟੂ ਵੇਅਰ ਦਾ ਫਾਈਵ ਸਿੰਬਲ ਆਫ ਸਿੱਖੀਜ਼ਮ ਅਪਾਰਟ ਫਰਮ ਦਾ ਮੇਰ ਦੇਖ ਰਹਾ ਜੀ ਆਪਾਂ ਸਿੱਖ ਧਰਮ ਚ ਆਪਣੇ ਪੰਜ ਕਕਾਰ ਪਾਣੇ ਆ ਨਾ ਤਾਂ ਦੱਸੋ ਜਿਹੜੇ ਨਾਮਧਾਰੀ ਹੈਗੇ ਉਹਨਾਂ ਚ ਕਿਹੜੇ ਕਕਾਰ ਉਹ ਨਹੀਂ ਪਾਉਂਦੇ ਹੈਗੇ ਸਟੀਲ ਸਟੈਪ ਆਪਣਾ ਕੜਾ ਹੋ ਗਿਆ ਵੁੱਡਨ ਕੰਬ ਆਪਣੀ ਕੰਗਾ ਹੋ ਗਿਆ ਕਿਰਪਾਨ ਹੋ ਗਈ ਵੀ ヘア ਨਹੀਂ ਕਟਾਣੇ ਹੈਗੇ ਦੱਸੋ ਪਹਿਲਾਂ ਤਾਂ राजे ਲਾਸਟ ইয়ার ਤੇ ਇਹ ਸੀ ਵੀ ਆਪਾਂ ਚੂਜ਼ ਕਰਨਾ ਹੈਗਾ ਸੈਂਟਰ ਕਿੱਥੇ ਸੀ ਇਸ ਵਾਰ ਹੁਣ ਦੇਖੋ ਸਾਰੇ ਗਲਤ ਕਰ ਰਹੇ ਹੋ ਸਾਰੇ ਗਲਤ ਕਰ ਰਹੇ ਹੋ ਨਾਮਧਾਰੀ ਦੇਖਿਆ ਕਿਸੇ ਨੇ ਵੀ ਨਾਮਧਾਰੀ ਕਿਹੜੇ ਹੁੰਦੇ ਨੇ 21 ਦਾ ਅਨਸਰ ਕਰੂਗਾ ਜੇ ਨੋ ਕੜਾ ਵੀ ਪਾਇਆ ਹੁੰਦਾ ਰਾਜੀ ਉਹਨਾਂ ਦੇ ਵਾਲ ਵੀ ਨਹੀਂ ਕਟਵਾਉਂਦੇ ਹੈਗੇ ਉਹ ਕਿਰਪਾਨ ਹੈਗੀ ਰਾਜੀ ਜਣਾ ਉਹ ਵੇਅਰ ਨਹੀਂ ਕਰਦੇ ਹੈਗੇ ਜੋ ਨਾਮਤਾਰੀ ਹੈਗੀ ਨਾ ਕਿਰਪਾਨ ਆਪਣੀ ਨਹੀਂ ਵੇਅਰ ਕਰਦੇ ਰੱਜੀ ਉਹ ਨੈਕਸਟ ਕੁਐਸਚਨ ਦੇਖੋ ਆਪਣਾ ਲੋ ਕਿੰਨਾ ਈਜ਼ੀ ਹੈਗਾ ਆਪਣੇ ਹੁਗਲੀ ਰਿਵਰ ਤੇ ਦੱਸੋ ਰਾਜੇ ਆਪਣੀ ਕਿਹੜੀ ਪੋਰਟ ਹੈਗੀ ਆ ਵਿੱਚ ਆਫ ਦਾ ਫੋਲੋਇੰਗ ਰਿਵਰ ਪੋਰਟ ਔਨ ਦਾ ਹੁਗਲੀ ਰਿਵਰ ਦੱਸੋ ਕਿਹੜੀ ਪੋਰਟ ਆਪਣੀ ਸਭ ਨੂੰ ਪਤਾ ਪੈਰਾਦੀਪ ਤੂਤੀਕੌਰਨ ਹਲਦੀ ਹੈ ਜਾਂ ਆਪਣਾ ਵਿਸ਼ਾਖਾਪਟਨਮ ਕੁਐਸਚਨ ਨੰਬਰ 22 ਦਾ ਅਨਸਰ ਕਰੋ ਪਤਾ ਨਹੀਂ ਕਿੰਨੇ ਕ ਵਾਰ ਆਪਾਂ ਰਾਜੇ ਮਿਸ ਕੀਤੀ ਹੋਈ ਹੈ ਸਭ ਨੇ ਰੀਡ ਕੀਤੀ ਹੋਈਗੀ ਦੱਸੋ ਕਿਹੜੀ ਪੋਰਟ ਹੈਗੀ ਆਪਣੇ ਹੁਗਲੀ ਰਿਵਰ ਤੇ ਲੋ ਆ ਗਿਆ ਬੱਚਿਆਂ ਦਾ ਅਨਸਰ ਆਨੇ ਸਟਾਰਟ ਹੋ ਗਏ ਨੇ ਵੈਰੀ ਗੁੱਡ ਕਿਸ਼ਾਖਾ ਪਟਨਾਮ ਜਿਹੜੇ ਬੱਚੇ ਨੇ ਆਨਸਰ ਕੀਤਾ ਬਸ ਗਲਤ ਆ ਬਿਲਕੁਲ ਆ ਸੋ ਕਲਕੱਤਾ ਪੋਰਟ ਕਿਹੜੀ ਹੈਗੀ ਆਪਣੀ ਹਲਦੀਆ ਪੋਰਟ ਨੈਕਸਟ ਕੁਐਸਚਨ ਦੇਖੋ ਵਿੱਚ ਆਰਟੀਕਲ ਲੋਰ ਕੱਲ ਇੱਕ ਬੱਚੇ ਨੇ ਕਿਹਾ ਸੀ ਮੈਂ ਪੰਚਾਇਤ ਦੇ ਸਾਰੇ ਆਰਟੀਕਲ ਯਾਦ ਕਰਨੇ ਪੈਣਗੇ ਹੋਰ ਕਿੰਨੇ ਕ ਆਰਟੀਕਲਸ ਨੇ ਸਾਰੇ ਯਾਦ ਕਰਨੇ ਪੈਣੇ ਨੇ ਦੱਸੋ ਰਾਜੇ ਕਿਸ ਨੂੰ ਲੈ ਕੇ ਆਪਣਾ ਫਾਰਮੇਸ਼ਨ ਆਫ ਪੰਚਾਇਤਸ ਨੂੰ ਲੈ ਕੇ ਰਾਜੇ ਦੱਸੋ ਕਿਹੜਾ ਆਰਟੀਕਲ ਹੈਗਾ 243ਈ ਬੀ ਡੀ ਸੀ ਹੁਣ ਮੇਰਾ ਦਿਲ ਕਰਦਾ ਵੀ ਸੱਚੀ ਤੁਹਾਡੇ ਥੱਪੜ ਲੱਗਣੇ ਚਾਹੀਦੇ ਨੇ ਈ ਮੈਂ ਕੱਲ ਲਖਵਾ ਕੇ ਹਟੀਆਂ ਈ ਦੱਸਿਓ ਕੀ ਆਂਦਾ ਹੈ ਜਿਹੜੇ ਬੱਚੇ ਈ ਆਨਸਰ ਕਰ ਰਹੇ ਨੇ ਮੈਨੂੰ ਇਹ ਦੱਸ ਦਿਓ ਵੀ ਈ ਦੇ ਵਿੱਚ ਆਉਂਦਾ ਕੀ ਆ ਦੱਸਿਓ ਡਿਊਰੇਸ਼ਨ ਪੰਜਾਹ ਪੱਕਾ 243 ਫਾਰਮੇਸ਼ਨ ਪੁੱਛਿਆ ਰਾਜੇ ਡਿਊਰੇਸ਼ਨ ਹੋ ਗਈ ਟਰਮ ਫਾਰਮੇਸ਼ਨ ਹੋ ਗਈ ਵੀ ਆਪਾਂ ਕਿੱਦਾਂ ਬਣਾਉਨੇ ਆ 3 ਟਾਇਰ ਸਿਸਟਮ ਵੀ ਨੂੰ ਬੋਲਦੇ ਹੈਗੇ ਆ ਫਾਰਮੇਸ਼ਨ ਹੁੰਦੀ ਹੈ ਵੀ ਫਾਰਮ ਕਿਦਾਂ ਕੀਤੀ ਜਾਂਦੀ ਹੈ ਪੰਚਾਇਤ ਤਿੰਨ ਟੀਅਰ ਸਿਸਟਮ ਹੈਗਾ ਡਿਊਰੇਸ਼ਨ ਹੁੰਦਾ ਵੀ ਟਰਮ ਕਿੰਨੀ ਹੈਗੀ ਇਹ 5 ਸਾਲ ਮਤਲਬ ਤਿੰਨ फोर्थ ਸੈਸ਼ਨ ਹੈਗਾ ਪਹਿਲੇ ਤਿੰਨੋਂ ਦੇ ਤਿੰਨੇ ਸੈਸ਼ਨ ਦੇ ਵਿੱਚ राजे ਪੰਚਾਇਤ ਦੇ ਦੇਖੋ 12 ਆਰਟੀਕਲਸ ਰਿਪੀਟ ਹੋਏ ਹੈਗੇ ਨੇ ਤੁਸੀਂ ਫਿਰ ਵੀ ਗਲਤ ਕਰ ਰਹੇ ਹੋ 23 ਬੀ ਦੇ ਵਿੱਚ ਕੀ ਹੈਗਾ राजे ਬੀ ਦੇ ਵਿੱਚ ਲਿਖਿਆ ਹੋਇਆ ਹੈਗਾ ਕੰਪੋਜੀਸ਼ਨ ਕੰਪੋਜੀਸ਼ਨ ਆਫ ਪੰਚਾਇਤ ਠੀਕ ਹੈ राजे ਸੌਰੀ ਕਨਸਟੀਟਿਊਸ਼ਨ ਮੈਨੂੰ ਵੀ ਗਲਤ ਕਰਵਾਤਾ ਤੁਸੀਂ ਕਨਸਟੀਟਿਊਸ਼ਨ ਆਫ ਪੰਚਾਇਤ ਲਿਖਿਆ ਹੋਇਆ ਹੈਗਾ राजे ਆਪਣਾ ਕਿਹਦੇ ਵਿੱਚ ਬੀ ਦੇ ਵਿੱਚ ਸੀ ਦੇ ਵਿੱਚ ਕੀ ਲਿਖੀ ਹੋਈ ਹੈਗੀ ਆਪਣੀ ਕੰਪੋਜੀਸ਼ਨ ਠੀਕ ਆ ਬਟ ਮੈਮ ਅਸੀਂ ਤੁਹਾਡੇ ਸਾਹਮਣੇ ਹਾਂ ਜੀ ਕੋਈ ਗੱਲ ਨਹੀਂ ਰਾਜੇ ਸਾਹਮਣੇ ਆ ਜਾਓਗੇ ਫਿਰ ਮਾਰ ਮਾਰ ਲਾਂਗੀ ਪਰ ਆਪਣੇ ਆਪ ਮਾਰ ਲਓ ਨਾ ਮੈਂ ਕਿਨੂ ਨਹੀਂ ਆ ਵੀ ਆਪ ਦੇ ਮੂੰਹ ਤੇ ਆਪ ਹੀ ਥੱਪੜ ਮਾਰ ਲਓ ਆਪਣੇ ਚਪੇੜ ਆਪਣੇ ਮੂੰਹ ਤੇ ਆਪ ਹੀ ਮਾਰ ਲਓ ਮੀਨਸ ਕਿਹੜਾ ਹੈ ਰਾਜੇ ਆਪਣਾ 3 ਟਾਇਰ ਸਿਸਟਮ ਠੀਕ ਆ ਹੁਣ ਮੈਨੂੰ ਦੱਸੋ ਵੀ ਡੀ ਦੇ ਵਿੱਚ ਕੀ ਸੀਗਾ ਲਿਖਵਾਇਆ ਹੋਇਆ ਹੈਗਾ ਡੀ ਦੱਸੋ ਰਾਜੇ ਕੀ ਹੈਗੀ ਆ ਡੀ ਦੇ ਵਿੱਚ ਕੀ ਸੀਗੀ ਲਿਖਵਾਇਆ ਹੋਇਆ ਕੀ ਸੀਗੀ ਆਪਣੀ ਰਿਜ਼ਰਵੇਸ਼ਨ ਐਸਸੀ ਐਸਟੀ ਹੈ ਨਾ ਜੋ ਰਿਜ਼ਰਵੇਸ਼ਨ ਆਫ ਸੀਟਸ ਹੋ ਗਈਆਂ ਤੇ ਈ ਦੇ ਵਿੱਚ ਕੀ ਹੈਗੀ ਆਪਣੀ ਰਾਜੀ ਡਿਊਰੇਸ਼ਨ ਆਪਣੀ 5 ਈਅਰ ਤਾਂ ਤੁਸੀਂ ਦੱਸੋ ਆਨਸਰ ਕੀ ਆਏਗਾ ਫਿਰ ਕੀ ਆਏਗਾ ਆਪਣਾ ਸੀ ਆਏਗਾ ਕੌਜ਼ ਉਹਨਾਂ ਨੇ ਕੀ ਪੁੱਛਿਆ ਹੈਗਾ ਫਾਰਮੇਸ਼ਨ ਆਫ ਪੰਚਾਇਤ ਫਾਰਮੇਸ਼ਨ ਆਫ ਪੰਚਾਇਤ ਦਾ ਮਤਲਬ ਕੀ ਹੈਗਾ ਵੀ ਉਹਦੀ ਕੰਪੋਜੀਸ਼ਨ ਕੀ ਆਪਣਾ 3 ਟੀਅਰ ਸਿਸਟਮ ਵੀ ਆਪਾਂ ਪੰਚਾਇਤ ਬਣਾਉਣੇ ਕਿਦਾਂ ਹੈਗੇ ਆ ਕਲੀਅਰ ਹੋ ਗਿਆ ਰਾਜੀ ਸਭ ਨੂੰ ਇਹ ਕੁਐਸਚਨ ਦਾ ਆਨਸਰ ਨੈਕਸਟ ਦੇਖੋ ਆਪਣਾ ਹੋ ਮੰਗ ਦਾ ਫੋਲੋਵਿੰਗ ਇਸ ਦਾ ਆਥਰ ਆਫ ਦਾ ਸੰਸਕ੍ਰਿਤ ਪੋਇਮ ਟਾਈਟਲ ਸ਼੍ਰੀ ਕ੍ਰਿਸ਼ਨਾ ਲੀਲਾ ਤਰੰਗਣੀ ਦੱਸੋ ਰਾਜ ਇਹਨਾਂ ਦੇ ਆਪਣੇ ਸਹਿਲੇਖਕਰ ਕੌਣ ਹੈਗੇ ਨੇ ਆਪਣੇ ਰਚਨਾਕਾਰ ਕੌਣ ਨੇ ਥੋੜਾ ਦਿਮਾਗ ਲਾਇਆ ਕਰੋ ਨਾ ਨਿਸ਼ੂ ਸੰਧੂ ਫਾਰਮੇਸ਼ਨ ਮੀਨਜ਼ ਫਾਰਮ ਕਰਨੀ ਫਾਰਮੇਸ਼ਨ ਮੀਨਜ਼ ਫਾਰਮ ਕਰਨੀ ਤਾਂ ਕੰਪੋਜੀਸ਼ਨ ਵੀ ਤਾਂ ਉਹੀ ਹੋਗੀ ਨਾ ਵੀ ਆਪਾਂ ਕੋਈ ਚੀਜ਼ ਬਣਾ ਰਹੇ ਹਾਂ ਕਿੱਦਾਂ ਬਣਾਣੇ ਆ ਉਹ ਬਸ ਜਦ ਬੂਪੀ ਨੂੰ ਯਾਦ ਕਰ ਲਿਆ ਬੂਪੀ ਨੇ ਹਾਜ਼ਰ ਹੋ ਜਾਣਾ ਦਸਤੋ ਰਾਜੇ ਕਿੰਨਾ ਦੀ ਹੈਗੀ ਆਪਣੀ 24 ਦਾ ਆਨਸਰ ਕਰੋ ਸਭ ਨੂੰ ਆਂਦਾ ਹੋਏਗਾ ਸੱਚ ਤਾਂ ਨਹੀਂ ਕਰਦੇ ਹੈਗੇ ਮੀਰਾ ਬਾਈ ਗਲਤ ਹੈ ਰਾਜੇ ਮੀਰਾ ਬਾਈ ਆਪਣਾ ਨਹੀਂ ਆਏਗਾ ਚਲੋ ਮੀਰਾ ਬਾਈ ਠੀਕ ਹੈ ਮੀਰਾ ਬਾਈ ਤੋਂ ਸੂਰਦਾਸ ਤੇ ਆਗੇ ਸੂਰਦਾਸ ਤੋਂ ਨਰਾਇਣ yogi ਤੇ ਆਗੇ ਤੇ ਬਸ ਹੁਣ ਇੱਕ ਰਹਿ ਗਿਆ ਵੱਲਵ ਵਿਚਾਰੀ ਉਹ ਵੀ ਕਰ ਦਿਓ ਅਨਸਰ ਪਹਿਲਾ ਮੀਰਾ ਬਾਈ ਫਿਰ ਸੂਰਦਾਸ ਤੇ ਚਲੇ ਗਏ ਫਿਰ ਆਪਣੇ yogi ਤੇ ਚਲੇ ਗਏ ਫਿਰ ਆਪਣੇ ਕੀਤੇ ਆਗੇ ਵੱਲਵ ਵਿਚਾਰੀ ਤੇ ਅਨਸਰ ਨਾ ਇੱਕ ਕਰਿਆ ਕਰੋ ਆਪਣੇ ਹਿਸਾਬ ਨਾਲ ਵੀ ਜੋ ਅਨਸਰ ਸਹੀ ਹੈ ਆਪਣੇ ਕਿਹੜੇ ਹੈਗੇ ਨੇ ਨਰਾਇਣ ਤੀਰਥਾ yogi ਨੈਕਸਟ ਦੇਖੋ ਲੋ ਹ ਤਾਂ ਬਹੁਤ ਹੀ ਈਜ਼ੀ ਹੈਗਾ ਕੁਐਸਚਨ ਇਨ ਵਿਚ ਇਅਰ ਡਿਡ ਦਾ ਯੂਨਾਈਟਿਡ ਨੇਸ਼ਨਸ ਅਡਾਪਟ ਦਾ ਕਨਵੈਨਸ਼ਨ ਔਨ ਦਾ ਇਲੀਮੀਨੇਸ਼ਨ ਆਫ 올 ਫਾਰਮ ਆਫ ਡਿਸਕ੍ਰਿਮੀਨੇਸ਼ਨ ਅਗੇਂਸਟ ਔਮਨਸ ਮੀਨਸ ਰਾਜੇ ਕਿਹੜੇ ਸਾਲ ਦੇ ਵਿੱਚ ਆਪਣੀ ਜਿਹੜੀ ਯੂਨਾਈਟਿਡ ਨੇਸ਼ਨ ਹੈਗੀ ਆ ਉਹਨੇ ਅਡਾਪਟ ਕਰ ਲਿਆ ਸੀ ਵੀ ਔਰਤਾਂ ਦੇ ਖਿਲਾਫ ਜਿੰਨਾ ਵੀ ਭੇਦਭਾਵ ਹੁੰਦਾ ਹੈਗਾ ਠੀਕ ਆ ਉਸ ਦੇ ਰਿਲੇਟਡ ਉਹ ਸਾਰੀਆਂ ਚੀਜ਼ਾਂ ਕਿ ਅਸੀਂ ਇਲੀਮੀਨੇਟ ਕਰਾਂਗੇ ਉਹ ਦੱਸੋ ਰਾਜੇ ਕਿਹੜੇ ਸਾਲ ਕੀਤੀ ਹੈਗੀ ਆ ਦੱਸੋ ਕਿਹੜੇ ਸਾਲ ਬਣਾਇਆ ਗਿਆ ਹੈਗਾ 61 ਪਿਕਾਚੂ 61 ਕੀ ਹੈ ਰਜੇ ਕੁਐਸਚਨ ਨੰਬਰ 25 ਦਾ ਆਨਸਰ ਕਰੋ 61 ਹੈਗਾ ਕੀ ਆ 61 ਫਿਰ ਗਲਤ ਆ ਜਿੰਨੇ ਬੱਚੇ ਆਨਸਰ ਕਰ ਰਹੇ ਹੈਗੇ ਨਹੀਂ ਹਰਜੀਤਮਨ ਤੁਸੀਂ ਤਾਂ ਬਹੁਤ ਪਿੱਛੇ ਚੱਲ ਰਹੇ ਮੇਬੀ ਮੇਬੀ ਨਾ ਕਰਿਆ ਕਰੋ ਮੇਬੀ 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 ਬਸ 1979 ਰਜੇ ਚਲੋ ਨੈਕਸਟ ਦੇਖੋ ਵੈਰੀ ਵੈਰੀ ਇੰਪੋਰਟੈਂਟ ਹੈਗਾ ਆਪਣਾ ਯੂਨੀਫਾਈ ਯੂਨੀਫਾਈਡ ਪੇਮੈਂਟ ਇਨ ਉਹਦੇ ਖਿਲਾਫ ਹੈਗਾ ਠੀਕ ਹੈ ਆਪਣੇ ਯੂਪੀਆਈ ਦੇ ਰਿਲੇਟਡ ਹੈਗਾ ਹੁਣ ਹੀ ਆਪਾਂ ਕਰਕੇ ਹਟਿਆ ਯੂਪੀਆਈ ਬਾਰੇ ਦਸੋ ਰਾਜੇ ਇਟ ਵਾਸ ਲਾਂਚਡ ਬਾਈ ਦਾ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਮੀਨਜ਼ ਕਿ ਆਪਾਂ ਐਨਪੀਸੀਆਈ ਨੇ ਲਾਂਚ ਕੀਤਾ ਹੈਗਾ ਨੈਕਸਟ ਕੀ ਰੀਨਿਊਡ ਵਰਜ਼ਨ ਹੈਗਾ ਕਿ ਦਾ ਆਪਣਾ ਬੀਮ ਯੂਪੀਆਈ ਦਾ ਕੁਐਸਚਨ ਨੰਬਰ 26 ਦਾ ਆਨਸਰ ਕਰੋ ਰਾਜੇ unified payment interface ਬੋਲਦੇ ਆਂਗੇ ਰਾਜੇ ਆਪਾਂ ਇਹਨੂੰ ਠੀਕ ਆ ਦੱਸੋ ਕਦੋਂ ਲਾਂਚ ਕੀਤਾ ਗਿਆ ਹੈਗਾ ਆਪਣਾ ਇਹ ਬਿਲਕੁਲ ਸਹੀ ਰਾਜੇ ਦੋਨੋਂ ਹੀ கரੈਕਟ ਹੈਗੇ ਨੇ ਕਦੋਂ ਲਾਂਚ ਕਦੋਂ ਕੀਤਾ ਸੀਗਾ ਇਹ 2016 16 ਠੀਕ ਆ ਆਪਣਾ April ਆ ਜਾਂਦਾ ਹੈਗਾ ਮੇਬੀ 11 12 April ਹੋਈਗੀ ਆਈ ਥਿੰਕ April 2016 ਦੇ ਵਿੱਚ ਲਾਂਚ ਕੀਤਾ both 1 ਐਂਡ 2 ਨੈਕਸਟ ਦੇਖੋ ਰਾਜੀ ਆਪਣਾ द साइंस एंड टेक्नोलॉजी ऑफ प्रोड्यूसिंग एंड यूजिंग प्लांट्स इन एग्रीकल्चर फॉर फूड फ्यूल फाइबर रिक्रिएशन एंड लैंड रिस्टोरेशन इज की कहने रा जी दसो एग्रोनॉमी बोलदेनु आपा हॉर्टिकल्चर बोलदे हां पैथोलॉजी जे अपना फॉरेस्टी क्वेश्चन नंबर 27 ਦਾ ਆਨਸਰ ਕਰੋ ਰਜੇ ਗਲਤ ਕਰ ਰਹੇ ਹੋ ਗਲਤ ਕਰ ਰਹੇ ਹੋ ਗਲਤ ਕਰ ਰਹੇ ਹੋ ਦੇਖੋ ਆਪਾਂ ਪਲਾਂਟਸ ਵਗੈਰਾ ਠੀਕ ਆ ਦੇਖੋ ਪਹਿਲਾਂ ਪ੍ਰੋਡਿਊਸ ਕਰਦੇ ਹੈਗੇ ਫਿਰ ਉਹਨੂੰ ਆਪਾਂ ਯੂਜ਼ ਕਰਦੇ ਹੈਗੇ ਫੂਡ ਵਾਸਤੇ ਠੀਕ ਆ ਉਹ ਤਾਂ ਫੂਡ ਪ੍ਰਾਪਤ ਹੁੰਦਾ ਹੈਗਾ ਆਪਾਂ ਬਾਲਣ ਲਈ ਵਰਤਦੇ ਆਂ ਫਿਊਲ ਵਾਸਤੇ ਫਾਈਬਰ ਕ੍ਰੀਏਸ਼ਨ ਵਾਸਤੇ ਅਗਰ ਆਪਾਂ ਲੈਂਡ ਰੀਸਟੋਰ ਕਰਨੀ ਹੈਗੀ ਹੈ ਨਾ ਤਾਂ ਵੀ ਕਿ ਆਪਾਂ ਪੌਦੇ ਵਗੈਰਾ ਲਗਾਣੇ ਹੈਗੇ ਉਹ ਸਾਰੇ ਪ੍ਰੋਸੈਸ ਨੂੰ ਰਾਜੇ ਆਪਾਂ ਕੀ ਬੋਲਦੇ ਹੈਗੇ ਉਹਨੂੰ ਆਪਾਂ ਬੋਲਦੇ ਹੈਗੇ ਐਗਰੋਨੋਮੀ ਨੈਕਸਟ ਦੇਖੋ ਰਾਜੇ ਦ ਜਸਟਿਸ ਪਾਰਟੀ ਆਫ ਮਦਰਾਸ ਡਿਊਰਿੰਗ 192021 ਵਾਸ ਮੇਨਲੀ ਇਹ ਪਾਰਟੀ ਆਫ ਦਸੋ ਰਾਜੇ ਸਭ ਨੂੰ ਪਤਾ ਹੋਣਾ ਚਾਹੀਦਾ ਜਿਹੜੀ ਜਸਟਿਸ ਪਾਰਟੀ ਸੀ ਉਹ ਕਿੰਨਾ ਦੀ ਸੀਗੀ ਮੁਸਲਿਮਸ ਬ੍ਰਿਟਿਸ਼ਰਸ ਨਾਨ ਬ੍ਰਾਹਮਣਸ ਜਾਂ ਆਪਣੇ ਬ੍ਰਾਹਮਣਸ ਕੁਐਸਚਨ ਨੰਬਰ 28 ਵੈਰੀ ਈਜ਼ੀ ਬਹੁਤ ਈਜ਼ੀ ਕੁਐਸਚਨ ਹੈਗਾ ਰਾਜੇ ਆਪਣਾ ਜਿਹੜਾ 28 ਵੀ ਹੈਗਾ ਸਭ ਨੂੰ ਪਤਾ ਮੁਸਲਿਮਸ ਰਾਜੇ ਮੁਸਲਿਮ ਦੀ ਸਿਰਫ ਇੱਕ ਹੀ ਪਾਰਟੀ ਸੀਗੀ ਆਪਣੀ ਮੁਸਲਿਮ ਲੀਗ ਕੁਐਸਚਨ ब्राह्मण क्यूट शाइन ब्राह्मण सीरियसली राजे ब्राह्मण क्या बात है जगदीश सिंह का आंसर कीता तूसी फर्स्ट टाइम वेरी गुड एंड आंसर भी बिल्कुल सही कीता देखो मुस्लिम सा हो नहीं सकदे ते को ऑप्शनस एलिमिनेट हो जाएगी ते ब्राह्मण से मेरी गल सुनो राजे मुस्लिम सा हो नहीं सकदे ब्राह्मण देखो ब्राह्मण से दे। केडे hunde ने अपने हिंदू होगे हो, हो सकदे है नहीं हो सकदे देखो दो ऑप्शनस तो हो गए हैं एलिमिनेट ਤੇ ਬ੍ਰਿਟਿਸ਼ਰ ਜਿਸ ਦਾ ਹੋ ਸਕਦੀ ਹੀ ਨਹੀਂ ਹੈਗੀ ਤਾਂ ਇੱਕ ਹੀ ਆਪਸ਼ਨ ਬਚਦੀ ਹੈਗੀ ਆਪਣੇ ਕੋਲ ਕਿਹੜੀ ਨੌਨ ਬ੍ਰਾਹਮਨਸ ਥੋੜਾ ਇਲੀਮੀਨੇਟ ਕਰਕੇ ਆਨਸਰ ਕਰਿਆ ਕਰੋ राजे ਨੈਕਸਟ ਦੇਖੋ ਹੂ ਇਜ਼ ਪ੍ਰੈਜ਼ਾਈਡਡ ਆਫ ਪ੍ਰੈਜ਼ੀਡੈਂਟ ਆਫ ਜਪਾਨ ਦੇਸਪਾਈਟ ਹੈਵਿੰਗ ਅ ਪਾਰਲੀਮੈਂਟਰੀ ਸਿਸਟਮ ਦੱਸੋ राजे ਕੌਣ ਹੈਗਾ ਕੀ ਕਹਿੰਦੇ ਆ ਉਹਨੂੰ ਆਪਾਂ ਐਮਪਰਰ ਆਫ ਕਿੰਗ ਬੋਲਦੇ ਆ ਪ੍ਰਾਈਮ ਮਿਨਿਸਟਰ ਲੈਫਟੇਨੈਂਟ ਕਮਾਂਡਰ ਜਾਂ ਆਪਣਾ ਦਾ ਚਾਂਸਲਰ ਮੀਨਜ਼ ਪਾਰਲੀਮੈਂਟਰੀ ਸਿਸਟਮ ਦੇ ਹੋਣ ਦੇ ਬਾਵਜੂਦ ਵੀ ਆਪਾਂ ਜਪਾਨ ਦੇ ਪ੍ਰੈਜ਼ੀਡੈਂਟ ਨੂੰ ਜੇ ਕੀ ਬੋਲਦੇ ਆ ਦੱਸੋ ਕੁਐਸਚਨ ਨੰਬਰ 29 ਦਾ ਆਨਸਰ ਸੀ ਗਲਤੀ ਨਾਲ ਹਾਊ ਬਾਦਰ ਜੇ ਤੁਸੀਂ ਸਹੀ ਕਹਿਣਾ ਹੁੰਦਾ ਮੈਮ ਗਲਤੀ ਨਾਲ ਟਾਈਪ ਹੋ ਗਿਆ ਮੈਮ ਇਹ ਹੋ ਗਿਆ ਪਰ ਕਹਿੰਦੇ ਹੁੰਦੇ ਨੇ ਸੱਚ ਪਹਿਲੀ ਵਾਰ ਹੀ ਨਿਕਲ ਆਉਂਦਾ ਹੈਗਾ ਬਾਹਰ ਸਹੀ ਹੈ ਨਾ ਕੁਐਸਚਨ ਨੰਬਰ 29 ਦਾ ਆਨਸਰ ਕਰੋ ਪੱਕਾ ਮੈਨੂੰ ਪਤਾ ਸੀ ਵੀ ਚਾਂਸਲਰ ਹੀ ਅਨਸਰ ਕਰੋਗੇ ਤੇ ਸਾਰੇ ਬੱਚਿਆਂ ਦਾ ਅਨਸਰ ਗਲਤ ਹੈ ਸਟਾਸਿੰਗ 9 ਮੇ ਵੀ ਕੌਣ ਹੈਗਾ राजे ਆਪਣਾ ਐਂਪਰਰ ਬੋਲਦੇ ਜਾਣੂ ਵੀ ਆਪਾਂ ਕੀ ਬੋਲਦੇ ਹੈਗੇ राजे ਕਿੰਗ ਬੋਲਦੇ ਆ ਠੀਕ ਆ ਚਲੋ ਨੈਕਸਟ ਕੁਸ਼ਚਨ ਦੇਖੋ ਆਪਣਾ ਹੂ ਇਜ਼ ਇਨਕਲੂਡਡ ਇਨ ਦਾ ਨਿਰਚਨ ਮੰਡਲ ਠੀਕ ਆ राजे ਆਪਣਾ ਕਿਹੜਾ ਹੈਗਾ ਇਲੈਕਟਰੋਲ ਕਾਲਜ ਆਫ ਥਰੂ ਵਿਚ ਦਾ ਪ੍ਰੈਜ਼ੀਡੈਂਟ ਆਫ ਦਾ ਇੰਡੀਆ ਦੱਸੋ राजे ਆਪਣਾ ਇਹ ਇਲੈਕਟਰੋਲ ਕਾਲਜ ਹੈਗਾ ਕਿਦਾ ਆਪਣਾ ਪ੍ਰੈਜ਼ੀਡੈਂਟ ਦਾ ਦੱਸੋ राजे ਕਿੱਦਾਂ ਚੁਣਿਆ ਜਾਂਦਾ ਹੈਗਾ ਤਾਂ ਸਭ ਨੂੰ ਆਣਾ ਚਾਹੀਦਾ ਆਨਸਰ ਦਸੋ ਰਾਜੀ ਆਨਸਰ ਕਰੋ ਦੇਖੋ ਆਪਣੇ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਚ ਕੌਣ ਪਾਰਟਿਸਪੇਟ ਆ ਕੀ ਕਰਤ ਰਹੇ ਬੀ ਕਿਉਂ ਆਨਸਰ ਕਰ ਰਹੇ ਹੋ ਤੁਸੀਂ ਮੈਂਬਰ ਆਫ ਪਾਰਲੀਮੈਂਟ ਚ राजे ਕੌਣ ਆ ਜਾਣਗੇ ਇਲੈਕਟਿਡ ਐਂਡ ਨੋਮੀਨੇਟਿਡ ਮੈਂਬਰ ਦੋਨੋਂ ਆਂਦੇ ਹੈਗੇ ਨੇ ਤੇ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਨੋਮੀਨੇਟਿਡ ਮੈਂਬਰ ਪਾਰਟਿਸਪੇਟ ਨਹੀਂ ਕਰਦੇ राजे ਤਾਂ ਆਪਸ਼ਨ ਨੰਬਰ 2 ਤਾਂ ਗਲਤ ਹੀ ਹੋਗੀ ਆਟੋਮੈਟਿਕਲੀ 올 ਐਮਪੀਜ਼ ਨੋ ਇਹ ਵੀ ਗਲਤ ਹੈਗਾ 올 ਐਮਪੀਜ਼ ਨਹੀਂ 올ੀ ਇਲੈਕਟਿਡ ਮੈਂਬਰਸ ਪਾਰਟਿਸਪੇਟ ਕਰਦੇ ਹੈਗੇ ਨੇ राजे ਹੁਣ ਫਸਟ ਐਂਡ ਥਰਡ ਸਟੇਟਮੈਂਟ ਦੇਖੋ ਠੀਕ ਹੈ ਬਿਲਕੁਲ ਇਲੈਕਟਿਡ ਮੈਂਬਰ ਆਫ ਸਟੇਟ ਲੈਜਿਸਲੇਚਰ ਸਟੇਟ ਲੈਜਿਸਲੇਚਰ ਬੋਲਿਆ ਹੈਗਾ राजे ਦੱਸੋ ਕੋਣ ਹੈ ਇਹ ਵੀ ਆਪਸ਼ਨ ਕਿ ਇਹ ਆਪਣੀ ਗਲਤ ਓਨਲੀ ਕੌਣ ਪਾਰਟਿਸਪੀਟ ਕਰਦਾ ਹੈ ਕਿ ਰਾਜੇ ਆਪਣਾ ਇਲੈਕਟਿਡ ਮੈਂਬਰਸ ਆਫ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਟਿਵ ਅਸੈਂਬलीज ਓਨਲੀ ਕਿਹੜੇ ਕਰਦੇ ਹੈਗੇ ਰਾਜੇ ਇਲੈਕਟਿਡ ਮੈਂਬਰਸ ਕਲੀਅਰ ਸਭ ਨੂੰ ਥੋੜਾ ਨਾ ਸਟੇਟਮੈਂਟਸ ਨੂੰ ਪ੍ਰੋਪਰ ਰੀਡ ਕਰਿਆ ਕਰੋ ਦੈਨ ਰਾਜੇ ਆਨਸਰ ਕਰਿਆ ਕਰੋ ਨੈਕਸਟ ਕੁਐਸਚਨ ਦੇਖੋ ਆਪਣਾ ਦ ਇੰਪਲੋਇਮੈਂਟ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ ਨੂੰ ਆਪਣੇ ਆਪ ਰੀਡ ਕਰੋ ਤੁਸੀਂ ਕਹਿੰਦੇ ਸੀ ਮੈਮ ਸਾਈਡ ਤੇ ਹੋ ਜੋ ਲੋ ਰੀਡ ਕਰੋ ਰਜੇ ਕਿੰਨੀ ਅਮਾਉਂਟ ਆਪਮੀਸ ਆਪਾ ਪੈਨਸ਼ਨ ਕਿੰਨੀ ਦਿੰਦੇ ਆ ਕਿੰਨਾ ਬੈਨੀਫਿਟ ਦਿੱਤਾ ਜਾਂਦਾ ਹੈਗਾ ਇਹਦੇ ਵਿੱਚ ਸਹਾਸਰੀਏ ਕਾਲ ਕਰਨ ਸੀ ਇਤਿਆ ਰਜੇ ਚਲੋ 31 ਦਾ ਆਨਸਰ ਕਰੋ ਪੱਕਾ ਪਤਾ ਸੀ ਮੈਨੂੰ 5 ਲੱਖ ਹੀ ਆਨਸਰ ਕਰੋਗੇ 5 ਲੱਖ ਨਹੀਂ ਹੈ ਅਗਰ राजे ਆਪਣੀ ਕਿੰਨੀ ਅਮਾਉਂਟ ਹੈਗੀ 6.3 ਲੱਖ ਚਲੋ ਨੈਕਸਟ ਦੇਖੋ ਆਪਣਾ ਵਿਚ ਆਫ ਦਾ ਫੋਲੋਇੰਗ ਬੁక్స్ ਇਸ ਨਾਟ ਦਾ ਵਰਕ ਆਫ ਸੁਜੀਤ ਸਿੰਘ ਸੇਠੀ ਦੱਸੋ राजे ਆਪਣੀ ਸੁਜੀਤ ਸਿੰਘ ਸੇਠੀ ਦੀ ਕਿਹੜੀ ਨਾ ਜੋ ਰਾਈਟਿੰਗਸ ਨਹੀਂ ਹੈਗੀ ਆਪਣਾ ਰੇਤ ਦਾ ਪਹਾੜ ਇੱਕ ਸ਼ਹਿਰ ਦੀ ਗੱਲ ਕੁਝ ਅਨਿਖਾਵੇ ਤੇ ਅਬਰਾ ਕਾਡਾਬਰਾ ਹਾਂ ਅਬਰਾ ਕਾਡਾਬਰਾ ਦੱਸੋ ਰਾਜੇ ਇਹਨਾਂ ਚੋਂ ਕਿਹੜੀ ਨਹੀਂ ਹੈਗੀ ਆਪਣੀ ਸੁਰਜੀਤ ਸਿੰਘ ਸੈਥੀ ਦੀ ਕੁਐਸਚਨ ਨੰਬਰ 32 ਦਾ ਆਨਸਰ ਕਰੋ ਰਾਜੇ ਸਾਰੇ ਜਾਣੇ ਪ੍ਰਿੰਸ ਜੀ ਜੀ ਵੈਰੀ ਗੁੱਡ ਵੈਰੀ ਗੁੱਡ ਸਾਰੇ ਬੱਚੇ ਸਹੀ ਕਰ ਰਹੇ ਨੇ ਆਂਸਰ ਇਹ ਕੁਐਸਚਨ ਦਾ ਵੈਰੀ ਗੁੱਡ ਰਾਜੀ ਠੀਕ ਆ ਰਹੇ ਦਾ ਪਹਾੜ ਵੀ ਸੁਰਜੀਤ ਸਿੰਘ ਦੀ ਹੈ ਇੱਕ ਸ਼ਹਿਰ ਦੀ ਗੱਲ ਵੀ ਉਹਨਾਂ ਦੀ ਹੈ ਆਪਣਾ ਆਬਰਾ ਕਾ ਡਾਬਰਾ ਵੀ ਕਿੰਨਾ ਦੀ ਹੈਗੀ ਰਜੀ ਆਪਣੀ ਇਹਨਾਂ ਦੀ ਹੀ ਹੈ ਤੇ ਸਿਰਫ ਆਪਣੀ ਇਹ ਵਾਲੀ ਨਹੀਂ ਹੈਗੀ ਨੈਕਸਟ ਕੁਐਸਚਨ ਦੇਖੋ ਦਾ ਨੰਬਰ ਆਫ ਮੈਂਬਰਸ ਆਫ ਦਾ ਸਟੇਟ ਲੈਜਿਸਲੇਟਿਵ ਅਸੈਂਬलीज ਡਿਪੈਂਡ ਅਪਨ ਰਾਜੇ ਕੁਐਸਚਨ ਗਲਤ ਨਹੀਂ ਹੋਣਾ ਚਾਹੀਦਾ ਦਸਤੋ ਜਿਹੜੀ ਆਪਣੀ ਸਟੇਟ ਲੈਜਿਸਲੇਟਿਵ ਅਸੈਂਬਲੀ ਕਿਹੜੀ ਹੋਗੀ ਆਪਣੀ ਵਿਧਾਨ ਸਭਾ ਠੀਕ ਹੈ ਰਾਜ ਦਸਤੋ ਆਪਣੇ ਵਿਧਾਨ ਸਭਾ ਦੇ ਜਿਹੜੇ ਮੈਂਬਰ ਹੈਗੇ ਨੇ ਉਹ ਕਿਸ ਚੀਜ਼ ਤੇ ਉਹਨਾਂ ਦੀ ਜਿਹੜੀ ਗਿਣਤੀ ਕਿਸ ਚੀਜ਼ ਤੇ ਨਿਰਭਰ ਕਰਦੀ ਹੈ ਕਿ ਆਪਣੀ ਦਸਤੋ ਰਾਜੇ ਆਪਣਾ ਨੰਬਰ ਆਫ ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀ ਦਾ ਪਬਲਿਕ ਆਫ ਦਾ ਸਟੇਟ ਜੀਓਗ੍ਰਾਫੀਕਲ ਏਰੀਆ ਆਫ ਦਾ ਸਟੇਟ ਜਾਂ ਮੈਂਬਰ ਆਫ ਪਾਰਲੀਮੈਂਟ ਕੁਐਸਚਨ ਨੰਬਰ 33 ਦਾ ਅਨਸਰ ਕਰੋ ਰਾਜੇ ਪਬਲਿਕ ਆਫ ਦਾ ਸਟੇਟ ਗਲਤ ਕਰ ਰਿਹਾ ਹਾਂ ਪੱਕਾ ਪਤਾ ਸੀ ਪਬਲਿਕ ਆਫ ਸਟੇਟ ਕਰੋਗੇ ਤੁਸੀਂ ਕਿਸ ਤੇ ਡਿਪੈਂਡ ਕਰੇਗੀ ਰਾਜੀ ਆਪਣੀ ਵੀ ਨੰਬਰ ਆਫ ਮੈਂਬਰਸ ਕਿੰਨੇ ਹੈਗੇ ਨੇ ਲੈਜਿਸਲੇਟਿਵ ਅਸੈਂਬਲੀ ਚ ਬਸ ਉਹਨੇ ਉਸ ਤੇ ਡਿਪੈਂਡ ਕਰੇਗੀ ਆਪਣੀ ਨਾ ਕਿ ਆਪਣੀ ਪਬਲਿਕ ਆਫ ਦਾ ਸਟੇਟ ਬੰਗਾਰਾ ਫੈਸਟੀਵਲ ਇਜ਼ ਹੈਲਡ ਟੂ ਪੇ ਅ 뮤지컬 ਟ੍ਰਿਬਿਊਟ ਟੂ ਹੂਮ ਇਨ ਮਹਾਰਾਸ਼ਟਰ ਦੇਖੋ ਰਾਜੀ ਜਿਹੜਾ ਆਪਣਾ ਬੰਗਾਰਾ ਫੈਸਟੀਵਲ ਹੈਗਾ ਕਿੱਥੇ ਮਨਾਇਆ ਜਾਂਦਾ ਹੈਗਾ ਆਪਣਾ ਮਹਾਰਾਸ਼ਟਰ ਵਿੱਚ ਦੱਸੋ ਰਾਜੀ ਕਿਸ ਨੂੰ ਮੀਜ਼ਾ ਆਪਾਂ ਡੈਡੀਕੇਟ ਕਰਦੇ ਆ ਆਪਣੇ ਲਾਰਡ ਰਾਮ ਜੀ ਲਾਰਡ ਕ੍ਰਿਸ਼ਨਾ ਲਾਰਡ ਸ਼ਿਵਾ ਜਾਂ ਆਪਣਾ ਦਾ ਫਾਰਮਰਸ ਕਵੈਸਚਨ ਨੰਬਰ 34 ਦਾ ਆਨਸਰ ਕਰੋ ਰਜੇ ਬਾਣ ਗੰਗਾ ਫੈਸਟੀਵਲ ਬਾਣ ਗੰਗਾ ਫੈਸਟੀਵਲ ਦੋਸਤੋ ਰਜੇ ਵੈਰੀ ਗੁੱਡ ਆਨਸਰ ਹਲੇ ਤੱਕ ਸਿਰਫ ਦੋ ਬੱਚਿਆਂ ਦਾ ਆਨਸਰ ਸਹੀ ਆਇਆ ਇੱਕ ਦਾ ਹੋਰ ਸਹੀ ਆਏਗਾ 3 4 ਪੰਕੂ ਦਾ ਵੀ ਸਹੀ ਆ ਬਲਵਿੰਦਰ ਸਿੰਘ ਵੀ ਸਹੀ ਆ ਰਜਨੀ ਯਾਦਦਾਵੀ ਸਹੀ ਆ ਕਿਨੂ ਕੰਬੋਸ ਦਾ ਵੀ ਸਹੀ ਹੈ ਨਿਸ਼ੂ ਸੰਧੂ ਦਾ ਵੀ ਸਹੀ ਹੈ ਚਲੋ ਹੁਣ ਤਾਂ ਸਭ ਦਾ ਹੀ ਸਹੀ ਆ ਰਿਹਾ ਹੈਗਾ राजे ਕੌਣ ਹੈਗੇ ਨੇ ਆਪਣੇ ਲਾਰਡ ਰਾਮ ਜੀ ਨੈਕਸਟ ਕੁਐਸਚਨ ਦੇਖੋ ਵਿਚ ਆਫ ਦਾ ਫੋਲੋਇੰਗ ਗੁਰਦੁਵਾਰਾ ਹੈਜ਼ ਦਾ ਲਾਰਜੈਸਟ ਸਰੋਵਰ ਵਾਟਰ ਪਾਉਂਡ ਸਰਾਉਂਡਿੰਗ ਦੱਸੋ राजे ਤਾਂ ਸਭ ਨੂੰ ਪਤਾ ਹੋਏਗਾ ਵੀ ਜਿਹੜਾ ਲਾਰਜੈਸਟ ਸਰੋਵਰ ਹੈਗਾ ਆਪਣਾ ਕਿਹੜੇ ਗੁਰਦੁਵਾਰਾ ਸਾਹਿਬ ਦਾ ਹੈਗਾ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਗੁਰਦੁਵਾਰਾ ਬਾਬਾ ਬਕਾਲਾ ਸਾਹਿਬ ਦਾ 골ਡਨ ਟੈਂਪਲ ਜਾਂ ਆਪਣਾ ਗੁਰਦੁਵਾਰਾ ਸ੍ਰੀ ਤਰਨਤਾਰਨ ਸਾਹਿਬ ਕੁਐਸਚਨ ਨੰਬਰ 35 ਦਾ ਆਨਸਰ ਕਰੋ ਰਾਜੀ ਵੈਰੀ ਗੁੱਡ ਵੈਰੀ ਗੁੱਡ ਰਾਜੀ ਮੈਂ ਤਾਂ ਐਵੇਂ ਸੀਗਾ ਵੀ ਤੁਸੀਂ ਵੈਰੀ ਗੁੱਡ ਰਾਜੀ ਸਭ ਬੱਚੇ ਐਸੇ ਮੈਨੂੰ ਐਵੇਂ ਸੀ 골ਡਨ ਟੈਂਪਲ ਲਗਾਉਂਗੇ ਤੁਸੀਂ ਗੁਰਦੁਆਰਾ ਸ੍ਰੀ ਆਪਣੇ ਤਰਨਤਾਰਨ ਸਾਹਿਬ ਜਿਹੜਾ ਹੈਗਾ ਰਾਜੀ ਆਪਣਾ ਠੀਕ ਆ ਸਭ ਤੋਂ ਕੀ ਹੈਗਾ ਲਾਰਜੈਸਟ ਸਰੋਵਰ ਹੈਗਾ ਨੈਕਸਟ ਦੇਖੋ ਰਾਜੀ ਡਿਊਰਿੰਗ ਵਿਚ ਕਨਕਲਤਾ ਸੈਕਰੀਫਾਈਜ਼ਰ ਲਾਈਫ ਐਨ ਵਾਸ ਇਹਦਾ 아이 थिंक ਉਹਦਾ ਕੁਐਸਚਨ ਹੈਗਾ ਰਾਜੀ ਮੇਬੀ ਕ੍ਰਾਂਟ ਦਾ ਕੁਐਸਚਨ ਹੈਗਾ ਚਲੋ ਇਹਨਾਂ ਪੁਰਾਣਾ ਨਹੀਂ ਆਏਗਾ ਇਹਦਾ ਆਨਸਰ ਲਿਖ ਲਓ ਵੈਸੇ 36 ਦਾ ਆਨਸਰ ਲਿਖ ਲਓ ਆਪਣਾ ਕੀ ਆਏਗਾ 2 ਨੈਕਸਟ ਦੇਖੋ ਰਾਜੀ ਆ ਹੋਮ ਇਹ ਤਾਂ ਮੈਂ ਕੱਲ ਵੀ ਕਰਵਾਇਆ ਹੈਗਾ ਰਾਜੀ ਆ ਹੋਮ ਵਾਰੇ ਠੀਕ ਆ ਕੱਲ ਵੀ ਕਰਵਾਇਆ ਹੈ ਮੈਂ ਅ ਹੋ ਮੂਮੈਂਟ ਮੋਨੂਮੈਂਟ ਇਜ਼ ਲੋਕੇਟਿਡ ਇਨ ਵਿਚ ਆਫ ਦਾ ਫੋਲੋਇੰਗ ਸਟੇਟ ਗਲਤ ਨਹੀਂ ਹੋਣਾ ਚਾਹੀਦਾ ਮਿਜ਼ੋਰਮ ਸਿੱਖਮ ਅਸਾਮ ਐਂਡ ਮਨੀਪੁਰ ਕੁਐਸਚਨ ਨੰਬਰ 37 ਦਾ ਆਨਸਰ ਕਰੋ ਰ ਜੀ ਇਹ ਤਾਂ ਆਪਾਂ ਨੇ ਕੱਲ ਵੀ ਕੀਤਾ ਹੋਇਆ ਹੈਗਾ ਚਲੋ ਇਹਦੇ ਮੈਂ ਕੱਲ ਕਰਵਾਏ ਸੀਗਾ ਇਹ ਹੋਮ ਠੀਕ ਹੈ ਫੈਸਟੀਵਲ ਵੀ ਕਿੱਥੇ ਹੈਗਾ राजे ਆਪਣਾ ਅਸਾਮ ਨੈਕਸਟ ਕੁਐਸਚਨ ਦੇਖੋ ਚੂਸਾ ਫੋਰ অপਸ਼ਨਸ ਠੀਕ ਹੈ ਦੈਟ ਇਜ਼ ਥੂ ਰਿਕਾਰਡਿੰਗ ਦਾ ਫੋਲੋਇੰਗ ਟੂ ਸਟੇਟਮੈਂਟਸ ਲੇਬਲ ਦੱਸੋ राजे ਇਹ ਅਸਰਸ਼ਨ ਦੱਸੀ ਹੋਈ ਹੈ ਦਾ ਗੀ ਰੀਜ਼ਨ ਦੱਸਿਓ ਹੈ ਦੱਸੋ ਰੀਡ ਕਰੋ ਐਂਡ ਦਾ ਆਨਸਰ ਕਰੋ ਸਹੀ ਆਣਾ ਚਾਹੀਦਾ राजे ਆਨਸਰ 38 ਦਾ ਕਵੈਸਚਨ ਨੰਬਰ 38 ਦਾ ਆਨਸਰ ਕਰੋ ਬੋਥ ਬਿਲਕੁਲ ਬੋਥ கரੈਕਟ ਹੈਗੇ ਨੇ ਸਹੀ ਆ ਬਿਲਕੁਲ ਅੱਗੇ ਦੱਸੋ ਵੀ கரੈਕਟ ਐਕਸਪਲੇਨੇਸ਼ਨ ਹੈ ਜਾਂ ਨਹੀਂ ਕੋਈ ਔਖਾ ਨਹੀਂ ਰਾਜ ਜਿਹੜੀ ਆਪ ਨੂੰ ਔਖਾ ਲੱਗਦਾ ਨਾ ਦੇਖ ਕੇ ਜਿੰਨੀ ਵੱਡੀ ਸਟੇਟਮੈਂਟ ਹੋਏਗੀ ਰਾਜੇ ਉਹਨਾਂ ਹੀ ਕਵੈਸਚਨ ਈਜ਼ੀ ਹੋਏਗਾ ਤੁਸੀਂ ਮੈਥ ਦਾ ਕਦੇ ਵੀ ਟਰਾਈ ਕਰ ਲਿਓ ਜਿੰਨੀ ਜ਼ਿਆਦਾ ਸਟੇਟਮੈਂਟ ਹੋਏਗੀ ਨਾ ਉਹਨਾਂ ਹੀ ਇੱਕ ਲਾਈਨ ਦੇ ਵਿੱਚ ਕਵੈਸਚਨ ਸੋਲਵ ਹੋ ਜਾਂਦਾ ਮੈਂ ਇਦਾਂ ਨੋ no, राजे ਠੀਕਾ ਬੋਥ ਸਹੀ ਹੈਗੇ ਆ ਬਟ ਜਿਹੜੀ ਆਰ ਹੈਗੀ ਇਹਦੀ ਸਹੀ ਐਕਸਪਲੇਨੇਸ਼ਨ ਨਹੀਂ ਹੈਗੀ राजे 옵ਸ਼ਨ ਨੰਬਰ ਆਏਗਾ ਆਪਣਾ 3 ਅਨਸਰ ਨੈਕਸਟ ਦੇਖੋ ਅਮੰਗ ਦਾ ਪੋਲੀਵਿੰਗ ਬੁక్స్ ਠੀਕਾ ਵਿੱਚ ਸਲਮਾਨ ਰਸ਼ੀਦੀ ਦਾ ਦੱਸੋ राजे ਆਪਣੇ ਜਿਹੜੇ ਸਲਮਾਨ ਰਸ਼ੀਦੀ ਹੈਗੇ ਦੱਸੋ ਉਹਨਾਂ ਨੂੰ 1981 ਦੇ ਵਿੱਚ ਕਿਸ ਬੁੱਕ ਦੇ ਲਈ ਪ੍ਰਾਈਜ਼ ਮਿਲਿਆ ਸੀ ਇਹ ਕੁਐਸਚਨ ਬਿਲਕੁਲ ਆਣਗੇ ਆਪ ਨੂੰ ਪਤਾ ਹੋਣਾ ਚਾਹੀਦਾ ਠੀਕ ਆ ਬੁਕਰ ਪ੍ਰਾਈਜ਼ ਹੋਗੇ ਸਾਹਿਤਿਆ ਅਵਾਰਡ ਹੋਗੇ ਗਿਆਨਪੀਠ ਹੋਗੇ ਆਪਣੇ ਪੰਜਾਬ ਦੇ ਸਾਰੇ ਪਤਾ ਹੋਣੇ ਚਾਹੀਦੇ ਵੀ ਕਿਹੜੇ ਨੂੰ ਬੁੱਕ ਨੂੰ ਕਦੋਂ ਮਿਲਿਆ ਹੈਗਾ ਕਿਹੜੇ ਸਾਲ ਮਿਲਿਆ ਕਿਹੜਾ ਰਾਈਟਰ ਸੀਗਾ ਈਵਨ ਕਿ ਆਪਣੇ ਇੰਡੀਆ ਲੈਵਲ ਦੇ ਵੀ ਰਾਜੀ ਥੋੜਾ ਆਈਡੀਆ ਹੋਣਾ ਚਾਹੀਦਾ ਆਪਾਂ ਨੂੰ ਕੁਐਸਚਨ ਨੰਬਰ 39 ਦਾ ਆਨਸਰ ਕਰੋ ਵੈਰੀ ਗੁੱਡ ਆ ਕੀ ਹੈ ਜੀ ਰੀਜ਼ਨਿੰਗ ਵਾਂਗ ਆਪਸ਼ਨ ਬਿਲਕੁਲ ਬਿਲਕੁਲ ਪੰਕੂ ਰੀਜ਼ਨਿੰਗ ਵਾਂਗ ਆਪਸ਼ਨਸ ਹੈਗੀਆਂ ਨੇ ਤਾਂ ਬਿਲਕੁਲ ਰਾਈ ਸਾਰੇ ਆਨਸਰ ਸਹੀ ਕਰ ਰਹੇ ਹੋ ਕਿਹੜਾ ਹੈਗਾ ਆਪਣਾ ਮਿਡਨਾਈਟ ਚਿਲड्रन ਲਈ ਠੀਕ ਹੈ ਰਾਜੀ ਬੁਕਰ ਵਾਈਜ਼ ਅਵਾਰਡ ਮਿਲਿਆ ਸੀਗਾ ਕਿੰਨੇ ਵਿੱਚ 1981 ਦੇ ਵਿੱਚ ਕਿੰਨਾਂ ਨੂੰ ਮਿਲਿਆ ਸੀਗਾ ਆਪਣੇ ਸਲਮਾਨ ਰਸ਼ਦੀ ਨੈਕਸਟ ਦੇਖੋ ਜਿਹੜੇ ਬੱਚੇ ਨੂੰ ਮੈਪ ਆਂਦਾ ਹੈਗਾ ਜਿਨੇ ਪੂਰਾ ਇੰਡੀਆ ਦਾ ਮੈਪ ਜਿਹਨੂੰ ਆਂਦਾ ਹੈਗਾ ਉਹ ਬੱਚਾ ਆਨਸਰ ਬਿਲਕੁਲ ਸਹੀ ਕਰੇਗਾ ਇਹ ਵਾਲੇ ਕੁਐਸਚਨ ਦਾ ਦੱਸੋ ਰਾਜੇ ਆਪਣੇ ਪੰਜਾਬ ਜਿਹੜਾ ਹੈਗਾ ਕਿਹਦੇ ਨਾਲ ਬਾਰਡਰ ਸ਼ੇਅਰ ਨਹੀਂ ਕਰਦਾ ਇਹਨਾਂ ਵਿੱਚੋਂ ਆਪਣਾ ਜੰਮੂ ਕਸ਼ਮੀਰ ਹੋ ਗਿਆ ਹਰਿਆਣਾ ਉੱਤਰਾਖੰਡ ਜਾਂ ਆਪਣਾ ਹਿਮਾਚਲ ਪ੍ਰਦੇਸ਼ ਕੁਐਸਚਨ ਨੰਬਰ 40 ਦਾ ਆਨਸਰ ਕਰੋ ਇਹ ਤੇ ਸਭ ਨੂੰ ਪਤਾ ਸਭ ਨੂੰ ਹੀ ਪਤਾ ਹੈਗਾ ਵੈਰੀ ਗੁੱਡ ਪਤਾ ਹੀ ਉਤਰਾਖੰਡ ਸਾਈਡ ਤੇ ਰਹਿ ਗਿਆ ਬਿਲਕੁਲ ਦੇਖੋ ਆ ਵੀ ਹਿਮਾਚਲ ਸਾਊਥ ਵਾਰੀ ਸਾਈਡ ਹਰਿਆਣਾ ਉੱਪਰ ਜੰਮੂ ਆ ਗਿਆ ਆਪਣਾ ਨੈਕਸਟ ਦੇਖੋ ਰਾਜੇ ਦਾ 뮤지컬 ਰਿਸਾਈਟੇਸ਼ਨ ਆਫ ਦਾ ਗੁਰੂ ਗਰੰਥ ਸਾਹਿਬ ਇਜ਼ ਨੋਨ ਐਸ ਦਸੋ ਰਾਜੇ ਜਿਹੜਾ ਆਪਣਾ ਗੁਰੂ ਗਰੰਥ ਸਾਹਿਬ ਜੀ ਦਾ ਸੰਗੀਤਕ ਪਾਠ ਹੈਗਾ ਨਾ ਉਹਨੂੰ ਕਿਸ ਦੇ ਨਾਮ ਨਾਲ ਆਪਾਂ ਜਾਣਦੇ ਹੈਗੇ ਆ ਸ਼ਬਦ ਕੀਰਤਨ ਕੋੜੀਆਂ ਢਾਡੀ ਜਾਂ ਆਪਣੀਆਂ ਮਾਈਆਂ ਪਹਿਲਾ ਇੱਕ ਯੂਟੀਸੀ ਬਿਲਕੁਲ ਹੁਣ ਜੋ ਜੰਮੂ ਕਸ਼ਮੀਰ ਬਣੀ ਹੈ ਦੋ ਯੂਟਿਸ ਹੋ ਗਈਆਂ ਰਜੇ ਇਹ ਤਾਂ ਆਪਸ਼ਨ ਦੇਖ ਕੇ ਹੀ ਆਨਸਰ ਆ ਜਾਏਗਾ ਆਪਾਂ ਨੂੰ 41 ਦਾ ਤਾਂ ਦੇਖ ਲਓ ਕਿੰਨਾ ਈਜ਼ੀ ਪੇਪਰ ਸੀਗਾ ਨਾ ਇਹ ਵਾਲੀ ਸ਼ਿਫਟ ਦਾ ਸਬ ਇਨਸਪੈਕਟਰ ਦਾ ਹੋ ਵੀ ਸਾਰੇ ਇੰਨੇ ਜਿਆਦਾ ਪੂਰਨ ਪੂਰਨ ਤੁਸੀਂ ਕੀ ਲਿਖਿਆ ਹੈਗਾ ਰਜੇ ਆਹ ਕਿਤੇ ਪੰਕੂ ਦਾ ਕਮੈਂਟ ਹੀ ਲੰਘ ਗਿਆ ਰਜੇ ਅਸ਼ਰਫ ਖਾਨ ਕਾਫੀ ਟਾਈਮ ਬਾਅਦ ਰਿਪਲਾਈ ਕੀਤਾ ਕੀ ਗੱਲ ਕਿ ਚਲੇ ਗਏ ਸੀ ਸਭ ਨੂੰ ਪਤਾ ਲਾ ਜੀ ਕੀ ਬੋਲਦੇ ਆਪਾਂ ਸ਼ਬਦ ਗੀਤ ਨੂੰ ਦੋਸਤੋ ਘੋੜੀਆਂ ਹੋ ਸਕਦਾ ਢਾਡੀ ਵੀ ਨਹੀਂ ਹੋ ਸਕਦਾ ਮਾਈਆਂ ਵੀ ਨਹੀਂ ਹੋ ਸਕਦਾ ਮਾਈਆਂ ਤਾਂ ਵਿਆਹ ਵੇਲੇ ਪਾਈਆਂ ਜਾਂਦੀਆਂ ਹਨ ਇਹ ਵਾਲਾ ਕੁਐਸਚਨ ਵੀ ਇੰਪੋਰਟੈਂਟ ਹੈ ਕਰਵਾ ਚੁੱਕੀਆਂ ਸਾਰੇ ਆਪਣੇ ਪੰਜਾਬ ਵਾਲੇ ਸੈਂਸਸ ਦੇ ਕਾਫੀ ਪੁਆਇੰਟਸ ਲਿਖਵਾ ਚੁੱਕੇ ਆ ਜੋ ਆਪਣੇ ਪਿਛਲੀਆਂ ਕਲਾਸਿਸ ਹੋਈਆਂ ਹੈਗੀਆਂ राजे ਦੱਸੋ ਅਕੋਰਡਿੰਗ ਟੂ 2011 ਸੈਂਸਸ ਦੇਖੋ 21 ਵਾਲਾ ਤਾਂ ਆਈ ਹੀ ਹੈ ਨਹੀਂ ਤਾਂ 2011 ਵਾਲਾ राजे ਆਪਣਾ ਇੰਡੀਆ ਐਂਡ ਪੰਜਾਬ ਦੋਨੋਂ ਆਪਾਂ ਨੂੰ ਆਣੇ ਚਾਹੀਦੇ ਨੇ ਦਸਤੋ ਰਾਜੇ ਹਾਈएस्ट ਪਪੂਲੇਸ਼ਨ ਡੈਨਸਿਟੀ ਆਪਣੀ ਕਿਦੀ ਹੈ ਮੈਮ ਬਾਕੀਆਂ ਰਾਗੋ ਸਰਵਰਵ ਸਭ ਦੇ ਹੀ ਦੇਖਦੀਆਂ ਰਾਜੇ ਮੈਂ ਸਭ ਦੇ ਨਾਮ ਬੋਲਦੀਆਂ ਓਹੋ ਫੀਲ ਹੋ ਗਿਆ ਤੁਹਾਨੂੰ ਮੈਂ ਫਿਰ ਦੋ ਚਾਰ ਦੇ ਕਮੈਂਟ ਦੇਖਦੇ ਨੇ ਮੈਂ ਤੁਹਾਨੂੰ ਰਾਗੋ ਸਰਵਰ ਦੇਖ ਕੇ ਹੀ ਫਸਟ ਟਾਈਮ ਆ ਰਾਜੇ ਚਲੋ ਹੁਣ ਪੱਕਾ ਤੁਹਾਡਾ ਕਮੈਂਟ ਵੀ ਬਿਲਕੁਲ ਦੇਖਾਂਗੇ ਤਾਂ ਨਾਮ ਹੀ ਪਹਿਲੀ ਵਾਰ ਮੈਨੂੰ ਸ਼ੋ ਹੋਇਆ ਹੈਗਾ ਹੁਣ ਮੈਂ ਕਰਾਂ ਕੀ ਦੱਸੋ ਠੀਕ ਹੈ ਜਿਨ੍ਹਾਂ ਦੇ ਨਾਮ ਹਨ ਲੈ ਰਹੀ ਐਕਟਿਵ ਕਾਫੀ ਟਾਈਮ ਤੋਂ ਡੇਲੀ ਆ ਉਹ ਆਉਂਦੇ ਹੈਗੇ ਨਹੀਂ ਤਾਂ ਥੋੜਾ ਉਹਨਾਂ ਦਾ ਨਾਮ ਮੀਨਸ ਦਿਮਾਗ ਦੇ ਵਿੱਚ ਉਹ ਹੋਇਆ ਹੋਵੇਗਾ ਤਾਂ ਐਵੇਂ ਕੋਈ ਗੱਲ ਨਹੀਂ ਹੁਣ ਤੁਹਾਡਾ ਨਾਮ ਵੀ ਜ਼ਰੂਰ ਲਵਾਵਾਂਗੇ ਆਪਾਂ ਅੱਛਾ ਜੈਲਸੀ ਹੁੰਦੀ ਜੋ ਨਾਮ ਨਹੀਂ ਲੈਂਦੇ ਓਕੇ ਠੀਕ ਆ ਅੱਜ ਤੋਂ ਅਗਰ ਮੈਂ ਨਾਮ ਬੋਲੂਗੀ ਤਾਂ ਸਾਰੇ ਬੱਚਿਆਂ ਦੇ ਬੋਲੂਗੀ ਨਹੀਂ ਮੈਂ ਕਿਸੇ ਦਾ ਨਾਮ ਨਹੀਂ ਬੋਲਦੀ ਠੀਕ ਆ ਅਸੀਂ ਪਿਆਰੇ ਵਾਲੇ ਆ ਬੇ ਮੈਂ ਤੁਸੀਂ ਰਾਜ ਸਾਰੇ ਹੀ ਪਿਆਰੇ ਹੋ ਠੀਕ ਆ ਮੇਰੇ ਲਈ ਤੁਸੀਂ ਸਾਰੇ ਇਕੁਅਲ ਹੈਗੇ ਹੋ ਨਾ ਤਾਂ ਤੁਸੀਂ ਇੱਥੇ ਮੇਰੇ ਲਈ ਨਾ ਤੁਸੀਂ ਇੱਥੇ ਮੇਰੇ ਲਈ ਤੁਸੀਂ ਇੱਕ ਹੀ ਲੈਵਲ ਤੇ ਹੈਗੇ ਹੋ ਠੀਕ ਆ ਟੀਚਰ ਲਈ ਹਰ ਇੱਕ ਸਟੂਡੈਂਟ ਸੇਮ ਹੀ ਹੁੰਦਾ ਹੈਗਾ ਉਹ ਉਹ ਆਪਣਾ ਸਕੂਲਾਂ ਟਾਈਮ ਹੁੰਦਾ ਸੀਗਾ ਨਾ ਵੀ ਮੈਮ ਹੁਸ਼ਿਆਰ ਬੱਚਾ ਨੂੰ ਜ਼ਿਆਦਾ ਪਿਆਰ ਕਰਦੇ ਸੀਗੇ ਨਾ ਤੇ ਦੂਸਰਿਆਂ ਨੂੰ ਘੱਟ ਬਟ ਨਹੀਂ ਜਿਹੜੇ ਬੱਚੇ ਸਹੀ ਆਨਸਰ ਕਰਨਗੇ ਸਭ ਦਾ ਨਾਮ ਹੀ ਲਵਾਂਗੀ ਚਲੋ ਦੱਸੋ ਰਾਜੀ ਆਪਣੀ ਹਾਈएस्ट ਪਾਪੂਲੇਸ਼ਨ ਡੈਂਸਿਟੀ ਆਪਣੀ ਕਿਸ ਦੀ ਹੈ ਕੁਐਸਚਨ ਨੰਬਰ 42 ਦਾ ਆਨਸਰ ਕਰੋ ਬਸ ਥੋੜੇ ਕੁਐਸਚਨਸ ਰਹਿ ਗਏ ਤਾਂ ਸਭ ਨੂੰ ਪਤਾ ਹੈਗਾ ਰਾਜੀ ਕਿਦੀ ਹੈਗੀ ਆਪਣੇ ਲੁਧਿਆਣੇ ਦੀ ਹਾਂ ਬਿਲਕੁਲ ਬਿਲਕੁਲ ਸਿਲੈਕਸ਼ਨ ਦਾ ਰਾਜੀ ਜਿਸ ਦਿਨ ਲੋਂਗੇ ਉਸ ਦਿਨ ਤਾਂ ਆਬਵੀਅਸੀ ਗੱਲ ਉਸ ਦਿ ਉਸ ਦਿਨ ਤਾਂ ਆਬਵੀਅਸੀ ਗੱਲ ਵੀ ਜ਼ਿਆਦਾ ਪਿਆਰ ਆਈਗਾ ਵੀ ਚਲੋ ਠੀਕ ਹੈ ਰਾਜੀ ਵੀ ਚਲੋ ਲੱਗੇ ਨੇ ਇੱਕ ਇੱਕ ਬੱਚਾ ਤਾਂ ਲੱਗਿਆ ਨਾ ਉਸ ਦਿਨ ਤਾਂ ਐਵੇਂ ਹੋਏਗਾ ਉਸ ਦਿਨ ਵੀ ਚਲੋ ਇੱਕ ਕੰਪੀਟੀਸ਼ਨ ਦਾ ਕੱਟ ਹੋ ਗਿਆ ਨਾ ओके 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 सो नेक्स्ट क्वेश्चन देखो बुद्धिस्ट लिटरेचर एंड जैन लिटरेचर प्रेजेंट ए लिस्ट ऑफ ਕਿੰਨੇ ਮਹਾਜਨਪਦ ਹੈਗੇ ਰਾਜੇ ਵਿਦ ਮਾਈਨਰ ਵੇਰੀਏਸ਼ਨਸ ਆਫ ਨੇਮ ਅਗਰ ਯਾਦ ਕਰ ਸਕਦੇ ਹੋ ਮਹਾਜਨਪਦ ਤਾਂ ਯਾਦ ਕਰ ਲਿਓ ਨਹੀਂ ਯਾਦ ਕਰ ਸਕਦੇ ਤਾਂ ਕਿਹੜਾ 100 ਦੇ ਵਿੱਚੋਂ 100 ਕੱਟ ਆਫ ਜਾਂਦੀ ਆ ਠੀਕ ਆ ਚਲੋ ਕੁਐਸਚਨ ਨੰਬਰ 43 ਦਾ ਆਨਸਰ ਕਰੋ ਅ 45 ਕਿਹੜੇ ਬੱਚੇ ਨੇ ਆਨਸਰ ਕੀਤਾ ਫਿਰ 34 ਉਹ ਤੇਰੀ 45 ਸੱਚੀ 45 ਯਰ ਦੋ ਆਪਸ਼ਨਸ ਆ ਰਹੇ ਜੇ ਇਹੋ ਜਿਹਿਆਂ ਹੈਗੀਆਂ ਸੀ ਜਿਹੜੀਆਂ ਆਪਾਂ ਬਿਨਾਂ ਦੇਖੇ ਹੀ ਇਲੀਮੀਨੇਟ ਕਰ ਦਾਂਗੇ ਹੋ ਸਕਦਾ 34 ਐਂਡ 45 ਕਮਾਲ ਹੋ ਗਈ इन बार आप कर चुके सिर्फ किन्ने महाजन पद है ने? अपने सोलह महाजन पद है पेपर नहीं क्लीयर हो जी नाम रह गया लिस्ट थोड़ा क्वेश्चन ना टाइम दिया करो क्वेश्चन कल ही ना करो आरामशन अटैप्ट करोज अगर एक बार आ चीज फिल होगी ना ਪਹਿਲਾਂ ਤਾਂ ਚਲੋ ਹੁੰਦਾ ਸੀਗਾ ਵੀ ਉਹ ਵਾਈਟ ਮਾਰਕਰ ਹਨਾ ਲੈ ਕੇ ਜਾਂ ਦੇ ਦਿੰਦੇ ਸੀਗੇ ਪਹਿਲਾਂ 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 ਦੀ ਗੱਲ ਹੈਗੀ ਆ ਪਰ ਹੁਣ ਤੋਂ ਵੀ ਨਹੀਂ ਚੱਲਦਾ ਹੈਗਾ ਵੀ ਆਪਾਂ ਉਹ ਕਰਕੇ ਤੇ ਬਸ ਓਕੇ ਕਿਨੂੰ ਕੰਪੋਜ਼ ਵਾਲਾ ਪੜਨ ਲੱਗ ਗਿਓ ਤਰਾ ਜੀ ਠੀਕ ਆ ਜੀ ਠੀਕ ਆ ਤਾਂ ਥੋੜਾ ਧਿਆਨ ਨਾਲ ਕੁਸ਼ਣ ਰੀਡ ਕਰਿਆ ਕਰੀ ਆਪਾਂ ਕੌਸ ਅਗਰ ਨੈਗੇਟਿਵ ਮਾਰਕਿੰਗ ਹੋ ਗਈ ਰਾਜੇ ਤਾਂ ਆਪਣਾ ਹੀ ਨੁਕਸਾਨ ਐਂਡ ਸਭ ਤੋਂ ਵੱਧ ਦੁੱਖ ਹੀ ਆਪਾਂ ਨੂੰ ਉਦੋਂ ਹੁੰਦਾ ਹੈਗਾ ਵੀ ਜਦੋਂ ਆਪਾਂ ਆਨਸਰ ਆਪਾਂ ਨੂੰ ਸਹੀ ਪਤਾ ਹੋਵੇ ਤੇ ਬਟ ਆਪਾਂ ਗੋਲੇ ਗਲਤ ਭਰਦੀਏ ਹਨਾ ਸਭ ਤੋਂ ਵੱਧ ਉਸ ਚੀਜ਼ ਦਾ ਆਪ ਨੂੰ ਜਿਆਦਾ ਦੁੱਖ ਹੁੰਦਾ ਹੈਗਾ ਚਲ ਦੱਸੋ ਰਾਜੇ ਵਿੱਚ ਆਰਟੀਕਲ ਆ ਦਾ ਕਨਸਟੀਟਿਊਸ਼ਨ ਆਫ ਇੰਡੀਆ ਮੇਕਸ ਇਟ ਮੰਡੇਟਰੀ ਟੂ ਸਟੇਟਸ ਟੂ ਅਸ਼ੂਰ ਕੰਪਲੇਂਸ ਵਿਦ ਲਾਜ਼ ਮੇਡ ਬਾਏ ਪਾਰਲੀਮੈਂਟ ਦੱਸੋ ਰਾਏ ਸੰਸਦ ਦੁਆਰਾ ਬਣਾਏ ਗਏ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਲਾਜ਼ਮੀ ਬਣਾਉਂਦਾ ਹੈ ਦੱਸੋ ਕਿਹੜਾ ਹੈਗਾ ਆਪਣਾ ਆਰਟੀਕਲ 256 292 259 ਐਂਡ ਆਪਣਾ 356 ਕੋਈ ਗੱਲ ਨਹੀਂ ਰਾਜੇ ਜਸਵਿੰਦਰ ਚੈਹਲ ਇਸ ਵਾਰ ਰਾਜੇ ਆਪਾਂ ਇੱਕ ਨੰਬਰ ਵੀ ਪੂਰਾ ਕਰ ਲੈਣਾ ਉਹ ਠੀਕ ਆ ਹਾਂ ਪਰ ਇਸ ਵਾਰ ਆਨਲਾਈਨ ਨਹੀਂ ਨਾ ਹੈਗਾ ਕਰਨ ਸੀਤੀਆ ਇਸ ਵਾਰ ਆਨਲਾਈਨ ਨਹੀਂ ਹੈਗਾ ਇਹ ਚ ਰਾਜੇ ਆਪਾਂ ਸੈਂਟਰਲ ਸਟੇਟ ਦੇ ਐਡਮਿਨਿਸਟ੍ਰੇਟਿਵ ਰਿਲੇਸ਼ਨਸ ਆ ਜਾਂਦੇ ਹੈਗੇ ਨੇ ਤੇ ਸਭ ਬੱਚੇ ਸਹੀ ਆਨਸਰ ਕਰ ਰਹੇ ਹੈਗੇ ਨੇ ਆਪਣਾ ਆਰਟੀਕਲ ਨੰਬਰ ਕਿੰਨਾ ਹੈਗਾ ਰਾਜੇ 256 ਵੈਰੀ ਗੁੱਡ ਚਲੋ ਨੈਕਸਟ ਦੇਖੋ ਵਿਚ ਆਫ ਦਾ ਪੋਲਿੰਗ ਹੈਜ਼ ਬੀਕਮ ਦਾ ਫਰਸਟ ਫੋਰਨ ਵੈਕਸੀਨ ਠੀਕ ਆ ਟੂ ਬੀ ਯੂਜ਼ਡ ਇਨ ਇੰਡੀਆ ਫੋਰ ਕੋਰੋਨਾ ਵਾਇਰਸ ਦੱਸੋ ਰਾਜੇ ਕਿਹੜੀ ਆਪਣੀ ਫੋਰਨ ਦੀ ਸੀ ਜਿਹੜੀ ਆਪਾਂ ਇੰਡੀਆ ਦੇ ਵਿੱਚ ਯੂਜ਼ ਕੀਤੀ ਸੀ ਕੋਵਿਡ ਟਾਈਮ ਸਭ ਨੂੰ ਪਤਾ ਹੋਏਗਾ ਇਹ ਵਾਲੇ ਕੁਐਸਚਨ ਦਾ ਆਨਸਰ ਵੀ ਆਪਣੀ ਕੋ ਵੈਕਸੀਨ ਸੀ ਪਫਾਈਜ਼ਰ ਸੀ ਸਪੂਤਨਿਕ 5 ਸੀ ਜਾਂ ਆਪਣਾ ਮਾਡਰਨ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਰਾਜੇ ਕਿਹੜੀ ਕੰਟਰੀ ਦੀ ਆਪਣੀ ਕਿਹੜੀ ਸੀਗੀ ਕੁਐਸਚਨ ਨੰਬਰ 45 ਦਾ ਆਨਸਰ ਕਰੋ ਸਭ ਸਭ ਨੂੰ ਪਤਾ ਹੈਗਾ ਵੀ ਸਭ ਤੋਂ ਪਹਿਲੀ ਆਪਾਂ ਫੋਰਨ ਵੈਕਸੀਨ ਕਿਹੜੀ ਲੈ ਕੇ ਆਏ ਸੀਗੇ ਯੂਜ਼ ਕੀਤੀ ਸੀ ਇਹ ਕਿਉਂ ਅਨਸਰ ਕਰ ਰਹੇ ਹੋ ਰਾਜੀ ਕੋ ਵੈਕਸੀਨ ਸਭ ਨੂੰ ਪਤਾ ਕਿਹੜੀ ਸੀਗੀ ਆਪਣੀ ਸਪੂਤਨਿਕ 5 ਸੀਗੀ ਕਿੱਥੋਂ ਦੀ ਸੀਗੀ ਰਾਜੀ ਆਪਣੀ ਕਿਹੜੀ ਕੰਟਰੀ ਸੀਗੀ ਆਪਣੀ ਰਸ਼ੀਆ ਦੀ ਨੈਕਸਟ ਦੇਖੋ ਆਪਣਾ ਵਿਚ ਆਰਗਨ ਹੈਜ਼ ਇਸ਼ੂਡ ਫੇਅਰ ਪ੍ਰੈਕਟਿਸ ਕੋਡ ਗਾਈਡਲਾਈਨਸ ਫॉर द ਐਸੈਟ ਰੀਕਨਸਟਰਕਸ਼ਨ ਕੰਪਨੀਆਂ ਦੱਸੋ ਰਾਜ ਇਹਦੇ ਵਾਸਤੇ ਕੌਣ ਆਪਣੇ ਗਾਈਡਲਾਈਨਸ ਵਗੈਰਾ ਸ਼ੋਅ ਕਰਦਾ ਹੈਗਾ ਆਪਣਾ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਆਪਣਾ ਨੀਤੀ ਆਯੋਗ ਕਵੈਸ਼ਨ ਨੰਬਰ ਕਵੈਸ਼ਨ ਨੰਬਰ 46 ਦਾ ਅਨਸਰ ਕਰੋ ਨੀ ਨੀਤੀ ਆਯੋਗ ਸੀਰੀਅਸਲੀ ਜੀਤ ਰੰਦਾ ਵਾ ਨੀਤੀ ਆਯੋਗ ਰਾਜੇ ਨੀਤੀ ਆਯੋਗ ਕਿਹੜਾ ਆ ਗਿਆ ਉਹ ਤਾਂ ਆਪਣਾ ਫਾਈਨੈਂਸ ਇਧਰ ਰਿਲੇਟਡ ਆ ਗਿਆ ਆਪਣਾ ਥਿੰਕ ਥੈਂਕ ਬੋਲਿਆ ਹੁੰਦਾ ਹੈਗਾ ਨੀਤੀ ਜਾਗ ਨੈਸ਼ਨਲ ਇੰਸਟੀਚਿਊਟ ਫਾਰ ਟਰਾਂਸਫਾਰਮਿੰਗ ਇੰਡੀਆ ਇਹ ਤਾਂ ਕੋਈ ਹੈ ਨਹੀਂ ਦੇਖੋ ਐਸ ਐਸਟੀ ਰੀਕਨਸਟਰਕਸ਼ਨ ਕੰਪਨੀਆਂ ਕਿਸ ਚੀਜ਼ ਦੇ ਰਿਲੇਟਡ ਆਂਦੀ ਹੈਗੀ ਆਪਣੀ ਬੈਂਕਿੰਗ ਸੈਕਟਰ ਦੇ ਰਿਲੇਟਡ ਆਂਦੀ ਹੈਗੀ ਰਾਜੀ ਇਹ ਚੀਜ਼ ਤਾਂ ਕੌਣ ਕਰਦਾ ਹੈਗਾ ਇਹਦੇ ਨਾਲ ਸਿਰਫ ਔਰ ਸਿਰਫ ਆਪਣਾ ਆਰਬੀਆਈ ਕਰਦਾ ਹੈਗਾ ਨੈਕਸਟ ਦੇਖੋ ਦਾ ਬੇਟੀ ਬਚਾਓ ਬੇਟੀ ਪੜਾਓ ਅਵੇਅਰਨੈਸ ਸਕੀਮ ਡਸ ਨਾਟ ਇਨਵੇਲ ਵਿਚ ਆਫ ਦਾ ਫੋਲੋਇੰਗ ਫੀਚਰ ਦੱਸੋ ਰਾਜੀ ਉਥੇ ਕੰਮ ਨਹੀਂ ਹੋਣਾ ਕੋਈ ਨੀਤੀਯੋਗਤੇ ਜਮਾ ਹੀ ਨਹੀਂ ਹੋ ਸਕਦਾ ਅੱਛਾ ਜੀ ਮੈਂ ਮੇਰੇ ਨਾਲ ਗੁੱਸੇ ਹਾਂ ਜਗਦੀਸ਼ ਸਿੰਘ ਨਹੀਂ ਰਾਜੇ ਮੈਂ ਕਿਉਂ ਗੁੱਸੇ ਹੋਣਾ ਕਿਸੇ ਨਾਲ ਮੈਂ ਕਿਸੇ ਬੱਚੇ ਨਾਲ ਕੋਈ ਗੁੱਸੇ ਨਹੀਂ ਹੈਗੀ ਮੈਂ ਗੁੱਸੇ ਹੋ ਕੇ ਕਿੱਥੇ ਆਣਾ ਤੁਹਾਡੇ ਨਾਲ ਚਲੋ 47 ਦਾ ਆਨਸਰ ਕਰੋ ਚਲੋ ਆਪਣੇ ਆਪ ਰੀਡ ਕਰਿਓ ਠੀਕ ਆਨਸਰ ਦੱਸ ਦਿੰਨੀ ਆ ਏ ਆਏਗਾ ਇਹਦਾ ਨੈਕਸਟ ਦੇਖੋ ਤਾਂ 3 ਜੂਨ ਪਲੈਨ ਹੈ ਜੇ ਵੈਰੀ ਵੈਰੀ ਇੰਪੋਰਟੈਂਟ ਹੈ ਦੋਸਤੋ ਆਪਣਾ 3 ਜੂਨ ਪਲੈਨ ਆਪਾਂ ਕਿਹਨੂੰ ਬੋਲਦੇ ਆ ਕਿਸ ਦੇ ਨਾਲ ਰਿਲੇਟਡ ਸੀਗਾ ਆਪਣਾ ਪਾਰਟੀਸ਼ਨ ਆਫ ਪੰਜਾਬ ਐਂਡ ਹਰਿਆਣਾ 9051 ਪ੍ਰੈਜ਼ੀਡੈਂਟਸ ਰੂਲ ਇਨ ਪੰਜਾਬ ਪਾਰਟੀਸ਼ਨ ਆਫ ਪੰਜਾਬ ਐਂਡ ਪਾਕਿਸਤਾਨ ਜੇ ਆਪਣਾ ਆਪਰੇਸ਼ਨ ਬਲੂ ਸਟਾਰ ਇਹ ਵੀ ਸਭ ਨੂੰ ਪਤਾ ਸਭ ਨੂੰ ਪਤਾ ਹੈ ਕੁਐਸਚਨ ਨੰਬਰ 48 ਦਾ ਆਨਸਰ ਕਰੋ ਸਭ ਨੂੰ ਪਤਾ ਕਿ ਦੀ 3 ਜੂਨ ਪਲਾਨ ਮਾਉਂਟ ਬੈਟਿੰਗ ਪਲਾਨ ਵੀ ਆਪਾਂ ਬੋਲਦੇ ਹੈਗੇ ਆ ਨੂੰ ਠੀਕ ਆ ਕਿਹੜਾ ਸੀਗਾ ਆਪਣਾ ਪਾਰਟੀਸ਼ਨ ਆਫ ਪੰਜਾਬ ਐਂਡ ਪਾਕਿਸਤਾਨ ਨੈਕਸਟ ਦੇਖੋ ਅੱਜ ਦਾ ਆਪਣਾ ਸੈਕੰਡ ਲਾਸਟ ਕੁਐਸਚਨ ਹੈਗਾ ਰਜੇ ਨੈਕਸਟ ਦੇਖੋ ਆਪਣਾ ਕਿਹੜੀ ਹੈਗੀ ਨੋਰਥਰਨ ਥਿਊਰਮ ਡੀਲਸ ਵਿਦ ਦਸਤੋ ਰਾਜੀ ਆਪਣੀ ਜਿਹੜੀ ਨੋਥਰ ਕਿਸ ਦੇ ਨਾਲ ਰਿਲੇਟਡ ਹੈਗੀ ਆ ਥਿਊਰਮ ਫਿਜ਼ੀਕਲ ਸਿਸਟਮ ਵਿਦ ਕਨਜ਼ਰਵੇਟਿਵ ਫੋਰਸਸ ਵੋਲਿਊਮ ਆਫ ਗੈਸ ਰਿਲੇਟਡ ਟੂ ਟੈਂਪਰੇਚਰ ਐਂਡ ਪ੍ਰੈਸ਼ਰ ਕਰੰਟ ਅਫੇਅਰਜ਼ ਰਾਜੇ ਜਨਵਰੀ ਤੋਂ ਤਾਂ ਹੋਣੀ ਹੀ ਚਾਹੀਦੀਆਂ ਨਾ ਆਪਾਂ 1 ਮਿੰਟ ਕੁਐਸਚਨ ਕਰ ਲਈਏ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਚਲੋ ਕਰਨ ਸੀਤੀਆਂ ਨੂੰ ਆ ਗਿਆ ਕੁਐਸਚਨ ਇਹ ਵਾਲਾ ਠੀਕ ਕਰਾ ਜੀ ਸ਼ਿਫਟ ਦੇ ਵਿੱਚ ਦੱਸੋ ਰਾਜੇ 49 ਦਾ ਆਨਸਰ ਕੀ ਆਏਗਾ ਆਪਣਾ ਕਰਨ ਸੀਤੀਆ ਫਿਰ ਕੀ ਲਗਾ ਕੇ ਆਈ ਸੀ ਰਾਜੇ ਆਨਸਰ ਤੁਸੀਂ ਤਾਂ ਬਿਲਕੁਲ ਵੈਰੀ ਗੁੱਡ ਬਲਵਿੰਦਰ ਬਿੰਦੂ ਸਭ ਦਾ ਸਹੀ ਆ ਰਿਹਾ ਹੈਗਾ ਆਪਣਾ ਫਿਜ਼ੀਕਲ ਸਿਸਟਮ ਵਿਦ ਕਨਜ਼ਰਵੇਟਿਵ ਫੋਰਸਸ ਲਾਸਟ ਕੁਐਸਚਨ ਹੈਗਾ ਆਪਣਾ ਅੱਜ ਦਾ ਪਾਸਕੋ ਬਾਰੇ ਥੋੜਾ ਰੀਡ ਕਰ ਲਿਓ ਅਗਰ ਕਰਨਾ ਚਾਹੁੰਦੇ ਹੋ ਤਾਂ ਠੀਕ ਦੱਸੋ ਪ੍ਰੋਟੈਕਸ਼ਨ ਆਫ ਚਿਲड्रन ਫ্রম ਸੈਕਸ਼ੂਅਲ ਅਫੈਂਸ ਐਕਟ 2012 ਦੇ ਤਹਿਤ ਲਿਖਿਆਂ ਵਿੱਚੋਂ ਕਿਹੜੀਆਂ ਸੋਧਾਂ ਦੁਆਰਾ ਕੁਸਪੈਟ ਵਾਲੇ ਜਿੰਸੀ ਹਮਲੇ ਨੂੰ ਸਜ਼ਾ ਵਧਾ ਕੇ 10 ਸਾਲ ਕਰ ਦਿੱਤਾ ਗਿਆ ਦੋਸਤੋ ਰਾਜੇ ਠੀਕ ਹੈ ਇਹਦੇ ਵਿੱਚ

विब्रॉड <laughs> इन शब्द आंसर ਦੱਸੋ ਸਹੀ ਹੈ ਕਿ ਗਲਤ ਆ ਜਿਨ੍ਹਾਂ ਦੇ ਮੈਂ ਨਾਮ ਬੋਲੇ ਸੀ ਦੋਸੇ ਇਕਨੋਮਿਕਸ ਰਾਜੀ ਇਕਨੋਮਿਕਸ ਪਾਵਰ ਹੋ ਜਾਂਦੇ ਹੈਗੇ ਨਹੀਂ ਠੀਕ ਆ ਤਾ ਗੜਬੜ ਹੈ ਗੜਬੜ ਨਹੀਂ ਇਹ ਨਾ ਅਨਸਰ ਸਹੀ ਹੈ राजे ਬਿਲਕੁਲ ਜਿਨਾਂ ਨੇ 2019 ਦਿੱਤਾ ਨਾ ਉਹਨਾਂ ਦਾ ਅਨਸਰ ਸਭ ਦਾ ਸਹੀ ਹੈ ਚਲੋ ਨੈਕਸਟ ਕੁਐਸਚਨ ਨੈਕਸਟ ਆਪਣਾ ਬਸ ਨਾ राजे ਇਹ ਸੀਗਾ ਆਪਣਾ ਅੱਜ ਦਾ ਸੈਸ਼ਨ ਠੀਕ ਹੈ ਸੈਸ਼ਨ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ CBCS ਸਿੱਖਿਆ ਨਾ राजे ਜੇ ਤੁਹਾਨੂੰ ਪਤਾ ਹੀ ਆਪਾਂ ਕੀ ਕਰ ਰਹੇ ਆ ਪੰਜਾਬ ਪੁਲਿਸ ਤੇ ਹਲਤਾ ਸਬ ਇੰਸਪੈਕਟਰਸ਼ਿਪ ਟੀ ਚੱਲ ਰਹੀ ਹੈ राजे ਆਪਣੀ ਹੋ ਸਕਦਾ 1-2 ਦਿਨ ਹੋਰ ਲੱਗਣ ਆਪਣੇ ਸਬ ਇੰਸਪੈਕਟਰ ਫਿਰ ਦੇਖਦੇ ਆਪਾਂ ਹੈੱਡ ਕਨਸਟੇਬਲ ਸਟਾਰਟ ਕਰ ਲਾਂਗੇ ਇੰਟੈਲੀਜੈਂਸ ਅਸਿਸਟੈਂਸ ਕਨਸਟੇਬਲ ਮੈਮ ਕਿਉਂ ਅਟੈਕ ਕਰਾਉਣਾ ਤੁੱਕਾ ਚੱਲ ਗਿਆ ਓਕੇ ਤੇ ਹੁਣ ਬੱਚੇ ਜੇ ਕਿਸੇ ਬੱਚਾ ਜੇ ਕਿਸੇ ਦਾ ਕੋਈ ਡਾਊਟ ਹੈ ਨਾ ਤੁਸੀਂ ਪੁੱਛ ਸਕਦੇ ਹੋ ਨਹੀਂ ਫਿਰ ਆਪਾਂ ਰੱਖਦੇ ਆ ਸੈਸ਼ਨ ਨੂੰ ਆਫ ਹਾਂਜੀ ਹਾਂਜੀ ਰਾਜੀ ਜਗਦੀਪ ਸਿੰਘ ਕਰਵਾਈ ਹੋਈ ਆਪਾਂ ਨੇ ਫਿਰ ਆਪਾਂ ਮਿਲਦੇ ਆ ਮੰਡੇ ਮਿਲਦੇ ਆ ਠੀਕ ਆ ਰਾਜੀ ਹੁਣ ਆਪਾਂ ਥੈਂਕ ਯੂ ਥੈਂਕ ਯੂ ਰਾਜੇ ਠੀਕ ਆ ਮੇਰੇ ਵੱਲੋਂ ਵੀ ਤੁਹਾਡਾ ਸਬਦ ਆ ਥੈਂਕ ਯੂ ਠੀਕ ਆ ਤੇ ਡੇਲੀ ਅ ਅਟੈਂਡ ਕਰਿਆ ਕਰੋ ਕਾਜ਼ ਬਹੁਤ ਹੀ ਇੰਪੋਰਟੈਂਟ ਹੈ ਰਾਜੇ ਠੀਕ ਆ ਅੱਜ ਠੀਕ ਆ ਥੋੜਾ ਤੁਹੋ ਸਭ ਬੋਰਿੰਗ ਵੀ ਲੱਗੀ ਹੋਵੇ ਕਾਜ਼ ਡਿਟੇਲ ਹੈ ਹੀ ਨਹੀਂ ਸੀ ਰਾਜੇ ਕਿਸੇ ਕੁਐਸਚਨ ਦੇ ਵਿੱਚ ਹਨਾ ਜਿਆਦਾ ਤਾਂ ਮੈਂ ਦੱਸਦੀ ਵੀ ਕੀ ਤਾਂ ਕਰਕੇ ਥੋੜਾ ਜਿਹਾ ਸੈਸ਼ਨ ਆਪਣਾ ਥੋੜਾ ਸ਼ਾਰਟ ਵੀ ਰਿਹਾ ਅੱਜ ਥੈਂਕ ਯੂ ਅਸ਼ਰਫ ਖਾਨ ਕਰੰਟ ਅਫੇਅਰ ਸੋਰਸ ਰਾਜੇ ਉਹ ਸੋਰਸ ਹੁਣ ਮੈਂ ਕੀ ਦੱਸਾਂ ਕਰੰਟ ਅਫੇਅਰ ਜਨਵਰੀ ਤੋਂ ਅਜੇ ਕਰ ਹੀ ਲਓ ਠੀਕ ਆ ਸਾਰੇ ਨਿਊਜ਼ਪੇਪਰ ਪੜ੍ਹਨਾ ਸਟਾਰਟ ਕਰੋ ਥੋੜਾ ਬਹੁਤਾ ਪੜਿਆ ਕਰੋ ਐਕਸਪਲੋਰ ਕਰੋ ਆਪਣੇ ਆਪ ਨੂੰ ਰਾਜੇ ਜੇ ਕਿਸੇ ਦਾ ਡਾਊਟ ਹੈ ਮੈਂ ਵੀਡੀਓ ਲਈ ਕਰੰਟ ਅਫੇਅਰ ਦੱਸੋ ਕਿੰਨੇ ਮੰਥ ਜਨਵਰੀ ਤੋਂ ਅਜੇ ਕਰ ਲਓ ਰੀਨਾ ਰਾਣੀ ਕਰ ਲਓ ਰਾਜੇ ਜਨਵਰੀ ਤੋਂ ਬਲਵਿੰਦਰ ਵੀ ਤੂੰ ਇੱਕ ਦਿਨ ਚਾਹੀਦਾ ਰਜੇ ਮੈਨੂੰ ਅ ਵੀ ਮੈਂ ਆਪਣੀ ਰੈਸਟ ਮੈਂ ਅੱਜ ਵੀ ਕਲਾਸ ਨਹੀਂ ਲਗਾਨੀ ਸੀਗੀ ਬਿਲਕੁਲ ਸੱਚ ਹੈਗਾ ਪਰ ਵੀ ਮੈਂ ਸੋਚਿਆ ਛੱਡ ਲਗਾ ਹੀ ਲੈਨੇ ਹੈਗੇ ਇੱਕ ਦਿਨ ਤਾਂ ਰਜੇ ਮੈਨੂੰ ਦੇ ਦਿਆ ਕਰੋ ਰੈਸਟ ਲਈ ਇੱਕ ਦਿਨ ਤਾਂ ਚਾਹੀਦਾ ਹੀ ਆ ਦੇਖੋ ਤੁਹਾਨੂੰ ਵੀ ਚਾਹੀਦਾ ਹੈਗਾ ਕੱਲ ਤੁਸੀਂ ਕੀ ਕਰੋ ਮਸਤੀ ਕਰ ਲਓ ਥੋੜੀ ਬਹੁਤੀ ਕਰਨੀ ਹੈਗੀ 2-4 ਘੰਟੇ ਤੇ ਨਹੀਂ ਤਾਂ ਜੋ ਜੋ ਚੀਜ਼ ਸੈਕਸ਼ਨ ਵੀਕ ਚੱਲ ਰਿਹਾ ਨਾ ਤੇ ਉਸ ਤੇ ਆਪਣਾ ਟਾਈਮ ਦਿਓ बिल्कुल राजे बिलकुल सच है, एक ता है, कि मैं है अपना स्कैड बनाओ ठीक है आई टाइम है राजे? एक दो एक वज़ तक पढ़ लिया करो फिर होंक बजे वैसे ही है अगर वो इंस्टाग्राम हो था, हो था, सब कुछ हो था, ਤਾਂ ਉਹਦੇ ਵੀ ਤਾਂ ਟਾਈਮ ਵੇਸਟ ਕਰੋਗੇ ਨਾ ਇੱਕ ਇੱਕ ਏਮ ਤਾਂ ਰਜੇ ਹੋ ਹੈਗਾ ਪੜ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਚਾ ਅੱਜ ਸੈਚਰਡੇ ਆ ਨਾ ਕੰਟੀਨਿਊ ਬੰਦ ਚਾ ਵਾਕਈ ਨਹੀਂ ਮਿਲੀ ਹੈਗੀ ਅੱਜ ਹਾਂ ਲੈ ਵੈਰੀ ਗੁੱਡ ਇਸ਼ੂ ਸੰਦੂ ਨੇ ਕਿੰਨਾ ਵਧੀਆ ਰਜੇ ਆਈਡੀਆ ਦਿੱਤਾ ਹੈਗਾ ਮੌਕ ਲਗਾਓ ਤੁਸੀਂ ਵੱਧ ਤੋਂ ਵੱਧ ਜਿੰਨੇ ਲਗਾ ਸਕਦੇ ਹੋ 2 2 ਆਵਰਸ ਦੇ ਲਗਾਉਣੇ ਚਾਹੀਦੇ ਨੇ ਬਿਲਕੁਲ ਰੋਜ਼ੀ ਰਾਣੀ ਕੀ ਡਿਲੀਟ ਕਰਤਾ राजे ਵੈਰੀ ਗੁੱਡ ਮੈਂ ਵੀ ਡਿਲੀਟ ਕਰਤਾ राजे ਬਿਲਕੁਲ ਬਿਲਕੁਲ ਮੇਰਾ ਵੀ ਮੈਨੂੰ ਲੱਗ ਰਿਹਾ ਸੀ ਨਾ ਵੀ ਥੋੜਾ ਮੇਰਾ ਟਾਈਮ ਵੇਸਟ ਹੋ ਰਿਹਾ ਤੇ ਮੈਂ ਵੀ ਡਿਲੀਟ ਕਰਤਾ ਕਰਨਾ ਵੀ ਚਾਹੀਦਾ ਹੈ ਆਪਣੇ ਆਪ ਨੂੰ ਥੋੜਾ ਜਿਹਾ ਰੱਖੋ ਮੈਂ ਵੀ ਸੋਚਿਆ ਵੀ ਐਗਜ਼ਾਮ ਤੋਂ ਬਾਅਦ ਹੀ ਹੁਣ ਔਨ ਕਰਨਾ ਹੈਗਾ ਹਾਂ ਜਗਦੀਸ਼ ਸਿੰਘ ਬਿਲਕੁਲ ਬਿਲਕੁਲ ਬੈਟਰੀ ਲੋ ਹੀ ਹੈ ਅੱਜ ਅੱਜ ਕੁਐਸਚਨ ਨੇ ਲੋ ਕਰਤੀ ਅੱਜ ਕੁਐਸਚਨ ਨੇ ਬੈਟਰੀ ਲੋ ਕਰਤੀ ਕੋਜ ਮੈਨ ਸਮਝ ਨਹੀਂ ਆ ਰਿਹਾ ਸੀ ਵੀ ਮੈਂ ਦੱਸਾਂ ਕਿ ਕਿਹੜੇ ਕੁਐਸਚਨ ਦੀ ਡਿਟੇਲ ਕੋਜ ਈਜ਼ੀ ਐਨ ਐਸ ਸੀ ਕੇ ਸ਼ਿਫਟ ਵਾਲੇ ਠੀਕ ਆ ਤੇ ਚਲੋ ਠੀਕ ਆ ਫਿਰ ਮੰਡੇ ਮਿਲਦੇ ਆਪਾਂ ਤੇ ਚਲੋ ਬਾਏ ਕਰ ਦੋ ਫਿਰ ਹੁਣ ਫਟਾਫਟ ਇਸ ਵਾਰ ਆਪਣੇ ਰੀਆ ਮੈਮ ਦੀ ਕਲਾਸ ਹੋਏਗੀ ਰਜੇ ਉਹ ਵੀ ਤੁਸੀਂ ਅਟੈਂਡ ਕਰਨੀ ਹੈਗੀ ਆ ਤਾਂ ਫਿਰ ਆਪਾਂ ਮਿਲਦੇ ਆਂਗੇ ਆਪਾਂ ਮੰਡੇ ਨੈਕਸਟ ਆਪਾਂ ਕਰਾਂਗੇ ਨੈਕਸਟ ਕਲਾਸ ਆਪਣੇ ਸਬ ਇਨਸਪੈਕਟਰ ਦੇ ਡਿਸਕਸ ਕਰਾਂਗੇ ਕੁਐਸਚਨਸ ਠੀਕ ਆ ਰਾਜੀ ਓਕੇ ਓਕੇ ਰਾਜੀ ਵੈਰੀ ਗੁੱਡ ਆਫਟਰਨੂੰ ਚਲੋ ਠੀਕ ਆ ਰਾਜੀ ਓਕੇ ਬਾਏ ਬਲਵਿੰਦਰ ਬਿੰਦੂ ਨੇ ਬਾਏ ਕਰਤੀ ਰਾਜੀ ਚਲੋ ਠੀਕ ਆ ਬਾਏ ਥੈਂਕ ਯੂ